ਤਤਾ ਗੁਰੂ ਹੀ ਮੈਂ ਘਰ ਗੁਰ ਦੀਪਕ ਤਹਿ ਲੋਏ ਅਮਰ ਪਦਾਰਥ ਨਾਨਕਾ ਮਨ ਮੰਨਿਐ ਸੁਖ ਹੋਏ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਕਵਨ ਕਾਜ ਸਿਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ ਪਵਨਿਦ ਤਰਨ ਤਾਰਨ ਚਿੰਤਾ ਮਨ ਇੱਕ ਨਿਮਕ ਨਏ ਮਨ ਲਾਇਆ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜਿਉ ਪਿੰਡ ਥਾ ਦੀਆ ਤਿਸ ਕੀ ਭਾਉ ਭਗਤ ਨਹੀਂ ਸਾਦੀ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜਿਉ ਪਿੰਡ ਥਾ ਦੀਆ ਤਿਸ ਕੀ ਭਾਉ ਭਗਤ ਨਹੀਂ ਸਾਦੀ ਰਹਾ ਪਰ ਧਨ ਪਰ ਧਨ ਪਰਤੀ ਨਿੰਦਾ ਪਰ ਅਪਵਾਦ ਨਾ ਛੁਟੈ ਆਵਾਗਮਨ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਟੁਟੈ ਜੇ ਕਰ ਕਥਾ ਹੋਤ ਹਰ ਸੰਤਨ ਇੱਕ ਨਿਮਖ ਨਾ ਕੀਨੋ ਮੈਂ ਫਿਰਾ ਲੰਪਟ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ ਕਾਮ ਕ੍ਰੋਧ ਮਾਇਆ ਮਦ ਮਤਸਰ ਏ ਸੰਪੈ ਮੋ ਮਾਹੀ ਦਇਆ ਧਰਮ ਅਰ ਗੁਰ ਕੀ ਸੇਵਾ ਏ ਸੁਪਨੰਤਰ ਨਾਹੀ ਦੀਨ ਦਇਆਲ ਕਿਰਪਾਲ ਦਮੋਦਰ ਭਗਤ ਬਛਲ ਪੈ ਹਰੀ ਕਹਿਤ ਕਬੀਰ ਪੀਰ ਜਨ ਰਾਖੋ ਹਰ ਸੇਵਾ ਕਰੋ ਤੁਮਾਰੀ ਕਹਿਤ ਕਬੀਰ ਪੀਰ ਜਨ ਰਾਖੋ ਹਰ ਸੇਵਾ ਕਰੋ ਤੁਮਾਰੀ ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸੁਭਾਏਮਾਨ ਸਤਸੰਗੀ ਜਨੋ ਦੋ ਰੋਜ਼ਾ ਗੁਰਮਤਿ ਸਮਾਗਮ ਦੇ ਪਹਿਲੇ ਸ਼ਾਮਾਂ ਦੇ ਦੀਵਾਨ ਦੀ ਹਾਜ਼ਰੀ ਭਰਦਿਆਂ ਹੋਇਆਂ ਸਤਿਗੁਰ ਜੀ ਦੀ ਗੋਦ ਵਿੱਚ ਬੈਠ ਕੇ ਸੋਦਾ ਰਹਿਰਾਸ ਦੀ ਪਾਵਨ ਬਾਣੀ ਦੇ ਪਾਠ ਤੋਂ ਉਪਰੰਤ ਸਤਿਕਾਰਯੋਗ ਭਾਈ ਸਾਹਿਬ ਹੁਣਾਂ ਪਾਸੋਂ ਆਪਾਂ ਸਤਿਗੁਰ ਦੀ ਪਾਵਨ ਬਾਣੀ ਦਾ ਕੀਰਤਨ ਸੁਣਿਆ।
ਭਗਤ ਕਬੀਰ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਜਿਸ ਦੀ ਆਪਾਂ ਵਿਚਾਰ ਸਾਂਝੀ ਕਰਨੀ ਹੈ, ਜਿਹਦਾ ਪਾਠ ਆਪਾਂ ਸਾਰਿਆਂ ਨੇ ਹੀ ਬਹੁਤ ਪਿਆਰ ਨਾਲ ਸਰਵਣ ਕੀਤਾ ਹੈ। ਪਾਵਨ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਜਿਨ੍ਹਾਂ ਨੇ ਵੀ ਜਲ ਪਾਣੀ ਛਕ ਲਿਆ, ਬਾਹਰ ਜਾਂ ਅੰਦਰ ਜਿੱਥੇ ਵੀ ਜਗ੍ਹਾ ਮਿਲਦੀ ਹੈ, ਬੈਠ ਕੇ ਸਤਿਗੁਰ ਦੇ ਪਾਵਨ ਉਪਦੇਸ਼ ਦੀ ਵਿਚਾਰ ਸਰਵਣ ਕਰੀਏ। ਆਓ, ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਕੋਈ ਵੀ ਰਸਨਾ ਫਤਿਹ ਤੋਂ ਵਾਂਝੀ ਨਾ ਰਵੇ। ਇੱਕ ਵਾਰ ਕਹਿਣ 'ਤੇ ਸਾਰੀ ਸੰਗਤ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਸ਼ਬਦ ਦਾ ਆਪਾਂ ਹੁਣੇ ਪਾਠ ਕੀਤਾ, ਇਹ ਸ਼ਬਦ ਭਗਤ ਕਬੀਰ ਜੀ ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਰਾਗ ਰਾਮਕਲੀ ਅੰਦਰ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 971 ਅੰਕ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਭਾਇਮਾਨ ਹੈ। ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਸ਼ਬਦ ਦੀਆਂ ਰਹਾਉ ਵਾਲੀਆਂ ਤੁਕਾਂ ਨੂੰ ਸਮਝ ਲਈਏ, ਪੜ੍ਹ ਲਈਏ, ਫਿਰ ਆਪਾਂ ਵਿਚਾਰ ਸਾਂਝੇ ਕਰਦੇ ਹਾਂ। ਰਹਾਉ ਦੀਆਂ ਤੁਕਾਂ ਨੇ ਗੋਬਿੰਦ ਹਮ ਐਸੇ ਅਪਰਾਧੀ, ਸੰਸਾਰ 'ਤੇ ਕਿਸੇ ਮਨੁੱਖ ਦੇ ਕੋਲੋਂ ਕੋਈ ਅਪਰਾਧ ਹੋ ਜਾਏ, ਚੋਰੀ ਹੋ ਜਾਏ, ਕਤਲ ਹੋ ਜਾਏ, ਅਤੇ ਮਨੁੱਖ ਉਸ ਅਪਰਾਧ ਤੋਂ ਬਚਣ ਵਾਸਤੇ ਅਦਾਲਤ ਵਿੱਚ ਆਪਣੇ ਹੱਕ ਵਿੱਚ ਵਕੀਲ ਕਰਦਾ, ਕੇਸ ਲੜਦਾ, ਅਤੇ ਬਹੁਤ ਵਾਰੀ ਸਮਾਜ ਵਿੱਚ ਇੰਝ ਵੀ ਹੁੰਦਾ ਵੀ ਜਿਹਨੇ ਗੁਨਾਹ ਕੀਤਾ ਹੁੰਦਾ, ਜਿਹਨੇ ਕਤਲ ਕੀਤਾ ਹੁੰਦਾ, ਜਿਹਨੇ ਚੋਰੀ ਕੀਤੀ ਹੁੰਦੀ ਹੈ, ਪੈਸੇ ਦੇ ਜ਼ੋਰ ਨਾਲ ਕਾਨੂੰਨ ਵੀ ਖਰੀਦੇ ਜਾਂਦੇ ਨੇ। ਅਪਰਾਧ ਕਰਨ ਵਾਲਾ ਬਾਹਰ ਬੈਠਾ ਹੈ ਅਤੇ ਜਿਹਨੇ ਅਪਰਾਧ ਨਹੀਂ ਕੀਤਾ ਕਈ ਵਾਰੀ ਉਹ ਜੇਲ੍ਹ ਵਿੱਚ ਬਹਿ ਜਾਂਦਾ, ਸਲਾਖਾਂ ਦੇ ਪਿੱਛੇ ਧੱਕਿਆ ਜਾਂਦਾ। ਪਰ ਭਗਤ ਕਬੀਰ ਜੀ ਕਿੱਡੀ ਕੀਮਤੀ ਗੱਲ ਕਹਿੰਦੇ ਨੇ, ਕਿੱਡਾ ਪਿਆਰਾ ਘਰ ਹੈ ਇੱਥੇ, ਵੀ ਇੱਥੇ ਅਪਰਾਧ ਆਪ ਮੰਨਿਆ ਜਾ ਰਿਹਾ ਵੀ ਇਹ ਅਪਰਾਧ ਅਸੀਂ ਕੀਤਾ, ਇਹ ਗੁਨਾਹ ਅਸੀਂ ਕੀਤਾ। ਵੈਸੇ ਸੰਸਾਰ ਦੇ ਅੰਦਰ ਕੋਈ ਹੋ ਸਕਦਾ ਵੀ ਕਿਸੇ ਅਪਰਾਧ ਤੋਂ ਬਚਿਆ ਹੋਵੇ, ਬੰਦਾ ਕਹੇ ਮੈਂ ਜ਼ਿੰਦਗੀ 'ਚ ਕੋਈ ਅਪਰਾਧ ਨਹੀਂ ਕੀਤਾ, ਪਰ ਜਿਸ ਅਪਰਾਧ ਦੀ ਗੱਲ ਭਗਤ ਕਬੀਰ ਜੀ ਕਰਦੇ ਹਨ, ਕੋਈ ਤਾਵਾਂ ਹੀ ਬਚਿਆ। ਉਹ ਅਪਰਾਧ ਹੈ ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜਿਸ ਰੱਬ ਨੇ ਜੀਓ ਜਿੰਦ ਦਿੱਤੀ ਆ, ਪਿੰਡ ਸਰੀਰ ਦਿੱਤਾ, ਤਿਸ ਕੀ ਉਸ ਮਾਲਕ ਦੀ ਭਾਓ ਭਗਤ ਨਹੀਂ ਸਾਧੀ, ਵੀ ਉਹਦਾ ਧੰਨਵਾਦ ਨਹੀਂ ਕਦੀ ਕੀਤਾ ਸੀ, ਉਹਦਾ ਸ਼ੁਕਰਾਨਾ ਨਹੀਂ ਕੀਤਾ। ਹੁਣ ਆਪਾਂ ਕਹਾਂਗੇ ਵੀ ਹੁੰਦਾ ਹੈ ਸ਼ੁਕਰਾਨਾ, ਬੜਿਆਂ ਨੇ ਕੀਤਾ, ਅਸੀਂ ਰੋਜ਼ ਕਹਿੰਦੇ ਸ਼ੁਕਰ ਹੈ ਮਾਲਕਾ ਤੇਰਾ, ਅਸੀਂ ਕਹਿੰਦੇ, ਅਸੀਂ ਕਹਾਂਗੇ ਕਰਦੇ ਹਾਂ। ਜਵਾਨੀ ਗੁਲਾਮੀ ਤਾਂ ਸਾਰੀ ਦੁਨੀਆ ਕਰੀ ਜਾਂਦੀ ਹੈ ਵੀ ਰੱਬਾ ਸਾਰਾ ਕੁਝ ਤੇਰਾ ਹੀ ਦਿੱਤਾ ਹੈ, ਸਾਰਾ ਕੁਝ ਮਾਲਕਾ ਤੁਹਾਡੀ ਕਿਰਪਾ ਹੈ, ਪਰ ਕਹਿੰਦੇ ਬੰਦਿਆਂ ਰਾਹੀਂ ਆ, ਕਹਿੰਦੇ ਮਨੁੱਖਾਂ ਰਾਹੀਂ ਆ ਵੀ ਆਹ ਉਹਦੇ ਕਰਕੇ ਮਿਲਿਆ, ਆਹ ਉਹਦੇ ਕਰਕੇ ਮਿਲਿਆ, ਜੇ ਮੈਂ ਉੱਥੇ ਨਾ ਜਾਂਦਾ ਮੇਰੇ ਕੋਲ ਆਹ ਨਹੀਂ ਸੀ ਆਉਣਾ। ਡਾਇਰੈਕਟ ਮਾਲਕ ਨਾਲ ਕੋਈ ਟਾਵਾਂ ਹੀ ਸਾਂਝ ਪਾਉਂਦਾ ਹੈ ਕਿ ਮਾਲਕ ਜੀ ਸਭ ਕੁਝ ਤੁਹਾਡਾ ਦਿੱਤਾ ਹੋਇਆ। ਆਓ ਇੱਕ ਵਾਰ ਸ਼ਬਦ ਦੀ ਵਿਚਾਰ ਸਾਂਝੀ ਕਰਨ ਤੋਂ ਪਹਿਲਾਂ ਰਲ ਕੇ ਇਹਨਾਂ ਤੁਕਾਂ ਦਾ ਪਾਠ ਕਰ ਲਈਏ, ਫਿਰ ਆਪਾਂ ਵਿਚਾਰ ਸਾਂਝੇ ਕਰਦੇ ਹਾਂ। ਹਮ ਐਸੇ ਅਪਰਾਧੀ ਗੋਬਿੰਦ, ਹਮ ਐਸੇ ਅਪਰਾਧੀ, 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 ਵਾਹ ਵਾਹ। ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਜ
ਜਿਨ ਪ੍ਰਭ ਜੀਉ ਪਿੰਡ ਥਾ ਦੀਆ, ਜਿਨ ਪ੍ਰਭ ਜੀਉ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਦੀ, ਤਿਸ ਕੀ ਭਾਉ ਭਗਤ ਨਹੀਂ ਸਾਦੀ, ਹਮ ਐਸੇ ਅਪਰਾਧੀ ਗੋਬਿੰਦ, ਹਮ ਐਸੇ ਅਪਰਾਧੀ, ਹਮ ਐਸੇ ਜਿਨ ਪ੍ਰਭ ਜੀਉ ਪਿੰਡ ਥਾ ਦੀਆ, ਜਿਨ ਪ੍ਰਭ ਜੀਉ ਪਿੰਡ ਥਾ ਦੀਆ, ਜਦੋਂ ਸਾਡੇ ਘਰ ਕੋਈ ਬੱਚਾ ਬੱਚੀ ਜਨਮ ਲੈਂਦੇ ਨੇ, ਮਾਰਿਓ ਧਿਆਨ ਸਾਰੇ, ਖਾਸ ਕਰਕੇ ਜੇ ਪੁੱਤਰ ਹੋ ਜਾਏ ਤਾਂ ਪੁੱਤਰ ਦੀ ਆਮਦ ਵਿੱਚ ਖੁਸ਼ੀ ਮਨਾਉਣ ਦੇ ਸਾਡੇ ਭਲਾ ਪੰਜਾਬੀਆਂ ਦੇ ਤਰੀਕੇ ਕਿਹੜੇ ਨੇ? ਤਰੀਕੇ ਨੇ ਵੀ 13ਵੇਂ ਵਾਲੇ ਦਿਨ, 21ਵੇਂ ਵਾਲੇ ਦਿਨ ਜਾਂ ਦੋ ਦਿਨ ਮੁਕਰਰ ਕਰਦੇ ਹਾਂ ਵੀ ਇਸ ਦਿਨ ਰਿਸ਼ਤੇਦਾਰ ਇਕੱਠੇ ਕਰਦੇ ਹਾਂ। ਕੋਈ ਤਾਂ ਬਾਣੀ ਦਾ ਪਾਠ ਕਰਾਉਂਦਾ ਅਤੇ ਕਈ ਇਸ ਤੋਂ ਬਿਨਾਂ ਵੀ ਸਾਰ ਲੈਂਦੇ ਨੇ। ਇੱਕ ਬੰਨੇ ਕਹਿੰਦੇ ਮਾਲਕ ਦੀ ਦਿੱਤੀ ਦਾਤ ਆ, ਇੱਕ ਬੰਨੇ ਕਹੀ ਜਾਵਾਂਗੇ ਪੁੱਤਰ ਸਾਨੂੰ ਰੱਬ ਨੇ ਦਿੱਤਾ, ਕਹਾਂਗੇ ਇਹੋ ਹੀ ਮਾਲਕ ਦਾ ਦਿੱਤਾ ਹੈ। ਅਤੇ ਧੰਨਵਾਦ ਕਿਹਦਾ ਕਰਦੇ ਹਾਂ? ਦਾਰੂ ਦਾ, ਸ਼ਰਾਬ ਦਾ, ਨਸ਼ਿਆਂ ਦਾ। ਚੀਜ਼ਾਂ ਕਿਹੜੀਆਂ ਹੁੰਦੀਆਂ ਨੇ ਸਾਡੇ ਘਰਾਂ 'ਚ ਭਲਾ? ਕਦੀ ਮਾਰੋ, ਅੱਜ ਕੱਲ੍ਹ ਤਾਂ ਪੈਲਸਾਂ ਵਿੱਚ ਲੋਕ ਆਪਣੇ ਬੱਚਿਆਂ ਦੇ ਇਹ ਜਨਮ ਦਿਨ ਮਨਾਉਣ ਲੱਗ ਪਏ, ਖੁੱਲ੍ਹਾ ਖਰਚਾ ਕਰਦੇ ਨੇ, ਨਸ਼ੇ ਪੀਂਦੇ ਨੇ, ਸ਼ਰਾਬਾਂ ਪੀਤੀਆਂ ਜਾਂਦੀਆਂ ਨੇ, ਪਿਆਈਆਂ ਜਾਂਦੀਆਂ ਨੇ। ਜੇ ਕੋਈ ਰਾਗੀ ਪ੍ਰਚਾਰਕ ਸਾਨੂੰ ਰੋਕੇ ਤਾਂ ਸਾਨੂੰ ਇਹ ਗੱਲਾਂ ਚੁੱਭਦੀਆਂ ਨੇ, ਅਸੀਂ ਮੰਨਣ ਨੂੰ ਤਿਆਰ ਨਹੀਂ, ਸਾਨੂੰ ਗੁੱਸਾ ਆਉਂਦਾ, ਚਿੱਪ ਚੜ੍ਹਦੀ ਹੈ, ਕ੍ਰੋਧ ਆਉਂਦਾ। ਇਹ ਗੱਲਾਂ ਸਾਡੀ ਖੁਸ਼ੀ 'ਚ ਰੰਗ 'ਚ ਭੰਗ ਪਾਈ ਜਾਂਦੇ ਨੇ। ਰੰਗ 'ਚ ਭੰਗ ਹੁਣ ਨਹੀਂ ਪੈਣਾ, ਉਦੋਂ ਪੈਣਾ ਜਦੋਂ ਇਹ ਗਲਤ ਕੰਮ ਕਰੇਗਾ, ਉਦੋਂ ਖੁਸ਼ੀਆਂ ਨੂੰ ਖੰਭ ਲੱਗਣੇ ਨੇ। ਬੋਲਣ ਨਾਲ ਕਿੱਦਾਂ ਲੱਗ ਜਾਣੇ ਖੁਸ਼ੀਆਂ ਨੂੰ ਖੰਭ? ਸਾਡੇ ਬੋਲਣ ਨਾਲ ਥੋੜ੍ਹਾ ਲੱਗਣੇ ਨੇ, ਇਹ ਤਾਂ ਉੱਦਣ ਲੱਗਣੇ ਨੇ ਜਦੋਂ ਲੋਕ ਆਣ ਕਹਿਣਗੇ ਜਵਾਕ ਵਿਗੜ ਗਿਆ ਤੁਹਾਡਾ, ਗਲਤ ਢਾਣੀ 'ਚ ਬਹਿਣ ਲੱਗ ਪਿਆ। ਬੱਚਾ ਜਦੋਂ ਰੋਂਦਾ ਹੈ ਨਾ, ਭਾਈ ਗੁਰਦਾਸ ਜੀ ਲਿਖਦੇ ਆ, ਬੱਚਾ ਜਦੋਂ ਰੋਂਦਾ ਹੈ, ਜਨਮ ਲੈਂਦਾ ਹੈ, ਤਾਂ ਤੰਦਰੁਸਤੀ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਡਾਕਟਰਾਂ ਮੁਤਾਬਕ, ਵੀ ਠੀਕ ਠਾਕ ਹੈ। ਭੈਣਾਂ ਬੈਠੀਆਂ ਨੇ, ਸਿਆਣੀਆਂ ਮਾਵਾਂ ਬੈਠੀਆਂ, ਜੇ ਨਾ ਰੋਵੇ ਤਾਂ ਡਾਕਟਰਾਂ ਨੂੰ ਚਿੰਤਾ ਹੋ ਜਾਂਦੀ ਹੈ ਵੀ ਇਹ ਰੋਇਆ ਨਹੀਂ, ਕਿਤੇ ਬੋਲਣ ਦੀ ਪ੍ਰੋਬਲਮ ਨਾ ਹੋਵੇ, ਕੱਲ੍ਹ ਨੂੰ ਸੁਣਨ ਦੀ ਪ੍ਰੋਬਲਮ ਨਾ ਹੋਵੇ। ਬਹੁਤ ਵਾਰੀ ਬੱਚੇ ਨੂੰ ਪੁੱਠਾ ਸਿੱਧਾ ਕਰਕੇ ਰਵਾਇਆ ਜਾਂਦਾ ਹੈ, ਡਾਕਟਰਾਂ ਦੇ ਆਪਣੇ ਕਾਰਨ ਨੇ ਵੀ ਇਹ ਰੋਂਦਾ ਕਿਉਂ ਨਹੀਂ, ਇਹਨੂੰ ਰਵਾਈਏ, ਦਾਈਆਂ ਨਰਸਾਂ ਦੇ ਆਪਣੇ ਕਾਰਨ ਨੇ, ਪਰ ਭਾਈ ਗੁਰਦਾਸ ਜੀ ਦਾ ਆਪਣਾ ਕਾਰਨ ਹੈ। ਇਹ ਅਧਿਆਤਮਿਕ ਖੇਤਰ ਦੀ ਗੱਲ ਕਰਦੇ ਨੇ। ਭਾਈ ਸਾਹਿਬ ਕਹਿੰਦੇ ਨੇ ਸਾਡੇ 5-7 ਰੁਪਈਏ ਗਵਾਚ ਜਾਣ, ਸਾਡਾ ਥੋੜ੍ਹਾ ਜਿਹਾ ਨੁਕਸਾਨ ਹੋ ਜਾਏ ਅਤੇ ਆਪਾਂ ਰੋਟੀ ਚੰਗੀ ਲੱਗਦੀ ਉਦਣ। ਅਤੇ ਭਾਈ ਸਾਹਿਬ ਕਹਿੰਦੇ ਨੇ ਬੱਚਾ ਪਤਾ ਕਿਉਂ ਰੋਇਆ? ਕਹਿੰਦੇ ਰੋਵੈ ਰਤਨ ਗਵਾਏ ਕੈ, ਮਾਇਆ ਮੋਹ ਹਨੇਰ ਗੁਬਾਰਾ। ਬੱਚਾ ਤਾਂ ਰੋਂਦਾ ਵੀ ਉਹਦੇ ਕੋਲੋਂ ਰਤਨ ਗਵਾਚ ਗਏ। ਬਾਣੀ ਦੇ ਮੁਤਾਬਕ, ਬਾਣੀ ਵਿੱਚ ਸ਼ਬਦ ਹੈ ਮਾਤ ਗਰਭ ਮੈਂ ਆਪਣ ਸਿਮਰਨ ਦੇ। ਹੁਣ ਐਸਾ ਨਹੀਂ ਕਿ ਮਾਤਾ ਦੇ ਗਰਭ 'ਚ ਗੁਟਕਾ ਲੈ ਕੇ ਪਾਠ ਕਰ ਰਿਹਾ ਵੀ ਉਹ ਉੱਥੇ ਬਹਿ ਕੇ ਅੱਲਾ ਅੱਲਾ ਰਾਮ ਰਾਮ, ਜੇ ਮੁਸਲਮਾਨਾਂ ਦਾ ਬੱਚਾ ਤਾਂ ਅੱਲਾ ਅੱਲਾ ਕਰ ਰਿਹਾ ਗਰਭ ਦੇ ਵਿੱਚ, ਹਿੰਦੂਆਂ ਦਾ ਬੱਚਾ ਤਾਂ ਰਾਮ ਰਾਮ ਕਰ ਰਿਹਾ, ਸਿੱਖਾਂ ਦਾ ਬੱਚਾ ਤਾਂ ਅੰਦਰ ਹੀ ਵਹਿਗਰੂ ਵਹਿਗਰੂ ਕਰ ਰਿਹਾ। ਐਸਾ ਨਹੀਂ ਹੈ, ਇਹਦਾ ਮਤਲਬ ਹੈ ਅੰਦਰ ਨਿਯਮ 'ਚ ਹੈ, ਉਹਨੂੰ ਗਰਮੀ ਸਰਦੀ ਧੁੱਪ ਛਾਂ ਤਕਲੀਫ ਨਹੀਂ ਦਿੰਦੀਆਂ, ਉਹ ਜਠਰ ਅਗਨੀ ਖਾਣੇ ਨੂੰ ਪਹੁੰਚਾ ਦਿੰਦੀ ਹੈ, ਬੱਚੇ ਨੂੰ ਕੁਝ ਨਹੀਂ ਕਹਿੰਦੀ। ਉਹ ਹੀਟ 'ਚ ਵੀ ਅੰਦਰ ਬੈਠਾ, ਨਿਯਮ 'ਚ ਹੈ, ਉਹਦੇ ਭਾਣੇ 'ਚ ਹੈ, ਉਹਦਾ ਦੁੱਖ ਸੁੱਖ ਸਾਰਾ ਮਾਂ 'ਤੇ ਡਿਪੈਂਡ ਹੈ। ਮਾਤ ਗਰਭ ਮੈਂ ਆਪਣ ਸਿਮਰਨ ਦੇ, ਸਿਮਰਨ ਦਾ ਅਰਥ ਹੀ ਡਿਸਿਪਲਿਨ ਹੈ। ਸਿਮਰਨ ਦਾ ਅਰਥ ਕੇਵਲ ਜ਼ੁਬਾਨੀ ਕਲਾਮੀ ਨਹੀਂ, ਜੇ ਜ਼ੁਬਾਨ ਦੀ ਖੇਡ ਹੋਵੇ
ਫਿਰ ਤਾਂ ਜਿਹੜੇ ਗੂੰਗੇ ਬੰਦੇ ਨੇ ਉਹ ਤਾਂ ਰੱਬ ਨੂੰ ਕਹਿ ਸਕਦੇ, ਰੱਬਾ ਸਾਡੇ ਕੋਲ ਜ਼ਬਾਨ ਹੀ ਹੈ ਨਹੀਂ, ਜੇ ਅਸੀਂ ਨਹੀਂ ਕਰਦੇ ਸਾਡਾ ਕਸੂਰ ਕੀ ਹੈ। ਸਾਧਨ ਹੈ ਜ਼ਬਾਨ, ਇੱਕ ਸਾਧਨ ਹੈ, ਪਰ ਜਿਹੜੇ ਦੁਨੀਆ 'ਤੇ ਬਹੁਤ, ਦੁਨੀਆ 'ਤੇ ਬਹੁਤ ਗਿਣਤੀ ਐਸੇ ਜਿਹੜੇ ਗੂੰਗੇ ਵੀ ਅਤੇ ਬਹਿ, ਜਿਹੜੇ ਸੁਣ ਵੀ ਨਹੀਂ ਸਕਦੇ ਅਤੇ ਬੋਲ ਵੀ ਨਹੀਂ ਸਕਦੇ, ਕਿ ਉਹ ਪਰਮੇਸ਼ੁਰ ਦਾ ਸਿਮਰਨ ਨਹੀਂ ਕਰ ਸਕਦੇ। ਸਿਮਰਨ ਦੀ ਖੇਡ ਤਾਂ ਸੁਰਤ ਨਾਲ ਹੈ, ਉਹ ਤਾਂ ਵਿਚਾਰਾਂ ਨਾਲ ਹੈ। ਠੱਗੀ ਤਾਂ ਗੂੰਗਾ ਬੰਦਾ ਵੀ ਮਾਰ ਸਕਦਾ, ਬੇਈਮਾਨੀ ਤਾਂ ਬਹਿਰਾ ਬੰਦਾ ਵੀ ਕਰ ਸਕਦਾ। ਗੱਲ ਤਾਂ ਨਿਯਮ ਦੀ ਸੀ ਉੱਥੇ, ਅਸੀਂ ਲਿਆ ਕੇ ਇੱਥੇ ਖੜਾ ਕਰਤਾ। ਵੇਖੋ ਜੀ, ਹੁਣ ਬਹੁਤ ਬੰਦੇ ਐਸੇ ਨੇ ਜਿਹੜੇ ਦੋ ਦੋ ਘੰਟੇ ਵਹਿਗਰੂ ਵਹਿਗਰੂ ਵੀ ਕਰਦੇ ਨੇ, ਗੁੱਸਾ ਨਾ ਮਨਾਇਓ, ਤਗੜਾ ਹਿਰਦਾ ਕਰਕੇ ਸੁਣਿਓ, ਪਰ ਘਰ ਵਿੱਚ ਬੋਲਣਾ ਨਹੀਂ ਆਉਂਦਾ। ਮਾਂ ਬੜੀ ਦੁਖੀ ਉਹਦੇ ਕੋਲੋਂ, ਪਤਨੀ ਕਹਿੰਦੀ ਨੂੰ ਬੋਲਣਾ ਸਿਖਾਓ ਕਿਤੇ, ਗੰਦੀਆਂ ਗਾਲਾਂ ਕੱਢਦਾ ਮਾਵਾਂ ਨੂੰ, ਜਾਂ ਮਾਂ ਨੂੰ ਵੀ ਬਹੁਤ ਬਹੁਤ ਭੈੜੇ ਸ਼ਬਦ ਬੋਲਦਾ। ਰਿਸ਼ਤੇਦਾਰਾਂ ਦੇ ਨਾਲ ਕੋਈ ਸਲੀਕੇ ਨਾਲ ਗੱਲ ਨਹੀਂ ਕਰਨੀ ਆਉਂਦੀ, ਉੱਦਾਂ ਦੋ ਘੰਟੇ ਰੱਬ ਦਾ ਬੋਲੋ ਜੀ ਸਿਮਰਨ ਲੈਂਦਾ। ਗੁਰਦੁਆਰੇ ਲਾਈਟਾਂ ਬੰਦ ਬੰਦ ਕਰਕੇ ਵੀ ਰੱਬ ਨੂੰ ਯਾਦ ਕਰਦਾ। ਬਹੁਤ ਬਹੁਤ ਕੁਝ ਚੱਲ ਪਿਆ ਸਾਡੇ ਸਿੱਖਾਂ ਵਿੱਚ, ਜਿੰਨਾ ਕੁਝ, ਜਿੰਨਾ ਗੰਦ ਸਿੱਖਾਂ ਵਿੱਚ ਪੈ ਚੁੱਕਾ ਹੈ ਨਾ, ਸਾਫ ਕਰਨ ਨੂੰ ਬਹੁਤ ਟਾਈਮ ਲੱਗਣਾ ਅਜੇ। ਜਿੰਨਾ ਗੰਦ ਪੈ ਚੁੱਕਾ, ਗੰਦ ਸੱਚਾਈ ਹੈ, ਤਾਂ ਰੱਬ ਦੇ ਨਾਂ 'ਤੇ ਪਾ ਛੱਡਿਆ ਸੀ। ਜਿਸ ਰੱਬ ਨੇ ਗੰਦਗੀ ਸਾਫ ਕਰਨੀ ਸੀ, ਉਸ ਰੱਬ ਦੇ ਨਾਂ 'ਤੇ ਗੰਦ ਪਾਤਾ ਸੀ। ਸਿੱਧਾ ਰਸਤਾ ਸੀ ਇਹ। ਸਾਡੇ ਬੱਚੇ ਗੁਰਦੁਆਰੇ ਕਿਉਂ ਨਹੀਂ ਆ ਰਹੇ ਅੱਜ? ਉਲਝਣੀ ਇੰਨੀ ਪਾਤੀ ਆ। ਜਿੰਨਾ ਸੌਖਾ ਰਾਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੱਸਦੀ ਸੀ, ਇਹਨੂੰ ਇੰਨਾ ਉਲਝਾਇਆ ਗਿਆ, ਸਾਡਾ ਨੌਜਵਾਨ ਗੁਰਦੁਆਰੇ ਆਉਣ ਨੂੰ ਤਿਆਰ ਨਹੀਂ। ਮਾਰਿਓ ਧਿਆਨ, ਤੁਹਾਡੇ ਵਿੱਚ ਕਿੰਨਾ ਨੌਜਵਾਨ ਵਰਗ ਬੈਠਾ, ਅਤੇ ਹੁਣ ਥੋੜ੍ਹਾ ਜਿਹਾ ਫਰਕ ਪਿਆ, ਨੌਜਵਾਨ ਵਰਗ ਇਸ ਬੰਨੇ ਆਉਣ ਲੱਗਾ, ਨਹੀਂ ਤਾਂ ਆਉਂਦਾ ਹੀ ਨਹੀਂ ਸੀ। ਤੁਹਾਨੂੰ ਪਤਾ ਹੀ ਹੈ ਜੀ, ਗੁਰਦੁਆਰੇ ਖਾਲੀ, ਕਾਰਨ ਉਹ ਜਿਹੜਾ ਧਰਮ ਗੁਰਦੁਆਰੇ ਸਮਝਾਇਆ ਜਾ ਰਿਹਾ ਸੀ, ਬੱਚਿਆਂ ਦੀ ਪਹੁੰਚ ਤੋਂ ਪਰੇ ਸੀ। ਜਦੋਂ ਐਡੇ ਐਡੇ ਗੱਪ ਗੁਰਦੁਆਰੇ ਛੱਡ ਜਾਣੇ, ਸਾਡਾ ਬਾਬਾ 25 ਪਾਠ ਕਰਕੇ ਰੋਟੀ ਖਾਂਦਾ ਸੀ, ਤੁਸੀਂ ਕਰਕੇ ਖਾ ਲਓਗੇ 25 ਪਾਠ? ਬੋਲ ਕੇ ਦੱਸੋ ਜੀ, ਤੁਹਾਡੇ ਜਿਹੜਾ ਕਰਕੇ 25, ਮੈਨੂੰ ਦੱਸਿਓ ਜੀ, ਜਪਜੀ ਸਾਹਿਬ 25 ਪਾਠ ਕਰਕੇ ਰੋਟੀ ਖਾਓਗੇ? ਬੋਲ ਕੇ ਦੱਸੋ ਜੀ, ਗੱਪ ਨਹੀਂ ਛੱਡਣੀ ਆਉਂਦੀ, ਸਿੱਧੀ ਗੱਲ ਹੈ ਵੀ 25 ਪਹਿਲਾਂ ਜਪਜੀ ਸਾਹਿਬ ਪਾਠ ਕਰਨਾ, ਫਿਰ ਰੋਟੀ ਖਾਣੀ ਹੈ। ਅਤੇ ਇੱਕ ਪਾਠ ਨੂੰ ਟਾਈਮ ਕਿੰਨਾ ਲੱਗਦਾ? ਸਟੇਜਾਂ 'ਤੇ ਢਾਡੀਆਂ, ਕਵੀਸ਼ਰਾਂ, ਬਾਬਿਆਂ, ਸਾਡੇ ਬਾਬਾ ਜੀ 125 ਪਾਠ ਕਰਕੇ ਰੋਟੀ ਖਾਂਦੇ ਸੀ। ਅੱਛਾ, ਬਾਕੀ ਕੰਮ ਕਦੋਂ ਕਰਦੇ ਸੀ? ਜੇ ਗੁਰੂ ਨਾਨਕ ਸਾਹਿਬ ਉਹ ਕੰਮ ਕਰਦੇ, ਤਾਂ ਬਾਬਰ ਨੂੰ ਜਾਬਰ ਕਿਵੇਂ ਕਹਿੰਦੇ? ਕੰਮ 'ਤੇ ਪਾਠ ਵਾਲੇ ਬੰਨੇ, ਸਾਰਾ ਕੰਮ 'ਤੇ ਪਾਠ ਵਾਲੇ ਬੰਨੇ ਲਾ ਛੱਡਿਆ। ਪਾਠ ਤਾਂ ਬਹੁਤ ਹੋ ਰਹੇ ਨੇ, ਪਾਠ ਤਾਂ ਜਿੰਨੇ ਡੇਰਿਆਂ 'ਚ ਹੋ ਰਹੇ ਨੇ, 14-14 ਅਖੰਡ ਪਾਠ, 50-50 ਅਖੰਡ ਪਾਠ। ਘਬਰਾਹਟ ਹੈ ਸਰਕਾਰਾਂ ਨੂੰ ਇਹਨਾਂ ਤੋਂ ਕੋਈ? ਉਹ ਤਾਂ ਆਉਂਦੇ ਕੰਮ ਲੱਗੇ ਰਹੋ, ਤਗੜੇ ਹੋ ਕੇ, ਸਾਨੂੰ ਨਾ ਲੁੱਟ ਕਸੁੱਟ ਤੋਂ ਰੋਕੇ ਹੋ, ਤੁਸੀਂ ਆਪਣੇ ਕੰਮ ਲੱਗੇ ਰਹੋ, ਇਹ ਕੰਮ ਤਾਂ ਉਹ ਚਾਹੁੰਦੇ ਨੇ ਅਗਲੇ। ਗੱਲ ਤਾਂ ਤੇਰਾ ਜੀਵਨ ਪਾਠ ਬਣੇ, ਦੀਵਾ ਬਲੈ ਹਨੇਰਾ ਜਾਏ, ਦੀਵਾ ਜਗਦਾ ਹੋਵੇ ਹਨੇਰਾ ਫੇਰ ਵੀ ਦੂਰ ਨਾ ਹੋਵੇ, ਲੋਕ ਸ਼ੱਕ ਕਰਨਗੇ, ਜਾਂ ਦੀਵਾ ਨਹੀਂ ਜਗ ਰਿਹਾ, ਭੁਲੇਖਾ ਪੈ ਰਿਹਾ ਵੀ ਦੀਵਾ ਜਗ ਰਿਹਾ, ਹਨੇਰਾ ਫੇਰ ਵੀ ਆਉਣਾ। ਤੁਹਾਡੇ ਸਾਹਮਣੇ 4-5 ਹੀ ਲਾਈਟ, ਆਪਾਂ 7-8 ਹੈ, ਵੇਖ ਚਾਨਣ ਹੈ ਨਾ, ਕੁਛ ਆ ਕਰ ਸਕਦਾ ਜੀ? ਲਾਈਟਾਂ ਨਹੀਂ ਜਗ ਰਹੀਆਂ ਅਤੇ ਹਨੇਰਾ ਨਾ ਭਾਈ, ਆ ਵੇਖ ਲਓ ਕਿੰਨੀਆਂ ਲਾਈਟਾਂ ਜਗ ਰਹੀਆਂ, ਅਸਰ ਵੀ ਹੈਗਾ ਵੀ ਸਾਰਿਆਂ ਦੇ ਚਿਹਰੇ ਦਿਸ ਰਹੇ ਨੇ। ਦੀਵਾ ਜਗ ਰਿਹਾ ਹੋਵੇ ਅਤੇ ਲਾਗੇ ਫੇਰ ਵੀ ਹਨੇਰਾ ਹੋਵੇ, ਸ਼ੱਕ ਪਵੇਗਾ ਵੀ ਦੀਵਾ ਰੌਸ਼ਨੀ ਸਹੀ ਨਹੀਂ ਦੇ ਰਿਹਾ। ਗੁਰਮਤ ਦਾ ਦੀਵਾ ਜਗਦਾ ਹੋਵੇ, ਅਸੀਂ ਫੇਰ ਵੀ ਮੱਠੀਆਂ 'ਤੇ ਦੀਵੇ ਜਗਾਈ ਜਾਈਏ? ਗੁਰੂ ਗ੍ਰੰਥ ਸਾਹਿਬ ਦਾ ਗਿਆਨ ਦਾ ਦੀਵਾ ਜਗਦਾ ਹੋਵੇ, ਮੈਂ ਫੇਰ ਵੀ ਦੇਹ ਧਾਰੀਆਂ ਦੀਆਂ ਪਰਿਕਰਮਾ ਕਰੀ ਜਾਵਾਂ, ਛੱਕ ਪਵੇਗਾ, ਦੀਵਾ ਅੰਦਰ ਜਗਾਇਆ ਹੀ ਨਹੀਂ, ਛੱਕ ਪਵੇਗਾ। ਦੀਵਾ ਅੰਦਰ ਨਹੀਂ ਜਗਾਇਆ, ਨਾਟਕ ਹੀ ਖੇਡਿਆ। ਜਦੋਂ ਅੰਦਰ ਦੀਵਾ ਜਾਗਿਆ, ਚਾਨਣ ਹੋਏਗਾ। ਗੁਰਬਾਣੀ ਇਸ ਜਗ ਮੈਂ ਚਾਨਣ, ਗੁਰਬਾਣੀ ਚਾਨਣ, ਅਤੇ ਚਾਨਣ ਬੜੀ ਵੱਡੀ ਚੀਜ਼ ਹੁੰਦੀ ਹੈ। ਚਾਨਣ ਸ਼ਬਦ ਦੀ ਜੇ ਤੁਸੀਂ ਵਿਆਖਿਆ ਕਰੋਗੇ ਨਾ, ਤੈਨੂੰ ਹੁਣ ਚਾਨਣ ਹੋ ਗਿਆ, ਪਤਾ ਲੱਗ ਗਿਆ, ਚਾਨਣ ਦੇ ਅਰਥ ਇਹ ਵੀ ਆਉਂਦੇ ਨੇ, ਤੈਨੂੰ ਹੁਣ ਚਾਨਣ ਹੋ ਗਿਆ, ਜਾਣੀ ਕਿ ਪਤਾ ਲੱਗ ਗਿਆ। ਚਾਨਣ ਦੇ ਅਰਥ ਬਹੁਤ ਨੇ, ਚਾਨਣ ਤਾਂ ਚਾਨਣੀ ਤਾਂ ਚਾਹੀਦਾ, ਹਨੇਰਾ ਤਾਂ, ਹਨੇਰੇ ਵਿੱਚ ਹੀ ਤਾਂ ਭੁਲੇਖੇ ਪੈਂਦੇ ਨੇ ਸਾਰੇ, ਹਨੇਰੇ ਵਿੱਚ ਤਾਂ। ਹੁਣ ਆਪਾਂ ਸਾਰੇ ਬੈਠੇ, ਆਪਾਂ ਆਪਣੇ ਘਰ 'ਚ ਬੈਠੇ ਹੋਈਏ, ਸਾਰੇ ਟੀ ਵੀ ਵੇਖ ਰਹੇ ਹੋਈਏ, ਬਾਪ ਬੈਠਾ ਹੈ, ਧੀ ਬੈਠੀ ਹੈ, ਪਤਨੀ ਬੈਠੀ ਹੈ, ਬਜ਼ੁਰਗ ਬਾਪੂ ਬੈਠਾ, ਸਾਰੇ ਬੈਠੇ ਹੈ,
ਲਾਈਟ ਜਗ ਰਹੀ ਹੈ, ਸਾਰਾ ਪਰਿਵਾਰ ਟੀ ਵੀ ਵੇਖ ਰਿਹਾ, ਸਾਨੂੰ ਸਾਰਿਆਂ ਨੂੰ ਸਾਰਿਆਂ ਦੇ ਚਿਹਰੇ ਦਿਸ ਰਹੇ ਹਨ, ਇੱਕਦਮ ਲਾਈਟ ਚਲੀ ਜਾਵੇ, ਕਮਰੇ 'ਚੋਂ ਨਿਕਲਣਾ ਵੀ ਔਖਾ ਹੁੰਦਾ, ਚਪਲਾਂ ਵੀ ਲੱਭਦੀਆਂ ਆਪਣੀਆਂ ਉੱਥੋਂ, ਕਿੱਦਾਂ ਲੱਭਦੇ ਜੀ ਭਲਾ ਹਨੇਰੇ 'ਚ, ਜਦੋਂ ਆਪਾਂ ਹਨੇਰੇ ਦੇ ਵਿੱਚ ਆਪਾਂ ਕਿੱਦਾਂ ਟੋਹਨੇ ਹਾਂ, ਅਤੇ ਕਈ ਵਾਰੀ ਭੁਲੇਖੇ ਨਾ ਇੱਕ ਚਪਲ ਕਿਸੇ ਦੀ ਪਾ ਕੇ ਚੱਲ ਜਾਂਦਾ ਬੰਦਾ ਅਤੇ ਇੱਕ। ਅੱਛਾ, ਦਿਨ ਵੇਲੇ ਕਦੀ ਭੁਲੇਖਾ ਪੈ ਸਕਦਾ ਜੀ, ਇੱਦਾਂ ਬੋਲ ਕੇ ਦੱਸਿਓ, ਕਿਉਂ ਕਿਉਂਕਿ ਅੱਖਾਂ ਦੇ ਅੱਖਾਂ ਦੱਸਣ ਡੀਆਂ ਵਾ, ਬ੍ਰੇਨ ਨੂੰ ਮੈਸੇਜ ਪਿਆਉਣ ਡੀਆਂ, ਆਹ ਇੱਕ ਚੱਪਲ ਤੇਰੀ ਆਹ ਪਈ ਹੈ, ਇੱਕ ਉਹ ਪਈ ਹੈ, ਹਨੇਰੇ 'ਚ ਹੀ ਭੁਲੇਖਾ ਪੈਂਦਾ ਦੂਜੇ ਦੀ ਪਾ ਕੇ ਤੁਰ ਸਕਦਾ। ਭੁਲੇ ਹਨੇਰੇ ਵਿੱਚ ਰੱਸੀ ਵੀ ਸੱਪ ਦਾ ਭੁਲੇਖਾ ਪਾਉਂਦੀ, ਕਦੀ ਵੇਖਿਆ ਹਨੇਰੇ 'ਚ ਕੋਈ ਚੀਜ਼ ਆਪਣੇ ਨਾਲ ਲੱਗ ਜੇ ਤਬਕ ਨਹੀਂ ਜਾਂਦਾ ਬੰਦਾ। ਭਗਤ ਰਵਿਦਾਸ ਜੀ ਕਹਿੰਦੇ ਨੇ, ਰਾਜ ਪਿਆੰਗ ਪ੍ਰਸੰਗ ਜੈਸੇ ਹੈ, ਰਾਜ ਦਾ ਅਰਥ ਰੱਸੀ, ਪਿਆੰਗ ਕਹਿੰਦੇ ਸੱਪ ਨੂੰ, ਕਹਿੰਦੇ ਹਨੇਰੇ ਵਿੱਚ ਤਾਂ ਰੱਸੀਆਂ ਵੀ ਸੱਪ ਦਾ ਭੁਲੇਖਾ ਪਾਉਂਦੀਆਂ, ਹਨੇਰੇ ਵਿੱਚ ਤਾਂ ਬੰਦਾ ਡਰੀ ਜਾਂਦਾ, ਸ਼ਨੀਵਾਰ ਟਰੈਕਟਰ ਨਹੀਂ ਲੈ ਕੇ ਆਉਣਾ, ਲੋਹਾ ਨਹੀਂ ਖਰੀਦਿਆ ਸ਼ਨੀਵਾਰ, ਲੈਂਟਰ ਨਹੀਂ ਪਾਉਣਾ ਸ਼ਨੀਵਾਰ ਭਾਈ, ਸਰੀਆ ਨਹੀਂ ਸਿਰਫ, ਮਿਸਤਰੀ ਕਹਿੰਦਾ ਸਰੀਆ ਲੈ ਉਹ ਭਾਈ, ਸਵੇਰੇ ਆਪਾਂ ਬੀੜਨਾ, ਸਵੇਰੇ ਸਰੀਏ ਦਾ ਜਾਲ ਬਣਨਾ, ਉਹਨਾਂ ਨੂੰ ਚੇਤਾ ਆ ਗਿਆ ਵੀ ਅੱਜ ਤਾਂ ਬੋਲੋ ਜੀ ਸ਼ਨੀਵਾਰ, ਅੱਜ ਤਾਂ ਲੋਹਾ ਲੈ ਕੇ ਨਹੀਂ ਆਉਣਾ, ਕਿਉਂ ਜੀ, ਇਹਨੂੰ ਕਹਿੰਦੇ ਇਹਨੇ ਹਨੇਰਾ, ਹਨੇਰੇ ਵਿੱਚ ਇਹਨਾਂ ਚੀਜ਼ਾਂ ਦੇ ਡਰ ਬੈਠੇ ਹੋਏ ਸਾਡੇ ਮਨਾਂ ਵਿੱਚ, ਭੁਲੇਖੇ, ਮੈਂ ਵੀਰਵਾਰ ਕੱਪੜੇ ਨਹੀਂ ਧੋਣੇ, ਐਤਵਾਰ ਆਹ ਨਹੀਂ ਕਰਨਾ, ਜਿਸ ਦਲਦਲ 'ਚੋਂ ਗੁਰੂ ਨਾਨਕ ਨੇ ਸਾਨੂੰ ਇੰਨਾ ਲੰਬਾ ਟਾਈਮ ਲਾ ਕੇ ਕੱਢਿਆ, ਅਜੇ ਅਸੀਂ ਉੱਥੇ ਹੀ ਖਲੋਤੇ ਹਾਂ, ਤੁਰੇ ਥੋੜ੍ਹਾ ਅਸੀਂ, ਸਾਡੀ ਤਾਂ ਹਾਲਤ ਤੋਂ ਬਲਦ ਵਰਗੀ ਆ, ਜਿਹਦਾ ਜ਼ਿਕਰ ਭਾਈ ਗੁਰਦਾਸ ਨੇ ਕੀਤਾ, ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚੱਲਿਓ, ਪੁਰਾਣੇ ਸਮੇਂ ਜਾਂਦੇ ਸੀ ਨਾ ਟਿੰਨਾਂ ਵਾਲੇ ਖੂਹ, ਉਹ ਬਲਦ ਬੰਨੇ ਬੰਨੇ ਘੁੰਮੀ ਜਾਂਦੇ ਹੁੰਦੇ ਸੀ, ਹੁਣ ਪਹਿਲਾਂ ਟੋਕੇ ਵੀ ਬਲਦਾਂ ਵਾਲੇ ਹੁੰਦੇ ਸੀ, ਬਜ਼ੁਰਗਾਂ ਨੂੰ ਪਤਾ, ਪੱਠਿਆਂ ਵਾਲੇ ਟੋਕੇ ਵੀ ਬਲਦਾਂ ਵਾਲੇ ਹੁੰਦੇ ਸੀ, ਆਹ ਹੁਣ ਮਸ਼ੀਨੀ ਯੁੱਗ ਆ ਗਿਆ, ਘੱਟ ਗਏ ਨੇ, ਹੁਣ ਤਾਂ ਟਰੈਕਟਰ ਆ ਗਏ, ਬਲਦ ਹੌਲੀ ਹੌਲੀ ਉੱਦਾਂ ਹੀ ਘੱਟ ਗਏ, ਹੁਣ ਤਾਂ ਬਲਦ ਵੈਸੇ ਵੀ ਘੱਟ ਗਏ, ਤਾਂ ਜਦੋਂ ਬਲਦ ਇਕੱਲਾ ਕਿਸਾਨ ਪੱਠਿਆਂ ਨਾਲ ਟੋਕੇ ਨਾਲ ਪੱਠੇ ਕੁਤਰ ਲੈਣਾ, ਅੱਖਾਂ 'ਤੇ ਖੋਪੇ ਲਾ ਦੇਣੇ ਬਲਦਾਂ 'ਤੇ, ਇੱਕ ਵਾਰੀ ਉਹਨੂੰ ਛੇੜ ਦੇਣਾ, ਉਹਨੇ ਸੋਚਣਾ ਮੇਰੇ ਮਗਰ ਬੰਦਾ ਹੈਗਾ, ਟਿੰਡਾਂ ਵਾਲੇ ਖੂਹ 'ਚ ਵੀ ਇੰਝ ਹੁੰਦਾ ਸੀ, ਬਜ਼ੁਰਗਾਂ ਨੂੰ ਪਤਾ, ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਾਂ ਨਹੀਂ ਪਤਾ, ਪਰ ਬਜ਼ੁਰਗਾਂ ਨੂੰ ਤਾਂ ਪਤਾ ਵੀ ਇੱਕ ਵਾਰੀ ਬਲਦ ਨੂੰ ਛੇੜ ਦੇਣਾ, ਉਹਨੂੰ ਭੁਲੇਖਾ ਲੱਗਣਾ ਬੰਦਾ ਮੇਰੇ ਮਗਰ ਹੈਗਾ, ਹੁਣ ਬਲਦ ਤੁਰਿਆ ਜਾ ਰਿਹਾ, ਭਾਈ ਗੁਰਦਾਸ ਜੀ ਲਿਖਦੇ ਵੀ ਕਿਸੇ ਤੇਲੀ ਨੇ ਆਪਣੇ ਕੋਲ ਦੋ ਬਲਦ ਰੱਖੇ ਸੀ, ਕੋਹਲੂ ਚੱਲਦਾ ਸੀ ਤੇ ਬਲਦਾਂ ਬਲਦਾਂ ਦੇ ਨਾਲ, ਉਹਦੇ ਅੱਖਾਂ 'ਤੇ ਖੋਪੇ ਲਾਏ ਆ, ਅਤੇ ਬਰਤਨ ਭਰ ਕੇ ਸਰੋਂ ਤੋਰੀਏ ਦਾ ਪਾ ਦਿੰਦਾ, ਇੱਕ ਵਾਰੀ ਛੇੜ ਦਿੰਦਾ, ਅਤੇ ਬਲਦਾਂ ਦੇ ਮਨ 'ਚ ਭੁਲੇਖਾ ਵੀ ਬੰਦਾ ਮੇਰੇ ਮਗਰ ਹੈਗਾ, ਅਤੇ ਭਾਈ ਸਾਹਿਬ ਲਿਖਦੇ ਆ ਵੀ ਬਲਦ ਸੋਚਦੇ ਆ ਅਸੀਂ ਬੜਾ ਸਫ਼ਰ ਤੈਅ ਕਰ ਲਿਆ, ਹੁਣ ਤਾਂ ਨਾ ਉੱਥੇ ਤੇਲੀ ਹੋਣਾ, ਨਾ ਉੱਥੇ ਕੋਹਲੂ ਹੋਣਾ, ਗਲੋਂ ਲੈ ਗਿਆ ਕੰਮ ਨਿਬੜਿਆ, ਹੁਣ ਬਹੁਤ ਦੂਰ ਆ ਗਏ ਹਾਂ, ਸਾਰੀ ਰਾਤ ਤੁਰਦੇ ਰਹੇ, ਅਤੇ ਭਾਈ ਸਾਹਿਬ ਲਿਖਦੇ ਇੱਕ ਬਲਦ ਦੂਜੇ ਬਲਦ ਨੂੰ ਪੁੱਛਦਾ ਕਿੰਨੀ ਕੁ ਦੂਰ ਆ ਗਏ ਹਾਂ, ਕਹਿੰਦਾ ਮੈਨੂੰ ਕੀ ਪਤਾ ਮੇਰੀਆਂ ਤੇ ਅੱਖਾਂ 'ਤੇ ਖੋਪੇ ਲੱਗੇ, ਕਹਿੰਦਾ ਤੈਨੂੰ ਪਤਾ ਹੋਣਾ, ਕਹਿੰਦਾ ਮੇਰੀਆਂ ਵੀ ਅੱਖਾਂ 'ਤੇ ਖੋਪੇ ਲੱਗੇ ਆ, ਕਹਿੰਦਾ ਚੱਲ ਕੋਈ ਨਹੀਂ ਪਤਾ ਲੱਗ ਜੂ, ਸਾਰੀ ਰਾਤ ਤੁਰੇ, ਜਦੋਂ ਅੱਖਾਂ ਤੋਂ ਖੋਪੇ ਲੱਥੇ, ਸਿਰ ਮਾਰਿਆ ਬਲਦਾਂ ਨੇ, ਉੱਥੇ ਦੇ ਉੱਥੇ ਖਲੋਤੇ ਆ, ਤੁਰੇ ਅਸੀਂ ਵੀ ਬੜੇ, ਟਰਾਲੀ ਲੈ ਕੇ ਅਨੰਦਪੁਰ ਸਾਹਿਬ ਨੂੰ ਤੁਰ ਪਏ, ਟਰੱਕ ਲੈ ਕੇ ਹਜ਼ੂਰ ਸਾਹਿਬ ਨੂੰ ਤੁਰ ਪਏ, ਐਡੀ ਦੂਰੋਂ ਆਣ ਕੇ ਦੀਵਾ ਫੇ ਆਣ ਕੇ ਮੜੀ 'ਤੇ ਜਗਾਤਾ, ਗਏ ਇੰਨੀ ਦੂਰ, ਕਿਉਂ ਜੀ ਹੋਇਆ ਇੰਝ ਕਿ ਨਹੀਂ ਹੋਇਆ ਜੀ, ਤਾਂ ਅੱਗੇ ਚੱਲੀਏ ਥੋੜ੍ਹਾ ਜਿਹਾ, ਹੋਇਆ ਇੰਝ ਕਿ ਨਹੀਂ ਹੋਇਆ, ਕਈ ਗਾਣਾ ਜੀ ਅਨੰਦਪੁਰ ਸਾਹਿਬ ਡੀਕਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ, ਅੱਜ ਵਰਗੇ ਸਿੱਖ ਨੂੰ ਤਾਂ ਬਿਲਕੁਲ ਨਹੀਂ ਡੀਕਦੇ, ਇਹ ਤਾਂ ਪੱਕੀ ਗੱਲ ਹੈ, ਅੱਜ ਵਰਗੇ ਸਿੱਖ ਨੂੰ ਤਾਂ ਮਹਾਰਾਜ ਬੋਲੋ ਜੀ ਕੀ ਕਰਾਉਣਾ ਮਹਾਰਾਜ ਨੇ ਇਹੋ ਜਿਹੇ ਬੰਦਿਆਂ ਕੋਲੋਂ ਜੀ, ਝੰਡੇ ਲਾਏ ਮੋਟਰਸਾਈਕਲਾਂ 'ਤੇ, ਹਰ ਹਰ ਕਰਦੇ ਭਜਾਈ ਜਾਣਾ, ਕੁਟਰਾ ਲਈ ਇੱਧਰ ਨੂੰ ਐਨ ਤਾਸ਼ ਦੀਆਂ ਡੱਬੀਆਂ ਵਿੱਚ ਰੱਖੀਆਂ ਨੇ, ਲੱਤਾਂ ਲਮਕਾਈਆਂ ਨੇ, ਖੇਡੀ ਜਾਣਾ, ਉੱਥੋਂ ਰੋਹ ਦੀ ਖੀਰ ਖਾ ਲਈ, ਉੱਥੋਂ ਪਕੌੜੇ ਖਾ ਲਏ, ਉੱਥੋਂ ਜਲੇਬ ਖਾ ਲਏ, ਨਾਲ ਹਾਜਮੁਲਾ ਦੀਆਂ ਗੋਲੀਆਂ ਰੱਖ ਲਈਆਂ, ਖਾਈ ਗਏ ਪੀ ਗਏ, ਚੱਕਰ ਚੁੱਕਰ ਮਾਰ ਕੇ ਘੁੰਮ ਘੁੰਮਾ ਕੇ ਘਰ ਆ ਗਏ, ਵੇਖ ਆਏ ਮੇਲਾ, ਵੇਖ ਆਏ ਵੇ, ਇਹੋ ਜਿਹੇ ਬੰਦਿਆਂ ਕੋਲੋਂ ਮਹਾਰਾਜ ਨੇ ਕਰਾਉਣਾ ਕੀ ਹੈ, ਕਰਾਉਣਾ ਕੁਝ ਉਹਨੇ, ਹੁਣ ਆਹ ਗੱਲਾਂ ਕਈਆਂ ਨੂੰ ਚੁਭਣੀਆਂ ਵੀ ਹੈਲ, ਸਾਨੂੰ ਅਨੰਦਪੁਰ ਸਾਹਿਬ ਜਾਣ ਤੋਂ ਰੋਕਦੇ, ਜਾਓ ਜਾਣ ਤੋਂ ਰੋਕਦਾ ਕੌਣ, ਜਾਓ ਪਰ ਕੁਝ ਲੈ ਕੇ ਵੀ ਆਓ ਨਾ ਉੱਥੋਂ,
ਜੇ ਮਨ ਨੂੰ ਅਹਿਸਾਸ ਨਹੀਂ ਹੋਇਆ ਕਿ ਇੱਥੇ ਕਲਗੀਧਰ ਪਾਤਸ਼ਾਹ ਆਪਣੇ ਪਰਿਵਾਰ ਸਮੇਤ 1704 ਵਿੱਚ ਨਿਕਲੇ, ਦੁਬਾਰਾ ਪਰਤ ਕੇ ਨਹੀਂ ਆਏ। ਉਹ ਤਮੰਨਾ ਸੀ ਵੀ ਤੁਹਾਡਿਆਂ ਬੱਚਿਆਂ 'ਚੋਂ ਮੈਂ ਆਪਣਾ ਅਜੀਤ ਸਿੰਘ ਵੇਖਾਂਗਾ। ਜੇ ਇਹ ਫੀਲਿੰਗ ਲੈ ਕੇ ਨਹੀਂ ਨਾ ਆਇਆ ਤਾਂ ਗੁੱਸਾ ਨਾ ਮਨਾਈ, ਤੇਰੇ ਜਾਣ ਦਾ ਕੱਖ ਫਾਇਦਾ ਨਹੀਂ। ਜੇ ਜਿੱਦਾਂ ਦਾ ਗਿਆ ਉੱਦਾਂ ਦਾ ਹੀ ਵਾਪਸ ਆ ਗਿਆ, ਕੀ ਫਾਇਦਾ ਫਿਰ? ਨਾ ਜਾ, ਮੱਝਾਂ ਨੂੰ ਪੱਠੇ 'ਤੇ ਪਾ, ਕਮ ਸੇ ਕਮ ਉਹ ਮੂੰਹ ਚੁੱਕ ਕੇ ਵੇਖੀ ਜਾਂਦੀਆਂ। ਉਹੜਾ 4 ਕਿਲੋ ਦੁੱਧ ਦਿੰਦੀਆਂ ਸੀ, 70,000 ਦੀ, 80,000 ਦੀ ਮੱਝ ਲਿਆਂਦੀ, ਆਉਂਦਿਆਂ ਨੂੰ ਉਹ ਵੀ ਦੁੱਧ ਦੇਣੋਂ ਭੱਜ ਗਈ। ਕਮ ਸੇ ਕਮ ਉਹਨੂੰ ਹੀ ਪੱਠੇ ਪਾ, ਇੱਕ ਬੰਨੇ ਦੇ ਪੂਰਾ ਹੋ ਜਾ। ਤੂੰ ਨਾ ਡੰਗਰਾਂ ਜੋਗਾ ਰਿਹਾ, ਨਾ ਤੂੰ ਗੁਰੂ ਜੋਗਾ ਰਿਹਾ, ਤੂੰ ਤਾਂ ਕਿਸੇ ਜੋਗਾ ਵੀ ਨਾ ਰਿਹਾ, ਨਾ ਤੂੰ ਨਿਆਣਿਆਂ ਜੋਗਾ ਰਿਹਾ, ਨਾ ਤੂੰ ਪਸ਼ੂਆਂ ਜੋਗਾ ਰਿਹਾ, ਅਤੇ ਨਾ ਤੂੰ ਤੂੰ ਤਾਂ ਦੋਗਲਾ ਜਿਹਾ ਬਣ ਗਿਆ ਪਿਆਰਿਆ, ਦੋਗਲਾ ਜਿਹਾ ਬਣ ਗਿਆ। ਤੇਰੇ 'ਤੇ ਵਿਸ਼ਵਾਸ ਕਰੇ ਤਾਂ ਕਰੇ ਕੌਣ? ਅਪਰਾਧ ਤਾਂ ਤੇਰਾ ਬੜਾ ਵੱਡਾ, ਇਹ 'ਚ ਕੋਈ ਸ਼ੱਕ ਨਹੀਂ। ਵੈਸੇ ਅਪਰਾਧ ਤਾਂ ਤੇਰਾ ਬੜਾ ਵੱਡਾ, ਤੂੰ ਮਾਲਕ ਨਾਲ ਜੁੜਿਆ ਹੀ ਨਹੀਂ। ਕਹੀ ਜਾਂਦੇ ਰੱਬ ਦਾ ਹੀ ਦਿੱਤਾ ਸਾਰਾ ਹੋਇਆ, ਪਰ ਨਾਲ ਇਹ ਵੀ ਕਹੀ ਜਾਂਦੇ ਆ ਫੋਟੋਆਂ 'ਤੇ ਦੇਹ ਧਾਰੀਆਂ ਸਾਧਾਂ ਦੀਆਂ ਘਰਾਂ 'ਚ ਲਾਈਆਂ ਨੇ, ਰੱਬ ਦਾ ਦਿੱਤਾ ਕਿੱਦਾਂ ਹੋਇਆ ਜੀ ਘਰ? ਸ਼ਬਦ ਦੀ ਤਸਵੀਰ ਨਹੀਂ ਮਿਲਦੀ। ਆ ਖੁਸ਼ ਹੋਇਆ ਤੁਹਾਡੇ ਵੇਖ ਕੇ, ਬੈਨਰ ਲੱਗੇ ਸਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਹੈ ਇਹ ਇਹ ਆ ਅਸਲੀ ਕੰਮ, ਸ਼ਬਦਾਂ ਦੀਆਂ ਤਸਵੀਰਾਂ ਆਪਣੇ ਘਰਾਂ 'ਚ ਲਓ। ਸ਼ਬਦ ਰੋਕਦਾ, ਜਦੋਂ ਗੱਡੀ ਲੈ ਕੇ ਜਦੋਂ ਬੰਦਾ ਜਾਂਦਾ ਨਾ, ਗੱਡੀ ਲੈ ਕੇ ਜਾਂਦਾ ਤੂੰ ਜੇ, ਹਾਂ ਜਦੋਂ ਹਰਿਆਣੇ 'ਚ ਗੱਡੀ ਐਂਟਰ ਕਰ ਜਾਏ ਤਾਂ ਉਹ ਸਾਈਨ ਬੋਰਡ ਲੱਗਾ 90 ਦੀ ਸਪੀਡ, ਤੂੰ ਥਾਂ ਥਾਂ ਪੁਲਿਸ ਖਲੋਤੀ ਹੈ। ਸ਼ਬਦ ਵਿੱਚ ਕਿੱਡੀ ਕਰਾਮਾਤ ਹੈ, ਕਈ ਵਾਰੀ ਡਰਾਈਵਰ ਨੂੰ ਚੇਤਾ ਪੈਂਦਾ ਉਹ 140 ਅਤੇ 30 'ਤੇ ਲਈ ਜਾਂਦਾ, ਪਰ ਜਦੋਂ ਅੱਗੇ 90 ਦਾ ਸਾਈਨ ਬੋਰਡ ਹੁੰਦਾ ਨਾ, ਆਪਣੇ ਆਪ ਹੀ ਐਕਸੀਲੇਟਰ ਤੋਂ ਪੈਰ ਚੱਕਿਆ ਜਾਂਦਾ ਵੀ ਉੱਥੇ ਪਰਚੀ ਮਿਲ ਜਾਣੀ 500,000 ਦੀ। ਸ਼ਬਦ ਵਿੱਚ ਐਡੀ ਵੱਡੀ ਕਲਾ। ਜਦੋਂ ਤੂੰ ਜੱਗ ਭਰਿਆ ਦੁੱਧ ਦਾ ਕਿਸੇ ਭੇਖੀ ਦੇ ਡੇਰੇ ਚੜ੍ਹਾਉਣ ਤੁਰ ਪਿਆ ਵੀ ਆਪ 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 ਪੁੱਤ ਨੂੰ ਮੱਥਾ ਟਿਕਾ ਲਿਆਵਾਂ ਬਾਬੇ ਕੋਲੋਂ, ਅਤੇ ਤੇਰੇ ਸਾਹਮਣੇ ਘਰ ਵਿੱਚ ਸ਼ਬਦ ਲੱਗਾ ਹੋਇਆ, ਕੀ ਭਲਾ? ਸਤਿਗੁਰ ਵਿੱਟੋਂ ਵਾਰਿਆ, ਜਿੱਤ ਮਿਲੇ ਖਸਮ ਸੰਭਾਲਿਆ, ਜਿਨ ਘਰ ਉਪਦੇਸ਼ ਗਿਆਨ ਅੰਜਨ ਦੀਆ, ਇੰਨੀ ਨਿਤਨੀ ਜਗਤ ਨਿਹਾਲਿਆ, ਖਸਮ ਛੋੜ ਡੁੱਬੇ ਸੇਵਣ ਜਾ ਰਿਹਾ। ਜਿਹੜੇ ਖਸਮ ਨੂੰ ਛੱਡ ਬੈਠੇ, ਆ ਬੰਦ ਕਰ ਲਓ ਜੀ, ਉਹਨਾਂ ਕੁ ਸਮਾਂ ਸੈੱਲ ਫੋਨ, ਉਹਨਾਂ ਕੁ ਸਮਾਂ ਮੋਬਾਈਲ ਬੰਦ ਕਰ ਲਓ, ਜਿੰਨਾ ਕੁ ਸਮਾਂ ਆਪਾਂ ਸਤਿਗੁਰ ਦੀ ਗੋਚ ਬੈਠੇ ਹਾਂ। ਖਸਮ ਛੋੜ ਦੂਜੇ ਲੱਗੇ, ਜਿਹੜੇ ਆਪਣੇ ਖਸਮ ਨੂੰ ਛੱਡ ਕੇ ਦੂਜੇ ਨਾਲ ਲੱਗੇ ਹੋਏ ਨੇ, ਡੁੱਬੇ ਸੇ ਉੜਨ ਜਾ ਰਹੇ ਆ। ਜਦੋਂ ਸਾਡੇ ਘਰਾਂ 'ਚ ਸ਼ਬਦ ਲੱਗੇ ਹੋਣਗੇ, ਰੇ ਜੀ ਨਲਾਜ ਲਾਜ ਤੋਏ ਨਾਹੀਂ, ਹਰ ਤਜ ਕਤ ਕਾਹੂ ਕੇ, ਜਾਂ ਕੋ ਠਾਕਰੀ ਉੱਚਾ ਹੋਈ, ਸੋ ਜਨ ਪਰ ਘਰ। ਕਿਉਂ ਜੀ? ਪੈਰ ਰੁਕ ਜਾਣਗੇ ਨਾ ਉੱਥੇ ਵੇਲੇ, ਕਿੱਥੇ ਤੁਰਿਆ ਫਿਰਦਾ? ਮਹਾਰਾਜ ਦੀ ਬਾਣੀ ਤਾਂ ਕੁਝ ਹੋਰ ਕਹਿੰਦੀ ਹੈ। ਸਾਡੇ ਨਾਲ ਉਹ ਬੈਲ ਤੇਲੀ ਕੋ ਜਾਣਤ, ਕਈ ਕੋਸ ਚੱਲਿਓ, ਬਲਦ ਵਿਚਾਰਿਆਂ ਨੂੰ ਭੁਲੇਖਾ ਵੀ ਬੜਾ ਤੁਰ ਲਿਆ ਸੀ, ਤੁਰੇ ਬਹੁਤ ਵਾ, ਪਰ ਉੱਥੇ ਹੀ ਘੁੰਮੀ ਗਏ, ਉੱਥੇ ਹੀ ਤੁਰੇ। ਆਪਾਂ ਵੀ ਬਹੁਤ ਵਾ, ਦਾਦਿਆਂ ਪੜਦਾਦਿਆਂ ਤੋਂ ਲੈ ਕੇ ਤੁਰੇ ਹਾਂ, ਪਰ ਖਲੋਤੇ। ਦਾਦਾ ਵੀ ਉਸੇ ਮਿੱਟੀ 'ਤੇ ਦੀਵਾ ਜਗਾਉਂਦਾ ਸੀ, ਪਿਓ ਵੀ ਉੱਥੇ ਵੀ। ਅੱਛਾ, ਦਾਦਾ ਵੀ ਉਸੇ ਸਾਧ ਨੂੰ ਮੰਨਦਾ ਸੀ, ਪਿਓ ਵੀ ਉਹਨੂੰ ਮੰਨਦਾ ਸੀ, ਮੈਂ ਵੀ ਉਹਨੂੰ ਮੰਨਦਾ, ਮੱਥਾ ਗੁਰੂ। ਅੱਛਾ, ਨਮਸਕਾਰਾਂ ਗੁਰੂ ਗ੍ਰੰਥ ਸਾਹਿਬ ਅੱਗੇ ਕਰਦੇ ਆ, ਫੂਕ ਆਪਣੀ ਮਾਰ ਕੇ ਤੋਰਦੇ ਕੰਨ 'ਚ। ਅੱਛਾ, ਨਮਸਕਾਰ ਗੁਰੂ ਗ੍ਰੰਥ ਸਾਹਿਬ। ਕਿੰਨੇ ਪਰਿਵਾਰ ਜਿਹੜੇ ਆਪਣੀ ਜ਼ਿੰਦਗੀ ਤੁਸੀਂ ਵੇਖੇ ਹੋਣਗੇ, ਜਿਹੜੇ ਇਹ ਕਹਿਣ, ਭਾਈ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਸੀ ਉਹ 'ਤੇ ਪਹਿਰਾ ਦਿੰਦੇ। ਪਤਾ ਕੀ ਕਹਿੰਦੇ? ਬਾਬਾ ਜੀ ਆਹ ਕਹਿੰਦੇ ਆ, ਬਾਬਾ ਜੀ ਉਹ ਕਹਿੰਦੇ ਆ, ਬਾਬਾ ਜੀ ਐਂ ਕਹਿੰਦੇ ਆ, ਬਾਬਾ ਜੀ ਓਂ ਕਹਿੰਦੇ ਆ। ਇੱਦਾਂ ਹੁੰਦਾ ਕਿ ਨਹੀਂ ਹੁੰਦਾ? ਬੋਲੋ ਪਿਆਰਿਓ। ਆਮ ਪਰਿਵਾਰਾਂ ਦੀ ਗੱਲ ਛੱਡੋ, ਰਾਗੀ ਪ੍ਰਚਾਰਕ ਲਈ ਇਹ ਕਹਿੰਦੇ ਆ, ਘੰਟਾ ਕੀਰਤਨ ਕਰਨਗੇ ਵਿੱਚ ਬੋਲਣਗੇ, ਬਾਬਾ ਜੀ ਇੱਦਾਂ ਕਹਿੰਦੇ ਹੁੰਦੇ ਸੀ, ਬਾਬਾ ਜੀ ਉੱਦਾਂ ਕਹਿੰਦੇ ਹੁੰਦੇ ਸੀ, ਬਾਬਾ ਜੀ ਆਹ ਫਰਮਾਉਂਦੇ ਹੁੰਦੇ ਸੀ। ਮੌਤ ਪੈਂਦੀ ਹੈ ਜਿਸ ਬਾਬੇ ਦੀ ਗੋਚ ਬੈਠੇ, ਇਹਦਾ ਵੀ ਨਾਂ ਲੈ ਦਿਓ, ਜਿਹੜਾ ਸਾਡਾ ਸਾਰਿਆਂ ਦਾ ਸਾਂਝਾ ਬਾਬਾ ਹੈ, ਜਹਰ ਪੀਰ ਜਗਤ ਗੁਰ ਬਾਬਾ। ਜਿਸ ਬਾਬੇ ਦੀ ਗੱਲ ਕੀਤੀ ਮਹਾਰਾਜ ਭਾਈ ਗੁਰਦਾਸ ਨੇ, ਘਰ ਘਰ ਬਾਬਾ ਗਾ ਵੀ ਹੈ। ਹੁਣ ਇਮਾਨਦਾਰ ਨੇ ਦੱਸਿਓ, ਕਿੰਨਿਆਂ ਘਰਾਂ 'ਚ ਗੁਰੂ ਨਾਨਕ ਸਾਹਿਬ ਬਾਬਾ ਗਾਇਆ ਜਾਂਦਾ?
ਸਾਡੇ ਤਾਂ ਆਪਣੇ ਆਪਣੇ ਬਾਬੇ ਨਹੀਂ ਮੁੱਕਦੇ। ਮਾਝੇ ਵਾਲਿਆਂ ਦਾ ਆਪਣਾ ਬਾਬਾ, ਉਹਦੇ ਬਾਰੇ ਦੁਆਬੇ ਵਾਲਿਆਂ ਨੂੰ ਪਤਾ, ਦੁਆਬੇ ਵਾਲਿਆਂ ਦਾ ਆਪਣਾ ਬਾਬਾ, ਉਹਦੇ ਬਾਰੇ ਮਾਲਵੇ ਵਾਲਿਆਂ ਨੂੰ ਨਹੀਂ ਪਤਾ। ਕਿਉਂ ਜੀ, ਇੰਜਾ ਕਿ ਨਹੀਂ ਹੈ ਪਿਆਰਿਓ? ਬੋਲਿਓ, ਸਾਡੇ ਆਪਣੇ ਆਪਣੇ ਏਰੀਏ ਦੇ ਬਾਬੇ ਨਹੀਂ ਸਾਡੇ ਕੋਲ ਸੂਤਰ ਆ ਰਹੇ। ਬਾਬਾ ਤੇਰੀ ਵਾਰੀ ਕਦੋਂ ਆਊ? ਮੈਂ ਉੱਥੇ ਕਨੇਡਾ ਸੀ ਅਤੇ ਮੇਰੇ ਕੋਲ ਇੱਕ ਪਰਿਵਾਰ ਆ ਗਿਆ ਗੁਰਦੁਆਰੇ। ਉਹਨਾਂ ਨੇ ਸਾਡੇ ਸਿਸਟਮ ਬਣ ਚੁੱਕਾ ਇੱਦਾਂ ਦਾ, ਉਹ ਆਏ ਇਕੱਠੇ ਹੋ ਕੇ। ਇਹ ਭਾਈ ਸਾਹਿਬ ਜੀ, ਮੈਂ ਕਿਹਾ ਹਾਂਜੀ। ਕਹਿੰਦੇ ਜੀ ਐਤਵਾਰ ਕਥਾ ਕਰਨੀ। ਮੈਂ ਕਿਹਾ ਜੀ ਉਹ ਤਾਂ ਰੋਜ਼ ਹੀ ਹੁੰਦੀ ਆ। ਨਹੀਂ, ਉਦਣ ਵਿਸ਼ੇਸ਼ ਦੀਵਾਨ ਸੱਜਣਾ, ਅਸੀਂ ਮਹਾਂਪੁਰਖਾਂ ਦੀ ਬਰਸੀ ਮਨਾਉਂਦੇ ਹੁੰਦੇ ਹਾਂ ਅਤੇ ਫਿਰ ਉਹ ਅਸੀਂ ਸ਼ੁੱਕਰਵਾਰ ਪਾਠ ਕਰਾ ਦੇਣਾ ਅਤੇ ਐਤਵਾਰ ਉਹਦਾ ਭੋਗ ਪੈਣਾ। ਉਹਦੇ ਸੰਬੰਧ 'ਚ ਦੀਵਾਨ ਸੱਜੂ, ਤੁਸੀਂ ਵਿਸ਼ੇਸ਼ ਦੀਵਾਨ 'ਤੇ ਕਥਾ ਕਰਿਓ। ਮੈਂ ਕਿਹਾ ਜੀ ਮੈਂ ਬਰਸੀਆਂ 'ਤੇ ਬੋਲਦਾ ਨਹੀਂ, ਮੇਰੇ ਕੋਲੋਂ ਕਿਸੇ ਸਾਧ ਦੀ ਤਰੀਫ ਹੋਈ ਨਹੀਂ ਜੀ। 16-17-18 ਸਾਲ ਹੋ ਗਏ ਨੇ, 1999 ਤੋਂ ਵਿਚਾਰ ਸ਼ੁਰੂ ਕੀਤੀ ਹੈ, ਅੱਜ ਤੱਕ ਸ਼ਬਦ ਨਹੀਂ ਕਿਸੇ ਬਾਬੇ ਬਾਰੇ ਮੂੰਹ 'ਚੋਂ ਨਿਕਲਿਆ। ਬੋਲੇ ਇਸ ਬਾਬੇ ਤੋਂ ਵਿਹਲੇ ਹੋਵਾਂਗੇ ਅਤੇ ਉੱਧਰ ਜਾਵਾਂਗੇ, ਸਾਡੇ ਕੋਲ ਤਾਂ ਜੇ ਇਸੇ ਬਾਬੇ ਦੀ ਗੱਲ ਹੀ ਨਹੀਂ ਪੂਰੀ ਹੋ ਰਹੀ। ਨਾਲੇ ਬਾਣੀ ਇੱਕੋ ਗੱਲ ਕਹਿੰਦੀ, ਅਵਰ ਦੂਜਾ ਕੋ ਸੇਵੀਏ ਜੰਮੇ ਤੇ ਮਰ ਜਾਏ। ਜਿਹਨੇ ਜੰਮਦਾ ਜਿਹਨੇ ਮਰ ਜਾਣਾ ਉਹਦੀ ਗੱਲ ਕਿਉਂ ਕਰਦਾ? ਉਹਦੀ ਗੱਲ ਜਿਹੜਾ ਸਜੀਵ ਹੈ, ਆਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਸਾਡੀ ਕੌਮ 'ਚ ਰਾਗੀਆਂ ਪ੍ਰਚਾਰਕਾਂ ਦੀ ਕਮੀਆਂ ਥੋੜ੍ਹਾ, ਸੱਚਾਈ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨ ਵਾਲਿਆਂ ਦੀ ਕਮੀ ਹੈ, ਬਰਸੀਆਂ 'ਤੇ ਜਾਣ ਵਾਲਿਆਂ ਦੀ ਕਮੀ ਥੋੜ੍ਹਾ। ਬੜੀ ਬੜੀ ਗਿਣਤੀ ਆ, ਕਦੀ ਲਾਈਵ ਟੀਵੀ ਵੇਖਿਆ ਕਰੋ ਤੁਸੀਂ ਕਿਤੇ, 15,000 ਲਾਈਵ ਟੈਲੀਕਾਸਟ ਦਾ ਖਰਚ ਕਰ ਦਿੰਦੇ ਸਾਧ ਦੀ ਬਰਸੀ ਦਾ ਪ੍ਰੋਗਰਾਮ ਦੇਣ ਲਈ। ਕਦੀ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਵੀ ਇੱਦਾਂ ਲਾਈਵ ਕੀਤਾ, ਕਦੀ ਸਾਹਿਬਜ਼ਾਦਿਆਂ ਦਾ ਸਾਕਾ, ਸਾਹਿਬਜ਼ਾਦਿਆਂ ਦੇ ਸ਼ਹੀਦ ਆ 21 ਫਰਵਰੀ ਨੂੰ ਲੰਘ ਕੇ ਗਿਆ ਸਾਕਾ ਨਨਕਾਣਾ। ਕਿਤੇ ਪੰਜਾਬ 'ਚ ਵੱਡੇ ਪੱਧਰ 'ਤੇ ਕਿਸੇ ਬਾਬੇ ਨੇ ਸਾਕੇ ਨਨਕਾਣੇ ਸਬੰਧ ਸਮਾਗਮ ਰੱਖਿਆ ਹੋਵੇ, ਉਹ ਸਿੱਖੋ ਆਓ ਪਿੰਡਾਂ 'ਚੋਂ। ਆਪਾਂ ਸਾਕੇ ਨਨਕਾਣੇ ਦੇ ਸਿੰਘਾਂ ਦੇ ਯਾਦ ਨੂੰ ਅੱਜ ਆਪਾਂ ਗੁਰਮਤਿ ਸਮਾਗਮ ਕਰ ਰਹੇ ਹਾਂ, ਅਗਲਿਆਂ ਨੂੰ ਪਤਾ ਇਹ ਰੱਖ ਲਿਆ ਅਤੇ ਕਿਸੇ ਢਾਡੀ ਕਮਿਸ਼ਨ ਨੇ ਇਤਿਹਾਸ ਸੁਣਾ ਤਾ ਅਤੇ ਅੱਧੀਆਂ ਗੱਲਾਂ ਤਾਂ ਸਾਡੇ 'ਤੇ ਢੁੱਕ ਜਾਣੀਆਂ। ਉਹ ਬੋਲੋ ਪਿਆਰੇ, ਹੁੰਦਾ ਕਿ ਨਹੀਂ ਹੁੰਦਾ ਜੀ? ਅਗਲਿਆਂ ਨੂੰ ਪਤਾ ਵੀ ਇਹ ਗੱਲ ਤਾਂ ਸਾਡੇ ਗਿੱਟੇ 'ਤੇ ਵੱਜਣੀ, ਆਣ ਕੇ ਉਹਨਾਂ ਮੰਤਾਂ ਦੀ ਗੱਲ ਕਰਨੀ ਹੈ। ਮੰਤਾਂ ਦੇ ਨਾਲ ਸਾਡੀਆਂ ਕਰਤੂਤਾਂ ਕਾਫੀ ਰਲਦੀਆਂ, ਸੁੱਖ ਨਾਲ ਕਾਫੀ ਲੱਛਣ ਸਾਡੇ ਰਲਦੇ ਆ, ਲੱਛਣ ਪਾਏ ਜਾਂਦੇ ਆ। ਉਹ ਫਿਰ ਉਹ ਸਮਾਗਮ ਰੱਖਣਗੇ ਕਿਉਂ ਆਪਣੇ ਡੇਰੇ? ਉਹ ਮੈਨੂੰ ਆਉਂਦੇ ਜੀ ਸਮਾਗਮ 'ਤੇ ਤੁਸੀਂ ਵਿਚਾਰ ਕਰਿਓ। ਮੈਂ ਕਿਹਾ ਜੀ ਮੈਂ ਗੁਰਮਤਿ ਸਮਾਗਮ 'ਤੇ ਗੁਰੂ ਸ਼ਬਦ ਦੀ ਗੱਲ ਕਰਦਾ, ਨਹੀਂ ਤੁਸੀਂ ਤੁਹਾਨੂੰ ਕਿਤਾਬ ਦੇ ਜਾਂਦੇ ਸੀ ਬਾਬਾ ਜੀ ਬਾਰੇ। ਮੈਂ ਕਿਹਾ ਜੀ ਮੈਂ ਤਾਂ ਇਤਿਹਾਸ ਪੜ੍ਹਦਾ ਅਤੇ ਗੁਰਬਾਣੀ ਪੜ੍ਹਦਾ, ਮੇਰੇ ਕੋਲ ਸਾਧਾਂ ਦੀਆਂ ਇੱਦਾਂ ਦੀਆਂ ਕਹਾਣੀਆਂ ਕਹੁਣੀਆਂ ਪੜ੍ਹਨ ਦਾ ਟਾਈਮ ਹੈ ਨਹੀਂ। ਫਿਰ ਮੈਂ ਕਿਹਾ ਜੀ ਬਹਿ ਜਾਓ, ਬਹਿ ਗਏ ਮੇਰੇ ਕੋਲ। ਮੈਂ ਕਿਹਾ ਜੀ ਤੁਹਾਡਾ ਬਾਬਾ ਕਿਹੜਾ ਸੀ? ਉਹ ਦੱਸਣ ਲੱਗ ਪਿਆ। ਅੱਛਾ, ਮੈਂ ਕਿਹਾ ਤੁਹਾਡਾ ਪਿੰਡ ਪਿੰਡ ਦੱਸਿਆ ਉਹਨਾਂ ਨੇ। ਮੈਂ ਕਿਹਾ ਤੁਹਾਡੇ ਬਾਬੇ ਦੀ ਦੇਣ ਕੀ ਸੀ? ਉਹ ਫਿਰ ਆਪਣੇ ਪਿੰਡ ਬਾਰੇ ਦੱਸਣ ਲੱਗ ਪਏ। ਉਹ ਇੱਦਾਂ ਬਹਿੰਦਾ ਹੁੰਦਾ ਸੀ, 3-3 ਘੰਟੇ ਬੋਲਦੇ ਨਹੀਂ ਦੀ ਹੁੰਦਾ। ਮੈਂ ਕਿਹਾ ਰੁੱਖ ਵੀ ਨਹੀਂ ਬੋਲਦੇ, ਵੀ ਹੋਰ ਕੁਝ ਦੱਸੋ। ਉਹ ਕਿਸੇ ਨੂੰ ਕੁਝ ਕਹਿੰਦਾ ਨਹੀਂ ਸੀ ਹੁੰਦਾ। ਮੈਂ ਰੁੱਖ ਵੀ ਕਿਸੇ ਨੂੰ ਕੁਝ ਨਹੀਂ ਕਹਿੰਦਾ, ਆਪਾਂ ਹੀ ਟੀਮਾਂ ਮਾਰਦੇ ਹਾਂ ਉਹਨੂੰ। ਵੀ ਜੇ ਤਾਂ ਇਹੋ ਹੀ ਵਿਸ਼ੇਸ਼ਤਾਈਆਂ ਤਾਂ ਰੁੱਖ ਵਿੱਚ ਬੜੀ ਤਗੜੀ ਹੈ, ਫਿਰ ਤਾਂ ਸਾਰੇ ਰੁੱਖ ਬ੍ਰਹਮ ਗਿਆਨੀ ਆ। ਨਹੀਂ ਜੀ, ਉਹ ਨਾ ਕਿਸੇ ਦੀ ਗੱਲ ਵਿੱਚ ਨਹੀਂ ਸੀ ਆਉਂਦਾ। ਮੈਂ ਕਿਹਾ ਜਾਨਵਰ ਕਿਹੜੀਆਂ ਸਾਡੀਆਂ ਗੱਲਾਂ 'ਚ ਆਉਂਦੇ ਨੇ? ਕਦੀ ਘਰ 'ਚ ਲੜਾਈ ਵੇਖਿਆ? ਮੱਝ ਲੜਦੀ ਵੇਖੀ ਸਾਡੇ ਨਾਲ? ਉਹ ਤਾਂ ਆਪਣਾ ਕੰਮ ਕਰਦੀ ਹੈ, ਪੱਠੇ ਪਾਓ ਦੁੱਧ ਚੋਲੋ। ਕੋਈ ਗੱਲ ਹੈ, ਮੈਂ ਕਿਹਾ ਵਜਨਦਾਰ ਗੱਲ ਹੈ ਕੋਈ? ਮੈਂ ਕਿਹਾ ਜੀ ਮੈਨੂੰ ਇਹ ਗੱਲ ਦਾ ਜਵਾਬ ਦਿਓ। ਇਹ ਤਾਂ ਬਾਬਾ ਹੋ ਗਿਆ ਤੁਹਾਡੇ ਪਿੰਡ ਦਾ, ਜਿਹੜੇ ਸਾਡੇ ਸਾਂਝੇ ਬਾਬੇ, ਕਦੀ ਉਹਦਾ ਦਿਨ ਵੀ ਇੱਦਾਂ ਮਨਾਇਆ ਜੇ ਤੁਸੀਂ? ਕਹਿੰਦਾ ਕਿਹੜਾ ਸਾਂਝਾ ਬਾਬਾ? ਮੈਂ ਕਿਹਾ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਕਦੀ ਇਕੱਠੇ ਹੋ ਕੇ ਚਾਰ ਪਿੰਡਾਂ ਨੇ ਕਿਹਾ ਹੋਵੇ ਜੀ ਲੰਗਰ ਸਾਡੇ ਵੱਲੋਂ, ਜੋ ਉੱਥੇ ਖਰਚਾ ਹੋਊਗਾ ਅਸੀਂ ਚਾਰ ਪਰਿਵਾਰ ਰਲ ਕੇ ਕਰਦੇ ਹਾਂ, ਵੱਡੇ ਪੱਧਰ 'ਤੇ ਸਮਾਗਮ ਹੋਵੇ, ਇਹਨਾਂ ਸਾਹਿਬਜ਼ਾਦਿਆਂ ਦੇ ਸੰਬੰਧ ਵਿੱਚ ਗੁਰਮਤਿ ਸਮਾਗਮ ਕੀਤਾ ਜਾਵੇ। ਕਦੀ ਚਾਰ ਪਰਿਵਾਰ ਰਲ ਕੇ ਕਿਹਾ, ਕਮੇਟੀ ਨੂੰ ਆਣ ਕਿਹਾ ਹੋਵੇ ਜੀ ਅਸੀਂ ਲੰਗਰ ਦਾ ਪ੍ਰਬੰਧ ਕਰਾਂਗੇ, ਅਸੀਂ ਸੰਗਤ ਨੂੰ ਲਿਆਉਣ ਜਾਂ ਆਉਣ ਜਾਣ ਦਾ ਪ੍ਰਬੰਧ ਕਰਾਂਗੇ। ਮੈਂ ਕਿਹਾ ਜੀ ਜਿਹੜੇ ਸਾਡੇ ਸਾਂਝੇ ਬਾਬੇ ਸੀ ਉਹਨਾਂ ਦੇ ਦਿਨ ਮਨਾਓ, ਇਹ ਤਾਂ ਸਾਡੇ ਆਪਣੇ ਆਪਣੇ ਇਲਾਕਿਆਂ ਦੇ ਆ। ਹੁਣ ਮਾਝੇ ਦੇ ਕਈ ਐਸੇ ਬਾਬੇ ਤੁਹਾਨੂੰ ਪਤਾ ਵੀ ਨਹੀਂ ਹੋਣਾ ਉਹਦੇ ਬਾਰੇ, ਪਤਾ ਹੈ ਜੀ? ਅਤੇ ਕੁਝ ਬਾਬੇ ਮਾਲਵੇ ਦੇ ਆ ਜਿਹੜੇ ਮੈਂ ਕਿਹਾ ਸਤਲੁਜ ਨਹੀਂ ਕਦੀ ਲੰਘੇ, ਪਤਾ ਹੀ ਨਹੀਂ ਹੈਗਾ ਉਹਨਾਂ ਨੂੰ। ਅਸੀਂ ਆਪਣੇ ਆਪਣੇ ਬਾਬੇ ਚੁੱਕੀ ਫਿਰਦੇ। ਮਹਾਰਾਜ ਦਾ ਤਾਂ ਨਿਸ਼ਾਨ ਸਾਹਿਬ ਹੀ ਲਾਇਆ, ਕਰੰਸੀ 'ਤੇ ਆਪਣੀ ਆਪਣੀ ਚਲਾਈ ਜਾਂਦੇ ਹਾਂ।
ਸਿੱਕੇ ਤਾਂ ਆਪਣੇ ਆਪਣੇ ਬਾਬਿਆਂ ਦੇ ਚਾਹੀਦੇ ਨੇ, ਸਾਡਾ ਬਾਬਾ ਐਂ ਕਹਿੰਦਾ, ਸਾਡਾ ਬਾਬਾ ਐਂ, ਆਓ ਗੁਰੂ ਦੇ ਲੜ ਲੱਗੋ। ਜੇ ਸਰੀਰ ਮਾਲਕ ਨੇ ਦਿੱਤਾ, ਧੰਨਵਾਦ ਮਾਲਕ ਦਾ ਕਰੀਏ। ਆਪਣੀ ਜ਼ਿੰਦਗੀ 'ਚ ਇਸ ਅਪਰਾਧ ਨੂੰ ਘਟਾਓ। ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ, ਜਿਸ ਰੱਬ ਨੇ ਮੈਨੂੰ ਜੀਓ ਜਿੰਦ ਦਿੱਤੀ, ਪਿੰਡ ਸਰੀਰ ਦਿੱਤਾ, ਤਿਸ ਕੀ ਭਾਉ ਭਗਤ ਨਹੀਂ ਸਾਧੀ। ਮੈਂ ਕਦੀ ਅੰਦਰੋਂ ਉਹਦਾ ਧੰਨਵਾਦ ਨਹੀਂ ਕੀਤਾ। ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਤੇਰੀ ਦਾ। ਅੱਛਾ ਮਹਾਰਾਜ ਤਾਂ ਕਹਿੰਦੇ ਸਾਰਾ ਕੁਝ ਰੱਬ ਜੀ ਤੁਹਾਡਾ ਵਾ, ਅਤੇ ਸਾਡੇ ਕਹੀ ਜਾਣਗੇ ਇਹ ਨਾ ਸਾਡੇ ਘਰ ਨਾ ਛਿੰਦਾ ਨਹੀਂ ਸੀ ਹੁੰਦਾ, ਬਾਬਾ ਜੀ ਦੀ ਅਰਦਾਸ ਨਾ ਹੋਇਆ। ਮਤਲਬ ਵੇਖੋ ਕਿੱਡੀ ਤਕੜੀ ਗੱਲ ਵੇਖੋ। ਹੁਣ ਕਿਸੇ ਦਾ ਨਾਂ ਛਿੰਦਾ ਹੋਵੇ, ਗੁੱਸਾ ਨਾ ਕਰ ਵੀ ਜੀ ਮੈਂ ਆਪਣਾ ਨਾਂ ਹੀ ਲੈ ਦਿੰਦਾ। ਹੁਣ ਇਹ ਵੀ ਇੱਕ ਚੱਕਰ ਵੀ ਗੁੱਸਾ ਕਰ ਜਾਂਦੇ ਕਈ ਸਾਡੇ ਸਾਡੇ ਤਾਂ ਕਈ ਕਹਿਣਗੇ ਸਾਡੇ ਘਰ ਤਾਂ ਜਵਾਕ ਹੁੰਦਾ ਹੀ ਨਹੀਂ ਸੀ, ਬਾਬਾ ਜੀ ਦੀ ਕਿਰਪਾ ਹੈ। ਵੈਸੇ ਬੜੀ ਪੁੱਠੀ ਗੱਲ ਆ, ਗੁਰੂ ਦੀ ਗੋਚ ਮੈਨੂੰ ਕਹਿਣੀ, ਬੜੀ ਪੁੱਠੀ ਗੱਲ ਹੈ ਇਹ ਕਹਿਣੀ ਵੀ ਬਾਬਾ ਜੀ ਦੀ ਕਿਰਪਾ ਹੋਈ ਹੈ, ਇਹ ਬੜੀ ਪੁੱਠੀ ਗੱਲ ਹੈ। ਤੁਸੀਂ ਸਿਆਣੇ ਪਰਿਵਾਰਾਂ ਵਾਲੇ ਬੈਠੇ ਹੋ, ਪਰ ਕਹਿੰਦੇ ਸ਼ਰਮ ਨਹੀਂ ਆਉਂਦੀ ਕਹਿਣ ਲੱਗੇ ਆ ਗੱਲਾਂ, ਸ਼ਰਮ ਨਹੀਂ ਆਉਂਦੀ, ਸ਼ਰਮ ਨਹੀਂ ਆਉਂਦੀ, ਐਂ ਸਭ ਕੜ ਤੋੜ ਦਿੱਤੇ ਨੇ ਅਸੀਂ ਇਹ ਗੱਲਾਂ ਕਹਿਣ ਲੱਗੇ ਹਾਂ। ਇਹ ਕਹੋ ਮਾਲਕ ਦੀ ਮਿਹਰ ਹੈ। ਅੱਛਾ ਪੁੱਤਾਂ ਬਾਰੇ ਸਾਰੇ ਕਹਿੰਦੇ, ਪੁੱਤ ਤਾਂ ਬਾਬਾ ਜੀ ਦੀ ਕਿਰਪਾ, ਧੀਆਂ ਬਾਰੇ ਕੋਈ ਨਾਂ ਨਹੀਂ ਲੈਂਦਾ। ਅੱਜ ਤੱਕ ਕਿਸੇ ਪਰਿਵਾਰ ਨੇ ਕਿਹਾ ਧੀ ਬਾਬਾ ਜੀ ਦੀ ਕਿਰਪਾ, ਨਹੀਂ ਕਹਿੰਦਾ ਕੋਈ। ਉਹ ਤਾਂ ਪ੍ਰਵਾਨ ਹੀ ਕੀਤੀ ਜਾਂਦੀ, ਬਸ ਜੰਮ ਪਿਆ ਅਤੇ ਪ੍ਰਵਾਨ ਕਰ ਲਓ, ਉਹ ਵੀ ਢਿੱਲਾ ਜਿਹਾ ਮੂੰਹ ਕਰਕੇ ਵੀ ਚਲੋ ਚਾਰ ਸੀਟਾਂ, ਜਿਵੇਂ ਨੇਤਾ ਨਹੀਂ ਕਰਦੇ ਵੀ ਚਲੋ ਚਾਰ ਸੀਟਾਂ ਹੀ ਸਹੀ, ਨਹੀਂ ਜਿੱਤੇ ਤਾਂ ਅੱਠ ਸੀਟਾਂ ਹੀ ਸਹੀ। ਜਦੋਂ ਕੋਈ ਪਾਰਟੀ ਹਾਰ ਜਾਵੇ ਨਾ, ਉਹ ਅਖੀਰ ਤਾਂ ਇਹੋ ਕਹਿੰਦੀ ਹੈ, ਚਲੋ ਪੂਰੀ ਸਰਕਾਰ ਨਹੀਂ ਆਪਣੀ ਬਣੀ ਤਾਂ ਚਲੋ 12-13 ਸੀਟਾਂ ਸਹੀ। ਧੀਆਂ ਬਾਰੇ ਤਾਂ ਇੰਝ ਹੀ ਕਹਿੰਦੇ ਹਾਂ, ਖੁਸ਼ੀ ਨਾਲ ਥੋੜ੍ਹਾ ਕਹਿੰਦੇ ਹਾਂ। ਉਹ ਧੀ ਜੰਮ ਪਏ ਮਗਰੋਂ ਇੱਦਾਂ ਕਹਿਣਗੇ, ਉਹ ਧੀਆਂ ਵੀ ਤਾਂ ਪੁੱਤਾਂ ਵਰਗੀਆਂ ਹੀ ਹੁੰਦੀਆਂ ਨੇ, ਉਹ ਤਾਂ ਪ੍ਰਵਾਨ ਕਰਦੇ ਹਾਂ ਅਸੀਂ। ਚੰਗੀਆਂ ਚੀਜ਼ਾਂ ਸਾਰੀਆਂ ਬਾਬਾ ਜੀ ਦੇ ਲੇਖੇ ਲਾਤੀਆਂ, ਕੱਟੀਆਂ ਹੋਣ ਤਾਂ ਕਹਿੰਦੇ ਪੀਰਾਂ ਦੀ ਕਿਰਪਾ, ਪੁੱਤ ਹੋਣ 'ਤੇ ਕਹਿੰਦੇ ਬਾਬਾ ਜੀ ਦੀ ਕਿਰਪਾ। ਰੱਬ ਕਿੱਥੇ ਗਿਆ? ਮਾਲਕ ਤਾਂ ਮਨਫੀ ਕਰਤਾ ਸੀ ਵੀ ਤੂੰ ਆਪਣੇ ਜੀਵਨ ਦੇ। ਤੂੰ ਸਮਰੱਥ, ਮਹਾਰਾਜ ਕਹਿੰਦੇ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ। ਇਹ ਜੀਓ ਪਿੰਡ ਸਭ ਮਾਲਕ ਦੀ ਤੁਹਾਡੀ ਰਾਸ ਹੈ। ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਤੁਹਾਡੀ ਰਹਿਮ ਦੇ ਵਿੱਚ ਹੀ, ਤੁਹਾਡੀ ਮਿਹਰ ਦੇ ਵਿੱਚ ਹੀ ਸਦਾ ਸੁੱਖ ਮਿਲਿਆ ਮਹਾਰਾਜ ਸਾਨੂੰ ਤਾਂ। ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾਂ ਦੀਆ। ਜਿਸ ਮਾਲਕ ਨੇ ਜੀਓ ਪਿੰਡ ਸਰੀਰ ਦਿੱਤਾ, ਤਿਸ ਕੀ ਭਾਉ ਭਗਤ ਨਹੀਂ ਸਾਧੀ। ਉਹਦੀ ਭਾਉ ਭਗਤੀ ਕਦੀ ਨਹੀਂ ਕੀਤੀ, ਯਾਨੀ ਕਿ ਮਾਲਕ ਦੇ ਗੁਣ ਕਦੀ ਧਾਰਨ ਨਹੀਂ ਕੀਤੇ। ਕਮਨ ਕਾਜ ਸਿਰਜੇ ਜਗ ਪੀਤਰ। ਅੱਛਾ ਕਮਾਲ ਦੀ ਗੱਲ, ਕੋਈ ਬੰਦਾ ਕਿਤੇ ਗਿਆ ਹੋਵੇ ਕੰਮ ਬਾਜ਼ਾਰ, ਪਹਿਲਾਂ ਉਹਨੂੰ ਇਹ ਪਤਾ ਹੁੰਦਾ ਮੈਂ ਕੰਮ ਕਿਹੜੇ ਆਇਆ, ਕੰਮ ਕਰਨਾ ਤਾਂ ਬਾਅਦ ਦੀ ਗੱਲ ਹੈ, ਪਹਿਲਾਂ ਉਹਨੂੰ ਇਹ ਪਤਾ ਹੁੰਦਾ ਮੈਂ ਕੰਮ ਆਇਆ ਕਿਹੜੇ ਆ। ਜਿਵੇਂ ਸਾਡੇ ਬੱਚੇ ਆ ਪਲੱਸ ਟੂ, ਆਪਾਂ ਪਹਿਲਾਂ ਬੱਚੇ ਨੂੰ ਪੁੱਛਦੇ ਪੁੱਤ ਤੂੰ ਕੀ ਬਣਨਾ, 10th ਕਲਾਸ ਤੋਂ ਬਾਅਦ ਫਿਰ ਉਸ ਸਬਜੈਕਟ ਦੀ ਪੜ੍ਹਾਈ ਸ਼ੁਰੂ ਕਰਦਾ, ਤੂੰ ਡਾਕਟਰ ਬਣਨਾ, ਤੂੰ CA ਕਰਨਾ, ਤੂੰ ਕਿਹੜੀ 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 ਸਟੱਡੀ ਕਰਨਾ, ਤੂੰ ਕਿਹੜੇ ਬੰਨੇ ਜਾਣਾ ਚਾਹੁੰਦਾ, ਤੂੰ ਵਕੀਲ ਬਣਨਾ, ਤੂੰ ਜਿਹੜੀ ਸਟੱਡੀ ਜਿਸ ਬੰਨੇ ਜਾਣਾ ਉੱਦਾਂ ਦੀ ਸਟੱਡੀ ਚੁਣਦਾ। ਪਹਿਲਾਂ ਤਾਂ ਬ੍ਰੇਨ ਸੈੱਟ ਕਰਦਾ ਮੈਂ ਆਹ ਬਣਨਾ, ਫਿਰ ਕੰਮ ਤਾਂ ਦੂਜੇ ਨੰਬਰ, ਸਟੱਡੀ ਤਾਂ ਦੂਜੇ ਨੰਬਰ 'ਤੇ, ਪਹਿਲਾਂ ਬ੍ਰੇਨ 'ਤੇ ਸੈੱਟ ਕਰ ਤੂੰ ਬਣਨਾ ਕੀ ਆ। ਕਹਿੰਦੇ ਪਹਿਲਾਂ ਤੈਨੂੰ ਪਤਾ ਵੀ ਤੂੰ ਜਗਤ ਵਿੱਚ ਲੈਣ ਕੀ ਆਇਆ, ਜੇ ਤੈਨੂੰ ਅਜੇ ਤੱਕ ਇਹ ਹੁਣ 70-80 ਸਾਲ ਉਮਰ ਲੰਘ ਗਈ, ਅਜੇ ਤੱਕ ਪਤਾ ਨਹੀਂ ਮੈਂ ਲੈਣ ਕੀ ਆਇਆ, ਜਦੋਂ ਮੈਨੂੰ ਅਜੇ ਤੱਕ ਇਹ ਨਹੀਂ ਪਤਾ ਤਾਂ ਮੈਂ ਖੜਾਂਗਾ ਕੀ, ਪਹਿਲਾਂ ਤਾਂ ਇਹ ਸਿੱਖੋ ਮੈਂ ਲੈਣ ਕੀ ਆਇਆ। ਕਵਨ ਕਾਜ ਕਿਹੜੇ ਕੰਮ ਵਾਸਤੇ, ਸਿਰਜੇ ਪੈਦਾ ਕੀਤੇ, ਕਵਨ ਕਾਜ ਸਿਰਜੇ ਜਗ ਪੀ। ਹੁਣ ਕਿਸੇ ਬੰਦੇ ਦੀ 80 ਸਾਲ ਉਮਰ ਲੰਘ ਗਈ, 70 ਸਾਲ ਲੰਘ ਗਈ, 50, ਉਹਨੂੰ 50 ਸਾਲ ਦੀ ਉਮਰ ਜਾ ਕੇ ਪਤਾ ਲੱਗਾ ਮੈਂ ਲੈਣ ਕੀ ਆਇਆ, ਇਹ ਪਤਾ ਲੱਗਣਾ ਚਾਹੀਦਾ ਸੀ ਬਚਪਨ ਤੋਂ ਹੀ, ਅਤੇ ਦੱਸਣਾ ਕਹਿੰਦੇ ਸੀ ਜੀ ਇਹ ਭਲਾ ਮਾਂ ਨੇ, ਜੇ ਮਾਂ ਨੂੰ ਪਤਾ ਹੋਊ ਤਾਂ ਦੱਸੂ, ਪਿਤਾ ਨੂੰ ਪਤਾ ਹੋਊ ਤਾਂ ਦੱਸੂ, ਪਿਤਾ ਨੂੰ ਤਾਂ ਜੇ ਆਪ ਨਹੀਂ ਪਤਾ, ਉਹ ਤਾਂ ਆਪ ਪੀ ਕੇ ਸੁਣਦਾ ਰਾਤ ਨੂੰ, ਉਹ ਤਾਂ ਆਪ ਨਸ਼ਿਆਂ ਦਾ ਆਨੰਦ ਮਾਣਦਾ, ਉਹ ਤਾਂ ਆਪ ਅਜੇ ਉਸ ਬੰਨੇ ਲੱਗਾ ਹੋਇਆ। ਕਹਿੰਦੇ ਤੈਨੂੰ ਅਜੇ ਤੱਕ ਪਤਾ ਤੂੰ ਲੈਣ ਕੀ ਆਇਆ। ਕਵਨ ਕਾਜ ਸਿਰਜੇ ਜਗ ਪੀਤਰ, ਪਹਿਲਾ ਸਵਾਲ
ਤੂੰ ਕਿਹੜੇ ਕੰਮ ਵਾਸਤੇ ਸਿਰਜਿਆ ਗਿਆ ਜਗਤ ਵਿੱਚ? ਇਹ ਕੁਐਸਚਨ ਮਾਰਕ ਹੈ, ਸਵਾਲੀਆ ਚਿੰਨ੍ਹ ਹੈ। ਜਨਮ ਕਵਨ ਫਲ ਪਾਇਆ, ਤੂੰ ਜਨਮ ਲੈ ਕੇ ਕਿਹੜਾ ਫਲ ਖੱਟਿਆ, ਕਿਹੜੀ ਪ੍ਰਾਪਤੀ ਕੀਤੀ? ਗੁਰੂ ਅਮਰਦਾਸ ਜੀ ਨੇ ਕਿਹਾ, ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਹਿ। ਅੱਛਾ, ਆਪਣੇ ਸਰੀਰ ਨਾਲ ਸਵਾਲ ਕੀਤਾ ਵੀ ਤੂੰ ਜਗਤ ਵਿੱਚ ਕਿਹੜਾ ਇਹੋ ਜਿਹਾ ਕਰਮ ਕੀਤਾ ਜੇ ਤਾਂ ਤੂੰ ਮਾਣ ਕਰ ਸਕੇ। ਕਿ ਕਰਮ ਕਮਾਇਆ ਤੁਧ ਸਰੀਰਾ, ਜਿਨ ਹਰ ਤੇਰਾ ਰਚਨ ਰਚਿਆ। ਅੱਛਾ, ਜਿਹਨੇ ਤੈਨੂੰ ਪੈਦਾ ਕੀਤਾ ਉਹਨੂੰ ਅੰਦਰ ਨਹੀਂ ਖੜਿਆ, ਤੂੰ ਵਸਾਇਆ ਨਹੀਂ ਉਹਨੂੰ, ਉਹਨੂੰ ਵਸਾਉਣ ਦਾ ਅਰਥ ਕੀ ਹੈ ਜੀ? ਰੱਬ ਤਾਂ ਹੈ ਹੀ ਅੰਦਰ, ਵਸਾਉਣ ਦਾ ਅਰਥ ਕੀ ਹੈ? ਜਾਣੀ ਕਿ ਉਹਦੇ ਆਖੇ ਨਹੀਂ ਲੱਗਾ, ਉਹਨੂੰ ਧਾਰਨ ਨਹੀਂ ਕੀਤਾ, ਉਹਨੂੰ ਅਪਣਾਇਆ ਨਹੀਂ, ਉਹਦੇ ਮੁਤਾਬਕ ਨਹੀਂ ਤੁਰਿਆ। ਜਦੋਂ ਵਸਾਏ ਦੀ ਰੱਬ ਕਿਤੇ ਬਾਹਰ ਥੋੜ੍ਹਾ, ਰੱਬ ਤਾਂ ਤੇਰੇ ਅੰਦਰ ਹੀ ਬੈਠਾ। ਇਹ ਕੋਈ ਕੱਢਣ ਪਾਉਣ ਵਾਲੀ ਚੀਜ਼ ਥੋੜ੍ਹਾ ਹੈਗੀ ਹੈ, ਗੱਲ ਤਾਂ ਅੰਦਰ ਦੀ ਹੈ ਵੀ ਅੰਦਰ ਹੈ ਤੇਰੇ, ਪ੍ਰਗਟ। ਜਿਵੇਂ ਬਾਣੀ 'ਚ ਕਿਤੇ ਲਿਖਿਆ ਰੱਬ ਬਾਹਰ ਹੈ, ਕਹਿੰਦੇ ਰੱਬ ਤੇਰੇ ਅੰਦਰ ਬੈਠਾ, ਪ੍ਰਗਟ ਹੀ ਹੋਣਾ ਹੈ। ਫਲਗੁਣ ਆਨੰਦ ਉਪਾਰਜਣਾ ਹਰ ਸੱਜਣ ਪ੍ਰਗਟ ਆਏ, ਹੈਗਾ ਵਿੱਚ ਇਹ, ਪ੍ਰਗਟ ਹੀ ਕਰਨਾ ਤੂੰ ਬਸ ਉਹਨੂੰ, ਅੰਦਰ ਬੈਠਾ ਤੇਰੇ ਸਾਰਾ ਕੁਝ, ਸਾਰਾ ਕੁਝ ਤੇਰੇ ਕੋਲ ਹੀ ਹੈ। ਕਵਨ ਕਾਜ ਸਿਰਜੇ ਜਗ ਪੀਤਰ, ਜਨਮ ਕਵਨ ਫਲ ਪਾਇਆ, ਭਵਨਿਦ ਤਰਨ ਤਾਰਨ ਚਿੰਤਾ ਮਨ, ਇੱਕ ਨਿਮਖ ਨ ਇਹ ਮਨ ਲਾਇਆ। ਜਿਹੜਾ ਮਾਲਕ ਇਸ ਜਗਤ ਵਿੱਚ ਤੈਨੂੰ ਤਾਰਨ ਵਾਲਾ ਸੀ, ਤੈਨੂੰ ਬੁਰਿਆਂ ਕੰਮਾਂ ਤੋਂ ਬਚਾਉਣ ਵਾਲਾ ਸੀ, ਇੱਕ ਨਿਮਖ ਮਾਤਰ ਵੀ ਤੂੰ ਚੇਤੋ ਦੇ ਨਾਲ ਨਹੀਂ ਲਾਇਆ, ਅਤੇ ਫਿਰ ਤੇਰੀ ਖੇਡ ਸ਼ੁਰੂ ਹੋ ਗਈ ਜੰਮਣ ਮਰਨ ਦੀ। ਪਰ ਧਨ ਪਰ ਧਨ ਪਰਤੀ ਨਿੰਦਾ, ਪਰ ਅਪਵਾਦ ਨਾ ਛੂਟੇ। ਅੱਛਾ, ਸਾਡੇ ਇੰਝ ਹੁੰਦਾ ਨਾ ਵੀ ਜਦੋਂ ਆਪਣੇ ਕੋਲ ਪੁਰਾਣੀ ਚੜ੍ਹਾਈ ਕਰ ਜਾਏ ਅਤੇ ਉਸ ਤੋਂ ਬਾਅਦ ਉਹਦੇ ਨਿਮਿੱਤ ਅਸੀਂ ਅਰਦਾਸ ਕਰਦੇ ਹਾਂ। ਗ੍ਰੰਥੀ ਸਿੰਘ ਪਾਠੀ ਸਿੰਘ ਅਰਦਾਸ ਕਰਦਾ, ਮਹਾਰਾਜ ਜੋ ਆਪ ਜੀ ਵੱਲੋਂ ਸਵਾਸਾਂ ਦੀ ਪੂੰਜੀ ਮਿਲੀ ਸੀ ਉਹ ਭੋਗ ਕੇ ਤੁਹਾਡੇ ਚਰਨਾਂ ਵਿੱਚ ਜਾ ਬਰਾਜੇ ਨੇ। ਇੱਦਾਂ ਬੋਲਦੇ ਆ, ਸੁਣਦੇ ਹੋਗੇ ਤੁਸੀਂ ਵੀ ਅਰਦਾਸ। ਮਹਾਰਾਜ ਨੂੰ ਟੇਢੀਆਂ ਮੇਢੀਆਂ ਵਿੰਗੀਆਂ ਤੜੰਗੀਆਂ ਉੱਚੀਆਂ ਨੀਵੀਆਂ ਜੂਨਾਂ ਤੋਂ ਬਚਾ ਕੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਓ। ਭਲਾ ਸਾਡੇ ਕਹਿਣ ਨਾਲ ਇੱਦਾਂ ਹੋ ਜਾਣਾ ਜੀ? ਬੋਲਿਓ ਹਜੇ। ਮਹਾਰਾਜ ਕਹਿੰਦੇ ਸਾਰੀਆਂ ਜੂਨਾਂ 'ਤੇ ਨੇ ਭੋਗ ਲਈਆਂ, ਸਾਰੀਆਂ ਜੂਨਾਂ 'ਤੇ ਭੋਗ ਚੁੱਕਾ ਹੈ, ਜੂਨ ਛੱਡੀ ਕਿਹੜੀ ਇਹਨੇ? ਮਨ ਕਰਕੇ, ਅੱਛਾ ਤਨ ਕਰਕੇ ਮਨੁੱਖ ਹੈ, ਮਨ ਕਰਕੇ ਸਾਰੀਆਂ ਜੂਨਾਂ ਭੋਗੀਆਂ ਨੇ। ਅੱਛਾ, ਮੱਛੀ ਨੂੰ ਜ਼ਬਾਨ ਦਾ ਚਸਕਾ, ਬਾਣੀ ਦੇ ਮੁਤਾਬਕ ਮੱਛੀ ਨੂੰ ਜ਼ਬਾਨ ਦਾ ਚਸਕਾ, ਬੰਦੇ ਨੂੰ ਨਹੀਂ? ਬੋਲੋ ਪਿਆਰੇ, ਬੰਦੇ ਨੂੰ ਨਹੀਂ ਹੈਗਾ? ਬੰਦੇ ਦੇ ਚਸਕਿਆਂ ਨੇ ਤਾਂ ਇੰਨਾ ਰਿਸ਼ਵਤ ਲੈਂਦਾ, ਉਹ ਵੀ ਚਸਕਿਆਂ ਕਰਕੇ, ਨਹੀਂ ਤਾਂ ਜਿੰਨੀ ਤਨਖਾਹ ਮਿਲਦੀ ਉਹਦੇ ਨਾਲ ਗੁਜ਼ਾਰਾ ਹੋ ਸਕਦਾ ਹੈ? ਚਸਕੇ ਹੀ ਗਾਂਹ ਤੁਰੇ ਜਾਂਦੇ, ਚਸਕੇ ਚਸਕਿਆਂ ਨਾਲ ਗਾਂਹ ਤੁਰਿਆ ਜਾਂਦਾ। 50,000 ਤਨਖਾਹ ਹੈ, 20,000 ਤਨਖਾਹ ਹੈ, 30,000 ਤਨਖਾਹ ਹੈ, 40,000 ਤਨਖਾਹ ਹੈ। ਹੁਣ ਕਈ ਬੰਦੇ 3,000 ਰੁਪਇਆ ਤਨਖਾਹ ਮਿਲਦੀ, ਉਹਨੇ ਨਾ ਆਪਣਾ ਘਰ ਸੈੱਟ ਕੀਤਾ, ਉਹ 'ਚੋਂ ਵੀ ਮਹੀਨੇ ਬਾਅਦ 100-200 ਬਚ ਜਾਂਦਾ, ਰੋਟੀ ਤੋਂ ਵੀ ਖਾ ਕੇ ਸੌਂਦਾ। ਫਰਕ ਇਹ ਹੈ ਵੀ ਜ਼ਿਆਦਾ ਸਵਾਦ ਨਹੀਂ ਲਾਉਂਦਾ ਹੋਊਗਾ, ਪਾਪੜ ਵੀ ਨਾਲ ਰੱਖਦਾ ਹੋਊਗਾ, ਸਲਾਦ ਮਹਿੰਗਾ ਮਹਿੰਗਾ ਨਹੀਂ ਰੱਖਦਾ, ਫਰਕ ਇੰਨਾ ਹੀ ਹੋਊਗਾ, ਪਰ ਢਿੱਡ ਭਰ ਕੇ ਤਾਂ ਸੌਂਦਾ ਹੀ ਹੈ ਨਾ। ਹੁਣ ਇੱਕ ਬੰਦੇ ਦੀ 1,00,000 ਸੈਲਰੀ ਹੈ ਮਹੀਨੇ ਦੀ, ਉਹ ਫਿਰ ਵੀ ਲੋਕਾਂ ਦੀਆਂ ਜੇਬਾਂ ਵੱਲ ਵਹਿੰਦਾ ਵੀ ਚਾਹ ਪਾਣੀ ਦੇ ਜੇ ਮੈਨੂੰ ਕੋਈ, ਮੈਨੂੰ ਉੱਤੋਂ ਕੋਈ 2-4 ਪੈਸੇ ਬਣ ਜਾਣ, ਕਿਉਂਕਿ ਉਹਨੇ ਖੱਡਾ ਹੀ ਐਡਾ ਤਕੜਾ ਪੱਟਿਆ, ਚਸਕੇ ਹੀ ਇੰਨੇ ਵਧਾਏ ਹੋਏ ਨੇ, ਅਤੇ ਇਹਨਾਂ ਚਸਕਿਆਂ ਕਿਉਂ ਫਸ ਜਾਂਦਾ ਫਿਰ ਕਿਸੇ ਦਿਨ? ਕਿੱਦਾਂ ਭਲਾ, ਤਨਖਾਹ 1,00,000 ਰਿਸ਼ਵਤ ਲੈਣ ਦੀ ਆਦਤ ਪੈ ਗਈ, ਕਿਸੇ ਦਿਨ ਰੰਗ ਵਾਲੇ ਨੋਟ ਲਾ ਕੇ ਅਗਲੇ ਆ ਜਾਣਾ, ਫਿਰ ਕੀਤੇ ਕਾਰਨ ਪਾਕੜੀ, ਫਿਰ ਵੇਖਿਆ ਵੱਡੇ ਵੱਡੇ SDO ਵੱਡੇ ਵੱਡੇ ਅਫਸਰ ਜਦੋਂ ਰਿਸ਼ਵਤ ਲੈਂਦੇ ਫੜੇ, ਅੱਖਾਂ 'ਚ ਅੱਥਰੂ ਜੀ ਨਹੀਂ ਆਉਂਦੇ, ਐਂ ਹੱਥ ਕੰਬਦੇ ਮੁੜ ਕੇ, ਗਲੇਡੂ ਜੇ ਆਉਂਦੇ ਨੇ ਵੀ ਬਖਸ਼ ਦਿਓ, ਫਿਰ ਪਛਤਾਉਂਦਾ ਨਹੀਂ ਵੀ ਆ 5,000 ਲਈ ਮੂੰਹ ਕਾਲਾ ਖਰਾਬ ਬੈਠਾ, ਆਹ ਕਿਹੜੇ ਪੁੱਠਿਆਂ ਕੰਮਾਂ 'ਚ ਪੈ ਗਿਆ ਮੈਂ, ਵੀ ਚੰਗੀ ਭਲੀ ਤਨਖਾਹ ਸੀ ਉਹਦੇ ਵਿੱਚ ਮੇਰਾ ਗੁਜ਼ਾਰਾ ਹੋ ਜਾਣਾ ਸੀ। ਜ਼ੁਬਾਨ ਦਾ ਚਸਕਾ ਮੱਛੀ ਨੂੰ ਹੈ, ਬੰਦੇ ਨੂੰ ਹੈ। ਹੁਣ ਕੁੱਤਾ ਆਪਾਂ ਕਹਿੰਦੇ ਲਾਲਚੀ ਆ, ਲਾਲਚੀ ਆ ਨਾ ਆਪਾਂ ਕਹਿੰਦੇ ਕੁੱਤਾ ਲਾਲਚੀ ਆ। ਪਿੱਛੇ ਜੇ ਕਿਸੇ ਨੇ ਲਿਖ ਕੇ ਪਾਇਆ ਸੀ ਵੀ ਇੱਕ ਵਿਅਕਤੀ ਕੁੱਤੇ ਨੂੰ ਵੇਖ ਰਿਹਾ ਅਤੇ ਉਹ ਮਾਸ ਦੀ ਬੋਟੀ ਲੈ ਕੇ ਨਾ ਕੁੱਤਾ ਭਜਾ ਰਿਹਾ,
ਤੋਂ ਸਮਝਾਉਣ ਵਾਲੇ ਦਾ ਤਰੀਕਾ, ਜਿਹੜੇ ਵਿਅੰਗ ਕੱਸਣ ਵਾਲੇ ਹੁੰਦੇ ਨੇ ਉਹ ਸਮਝਾਉਂਦੇ ਨੇ। ਉਹ ਕਹਿੰਦੇ ਉਹ ਆਪਣੇ ਦੋਸਤ ਨੂੰ ਫੋਨ ਕਰਦਾ ਵੀ ਦਾਦਾ ਮੂਵੀ ਕੈਮਰਾ ਲੈ ਕੇ ਆ, ਅੱਜ ਮੈਂ ਕੁੱਤੇ ਨੂੰ ਇੱਕ ਮਾਸ ਦੀ ਬੋਟੀ ਇੱਕ ਝਟਕਈ ਦੀ ਦੁਕਾਨ ਤੋਂ ਚੁੱਕ ਕੇ ਜਾਂਦਿਆਂ ਵੇਖਿਆ ਅਤੇ ਇਹਨੇ ਮੈਨੂੰ ਪੱਕਾ ਪਤਾ ਨਦੀ ਦੇ ਲਾਗੋਂ ਦੀ ਲੰਘਣਾ। ਇਹਨੇ ਮੂੰਹ ਖੋਲ੍ਹ ਕੇ ਜਦੋਂ ਆਪਣਾ ਪਰਛਾਵਾਂ ਵੇਖਣਾ, ਇਹਨੇ ਮਾਸ ਦੀ ਬੋਟੀ ਸੁੱਟ ਬਹਿਣੀ। ਆਪਾਂ ਲਾਲਚੀ ਕੁੱਤੇ ਦੀ ਮੂਵੀ ਬਣਾਵਾਂਗੇ ਵੀ ਲਾਲਚੀ ਕੁੱਤਾ ਇੱਦਾਂ ਦਾ ਹੁੰਦਾ। ਹੁਣ ਸਮਝਾਉਣ ਦਾ ਤਰੀਕਾ, ਕੁੱਤੇ ਦੇ ਕਿਤੇ ਮਗਰ ਮਗਰ ਥੋੜ੍ਹਾ ਤੁਰੇ ਫਿਰਦੇ ਸੀ, ਅਗਲੇ ਨੇ ਕਹਾਣੀ ਬਣਾ ਕੇ ਸਮਝਾਇਆ। ਉਹ ਕਹਿੰਦਾ ਦੋਸਤ ਮੂਵੀ ਕੈਮਰਾ ਲੈ ਕੇ ਆ ਗਿਆ, ਕੁੱਤੇ ਦੇ ਪੂਰਾ ਉਹਨਾਂ ਨੇ ਮੂਵੀ ਬਣਾਈ, ਕੁੱਤਾ ਨਦੀ ਦੇ ਲਾਗੋਂ ਦੀ ਲੰਘਿਆ, ਪਰਛਾਵਾਂ ਉਹਨੇ ਆਪਣਾ ਵੇਖਿਆ, ਪਰ ਅੱਜ ਕੁੱਤੇ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ। ਉਹ ਲਾਗੋਂ ਦੀ ਲੰਘਿਆ, ਅੱਗੇ ਜਾ ਕੇ ਦਰਖਤ ਦੀਆਂ ਜੜ੍ਹਾਂ ਲਾਗੇ ਬਹਿ ਕੇ ਛਾਵੇਂ ਖਾਧਾ ਚੰਗੀ ਤਰ੍ਹਾਂ ਉਹਨੇ ਖਾ ਕੇ, ਡਕਾਰ ਮਾਰ ਕੇ ਤੁਰ ਪਿਆ। ਦੋਸਤ ਉਹਦਾ ਆਉਂਦਾ, ਤੂੰ ਮੇਰਾ ਟਾਈਮ ਖਰਾਬ ਕੀਤਾ, ਤੂੰ ਆਖਿਆ ਸੀ ਕੁੱਤਾ ਮਾਸ ਦੀ ਬੋਟੀ ਲੈ ਕੇ ਆਏਗਾ, ਪਰਛਾਵਾਂ ਵੇਖੇਗਾ, ਮੂੰਹ ਖੋਲ੍ਹੇਗਾ, ਆਪਾਂ ਮੂਵੀ ਬਣਾਵਾਂਗੇ, ਇਹਨੇ ਤਾਂ ਕੁਝ ਵੀ ਨਹੀਂ ਕੀਤਾ। ਕਹਿੰਦੇ ਇਹਨੇ ਤੈਨੂੰ ਕੁੱਤਾ ਬੋਲ ਪਿਆ ਲਾਗੇ। ਉਹ ਆਉਂਦਾ ਜੇ ਤੁਸੀਂ ਚਲਾਕ ਹੋ ਤਾਂ ਅਸੀਂ ਚਲਾਕ ਨਹੀਂ, ਨਾਲੇ ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਕੁੱਤਾ ਕਹਿੰਦਾ ਉਹਨਾਂ ਨੂੰ, ਕਹਿੰਦਾ ਇੱਕ ਗੱਲ ਦਾ ਜਵਾਬ ਦਿਓ, ਸਾਡੇ ਦਾਦੇ ਪੜਦਾਦੇ ਕੋਲੋਂ ਲੱਕੜ ਦਾਦੇ ਕੋਲੋਂ ਇੱਕ ਗਲਤੀ ਹੋ ਗਈ, ਕਿਤੇ ਇੱਕ ਮਾਸ ਦੀ ਬੋਟੀ ਵਿਚਾਰਾ ਪਤਾ ਨਹੀਂ ਕਿਤੇ ਉਹਨੂੰ ਮਾੜੀ ਮੋਟੀ ਲੱਭੀ, ਮੂੰਹ ਖੋਲ੍ਹ ਕੇ ਸੁੱਟ ਬੈਠਾ। ਤੁਸਾਂ ਤਾਂ ਬੱਚਿਆਂ ਨੂੰ ਸਾਖੀਆਂ ਪੜ੍ਹਾ ਛੱਡੀਆਂ ਸਕੂਲਾਂ 'ਚ ਵੀ, ਕੁ ਲਾਲਚੀ ਕੁੱਤਾ ਪੜ੍ਹਦੇ ਨਹੀਂ ਸਕੂਲਾਂ 'ਚ ਹੁੰਦੀਆਂ ਨਾ ਸਾਖੀ 'ਚ ਵੀ ਲਾਲਚੀ ਕੁੱਤਾ। ਉਹ ਕਹਿੰਦਾ ਹੱਦ ਹੋ ਗਈ, ਸਾਡੇ ਇੱਕ ਵੱਡ ਵਡੇਰੇ ਕੋਲੋਂ ਗਲਤੀ ਹੋ ਗਈ, ਸਕੂਲਾਂ 'ਚ ਹੀ ਪੜ੍ਹਾ ਛੱਡਿਆ ਜੇ, ਉਹ ਜਿਹੜੇ ਤੁਹਾਡੇ ਲਾਲਚੀ ਇਹਨਾਂ ਦੀਆਂ ਸਾਖੀਆਂ ਕਦੋਂ ਦੱਸੋਗੇ? ਕਹਿੰਦਾ ਕਿਹੜੇ? ਕਹਿੰਦਾ ਇੱਥੇ ਸਹੁਰੇ ਲਾਲਚੀ, ਇੱਥੇ ਲਾੜੇ ਲਾਲਚੀ, ਉਹ ਇੱਥੇ ਪੁਲਿਸ ਅਫਸਰ ਲਾਲਚੀ, ਇੱਥੇ ਜੱਜ ਲਾਲਚੀ, ਇੱਥੇ ਟੀਚਰ ਲਾਲਚੀ, ਇੱਥੇ ਰਾਗੀ ਢਾਡੀ, ਪ੍ਰਚਾਰਕ, ਪ੍ਰਬੰਧਕ, ਪ੍ਰਧਾਨ, ਖਜ਼ਾਨਚੀ, ਸੈਕਟਰੀ ਲਾਲਚੀ। ਕਹਿੰਦਾ ਇੱਦਾਂ ਲਿਖਣ ਲੱਗਿਆ ਤਾਂ ਤੁਹਾਨੂੰ ਹੋਰ ਪੜ੍ਹਾਉਣ ਦੀ ਲੋੜ ਨਹੀਂ ਪੈਣੀ, ਇਹੋ ਹੀ ਪੜ੍ਹਾਈ ਜਾ, ਇਹੋ ਹੀ ਸਿਲੇਬਸ ਨਹੀਂ ਮੁਕਾਉਣਾ ਤੁਹਾਡੇ ਕੋਲੋਂ। ਵੀ ਸਾਡੇ ਇੱਕ ਜਾਨਵਰ ਕੋਲੋਂ ਗਲਤੀ ਹੋ ਗਈ, ਤੁਸੀਂ ਦਾਦਿਆਂ ਪੜਦਾਦੇ ਨੂੰ ਪੜ੍ਹਾ ਛੱਡਿਆ। ਇੱਥੇ ਕਿੰਨੇ ਲਾੜੇ ਅਗਲਿਆਂ ਜੇਲ੍ਹਾਂ 'ਚ ਤੁੰਨ ਦਿੱਤੇ, ਦਾਜ ਮੰਗਦੇ ਸੀ, ਅਗਲੇ ਕਹਿੰਦੇ ਆ ਜਾ ਤੈਨੂੰ ਨੋਟ ਗਿਣ ਕੇ ਦਿੰਦੇ ਵੱਡੇ ਅਸੀਂ। ਕਿੰਨੀਆਂ ਸੱਸਾਂ ਜੇਲ੍ਹਾਂ 'ਚ ਬੈਠੀਆਂ, ਕਿੰਨੇ ਸਹੁਰੇ ਜੇਲ੍ਹਾਂ 'ਚ ਬੈਠੇ, ਕਿੰਨੇ ਭਰਾ ਭਰਾਵਾਂ ਦਾ ਕਤਲ ਕਰਕੇ ਲਾਲਚ ਕਰਕੇ ਜੇਲ੍ਹਾਂ 'ਚ ਬੈਠੇ, ਕਦੀ ਉਹਨਾਂ ਦੀਆਂ ਸਾਖੀਆਂ ਵੀ ਪੜ੍ਹਾਓਗੇ? ਪਰ ਨਹੀਂ ਜੀ, ਬੰਦਾ ਬੰਦੇ ਦੀ ਸਾਖੀ ਕਿਉਂ ਪੜ੍ਹਾਊਗਾ? ਜਾਨਵਰ ਦੀ ਪੜ੍ਹਾ ਛੱਡ ਵੀ, ਲਾਲਚੀ ਕੁੱਤਾ ਹੁੰਦਾ, ਲਾਲਚੀ ਕੁੱਤਾ ਹੁੰਦਾ, ਕੁੱਤੇ 'ਚ ਗੁਣ ਵੀ ਹੁੰਦਾ। ਜੇ ਨਵੇਂ ਪਾਸੇ ਨੇ ਕਿਹਾ ਨਾ, ਸਵਾਮੀ ਕੇ ਗ੍ਰਹਿ ਜਿਉਂ ਸਦਾ, ਹਾਂ ਇਹ ਵੀ ਗੁਣ ਹੈਗਾ ਨਾ। ਕੁੱਤਾ ਤੁਹਾਡੇ ਨਾਲ 4 ਕਿਲੋਮੀਟਰ ਖੇਤਾਂ 'ਚ ਗਿਆ ਹੋਵੇ ਨਾ, 4 ਕਿਲੋਮੀਟਰ, ਤੁਸੀਂ ਘਰ ਮਗਰੋਂ ਆਉਣਾ, ਕੁੱਤੇ ਨੇ ਪਹਿਲਾਂ ਆ ਜਾਣਾ। ਜਿਹੜਾ ਤੁਸੀਂ ਉਹਨੂੰ ਦੁੱਧ ਪਾਉਂਦੇ ਆ, ਜਿਹੜੀ ਤੁਸੀਂ ਉਹਨੂੰ ਰੋਟੀ ਪਾਉਂਦੇ ਆ ਨਾ, ਉਹਦੀ ਕੀਮਤ ਅਦਾ ਕਰਦਾ। ਪੋਹ ਮਾਘ ਦਾ ਮਹੀਨਾ ਹੋਵੇ, ਕੋਈ ਕੰਧ ਟੱਪਣ ਦੀ ਕੋਸ਼ਿਸ਼ ਕਰੇ ਤਾਂ ਕੁੱਤਾ ਪਾੜ ਕੇ ਖਾਣ ਦੀ ਕੋਸ਼ਿਸ਼ ਕਰਦਾ ਉਹਨੂੰ। ਕਹਿੰਦਾ ਸੌਂਜਾ ਮਾਲਕ ਨੂੰ, ਕਹਿੰਦਾ ਸੌਂਜਾ ਮੇਰੇ ਸਿਰ 'ਤੇ, ਤੂੰ ਜਿਹੜੀ ਮੈਨੂੰ ਰੋਟੀ ਪਾਈ ਉਹਦਾ ਮੁੱਲ ਪੂਰਾ ਅਦਾ ਕਰੂ। ਇਹ ਵੀ ਤਾਂ ਗੁਣ ਹੈਗਾ ਕਿ ਨਹੀਂ? ਇਹ ਕੁੱਤੇ ਦਾ ਪਲੱਸ ਪੁਆਇੰਟ ਹੈ ਗੁਣਾ। ਸਵਾਮੀ ਕੇ ਗ੍ਰਹਿ ਜੋ ਸਦਾ, ਸਵਾਨ ਤਜਤ ਨਹੀਂ। ਅੱਛਾ, ਇਹ ਕੁੱਤੇ 'ਚ ਹੋਰ ਖੂਬੀ ਵੇਖਿਓ ਤੁਸੀਂ। ਕੁੱਤਾ ਸਧਾਰਨ ਪਰਿਵਾਰ ਨੇ ਰੱਖਿਆ ਹੋਵੇ, ਕਾਰ ਨਾ ਹੋਵੇ ਉਹਨਾਂ ਕੋਲ, ਗੱਡੀ ਨਾ ਹੋਵੇ, ਸਧਾਰਨ ਪਰਿਵਾਰ ਕੋਲ ਕੁੱਤਾ ਰੱਖਿਆ ਹੋਵੇ, ਉਹ ਕਦੇ ਘਰ ਨਹੀਂ ਦਿੰਦਾ। ਉਹਦਾ ਰਿਸ਼ਤੇਦਾਰ ਕੋਲ ਅਮੀਰ ਆ ਜਾਏ, ਵੱਡੀ ਕਾਰ ਵਾਲਾ, ਕੁੱਤਾ ਭੱਜ ਕੇ ਉਸ ਕਾਰ 'ਚ ਤਾਂ ਨਹੀਂ ਬਹਿੰਦਾ। ਕਹਿੰਦਾ ਭਾਵੇਂ ਗਰੀਬ ਹੀ ਆ, ਮੇਰਾ ਮਾਲਕ ਹੈ ਇਹੋ ਹੀ ਆ। ਬੰਦਾ ਤਾਂ ਕੁੱਤੇ ਨਾਲੋਂ ਗਿਆ ਗੁਜ਼ਰਿਆ। ਇੱਕ ਰਿਸ਼ਤਾ ਆਉਂਦਾ, ਉਹ ਕਹਿੰਦੇ ਅਸੀਂ ਗੱਡੀ ਨਹੀਂ ਦੇਣੀ, ਦੂਜਾ ਰਿਸ਼ਤਾ ਆਉਂਦਾ ਕਹਿੰਦੇ ਗੱਡੀ ਦੇਵਾਂਗੇ, ਮਾਰ ਕੇ ਛਾਲ ਉਹ 'ਚ ਬਹਿ ਜਾਂਦਾ। ਉਹ ਬੋਲੋ ਪਿਆਰੇ, ਹੁੰਦਾ ਕਿ ਨਹੀਂ ਹੁੰਦਾ ਜੀ? ਦੋ ਤਿੰਨ ਰਿਸ਼ਤੇ ਸਾਡੇ ਪੁੱਤ ਨੂੰ ਇਕੱਠੇ ਆ ਜਾਣ, ਇੱਕ ਕਹੇ ਜੀ ਲੜਕੀ ਬੜੀ ਪੜ੍ਹੀ ਲਿਖੀ ਹੈ ਪਰ ਦੇਣਾ ਕੁਝ ਨਹੀਂ, ਚੰਗਾ ਲੱਗ ਗਿਆ ਰਿਸ਼ਤਾ, ਕਰ ਦਿਉ ਪੱਕਾ। ਪੂਰਾ ਦਿਨ ਮੁਕਰਰ ਹੋ ਗਿਆ, ਕੱਪੜੇ ਵੀ ਸਵਾ ਲਏ, ਉਹਨਾਂ ਨੂੰ ਵੀ ਕਹਿਤਾ। ਥੋੜ੍ਹੇ ਦਿਨਾਂ ਬਾਅਦ ਵਿੱਚੋਂ ਲੈ ਇੱਕ ਹੋਰ ਰਿਸ਼ਤਾ ਲੈ ਆ। ਕਹਿੰਦਾ ਕਹਿਣ ਨੂੰ ਤਾਂ ਜੀ ਨਹੀਂ ਕਰਦਾ, ਪਰ ਰਿਸ਼ਤਾ ਇੱਕ ਹੋਰ ਬੜਾ ਕਮਾਲ ਦਾ ਜੇ। ਕਹਿੰਦਾ ਕੀ? ਗੱਡੀ ਦੇਣਗੇ 12 ਲੱਖ ਵਾਲੀ, ਥੋੜ੍ਹੀ ਜਿਹੀ ਕੁੜੀ ਘੱਟ ਪੜ੍ਹੀ ਲਿਖੀ ਹੈ, ਫਿਰ ਘਰ ਸਲਾਹਾਂ ਕਰਨ ਲੱਗ ਪੈਂਦੇ ਆ, ਕੀ ਕਰਨਾ, 12-13 ਲੱਖ ਦੀ ਗੱਡੀ ਆ। ਮਾਰ ਕੇ ਛਾਲ ਇਸ ਗੱਡੀ ਵਾਲੇ ਬੰਨੇ ਤੁਰ ਪਏ, ਬਹਾਨਾ ਜਿਹਾ ਦੇਣ ਲੱਗ ਪਏ। ਨਹੀਂ ਜੀ, ਬਣਨੀ ਨਹੀਂ ਆਪਣੀ ਗੱਲ ਤੁਹਾਡੇ ਨਾਲ, ਨੁਕਸ ਜਿਹਾ ਕੱਢਤਾ ਉਹ 'ਚ। ਦਿਨ ਮੁਕਰਰ ਹੋਏ, ਪੈਲਸ ਬੁੱਕਤਾ ਕਰਨ ਤੋਂ ਬਾਅਦ ਵੀ ਕਈ ਪਰਿਵਾਰ ਜਵਾਬ ਦੇ ਦਿੰਦੇ ਨੇ, ਅਤੇ ਕਈ ਜਣਾ ਜੀ ਕੁੱਤੇ ਬੜੇ ਮਾੜੇ ਹੁੰਦੇ ਨੇ, ਕੁੱਤਾ ਤਾਂ ਫੇਰ ਵੀ ਬੰਦੇ ਨਾਲੋਂ ਚੰਗਾ, ਬੰਦੇ ਦਾ ਤਾਂ ਕੋਈ ਦੀਨ ਮਜ। ਅਤੇ ਫਿਰ ਇਹੋ ਜਿਹੇ ਰਿਸ਼ਤੇ ਜਿਹੜੇ ਇੱਦਾਂ ਬੰਦਾ ਤੋੜ ਕੇ ਇੱਧਰ ਜੋੜਦਾ ਨਾ, ਪੜ੍ਹਨੇ ਉਹ ਵੀ ਬਹੁਤ ਪਾਉਂਦੀਆਂ ਫਿਰ ਜਦੋਂ ਆਉਂਦੀਆਂ, ਗੁੱਸਾ ਨਾ ਮਨਾਇਓ ਹੁਣ, ਹਰ ਖੂਹ ਦਾ ਪਾਣੀ ਪਿਆਉਂਦੀਆਂ ਉਹ ਵੀ। ਫਿਰ
ਅਗਲੇ ਨੂੰ ਪਤਾ ਹੁੰਦਾ, ਦਸ ਉਹਨੂੰ ਵੀ ਕੋਈ ਦਿੰਦਾ ਵੀ ਇਹਨਾਂ ਨੇ ਉਹ ਰਿਸ਼ਤਾ ਠੁਕਰਾਇਆ ਸੀ ਤਾਂ ਇੱਧਰ ਨੂੰ ਮੂੰਹ ਕੀਤਾ ਸੀ, ਲਾਲਚ ਕਾਹਦਾ ਕਰਨਾ ਪੁੱਤ ਤੀ। ਇੱਕ ਵਾਰ ਸੋਚਿਓ ਜ਼ਰੂਰ, ਜਿਸ ਬਾਪ ਦੀ ਧੀ ਦਾ ਤੁਸੀਂ ਜਵਾਬ ਦੇ ਕੇ ਆਉਂਦੇ, ਉਸ ਬਾਪ ਦੇ ਦਿਲ 'ਤੇ ਬੀਤਦੀ ਕੀ ਹੈ? ਉਹ ਰਾਤ ਨੂੰ ਸੌਂਦਾ ਕਿੱਦਾਂ ਹੋਏਗਾ? ਨਾਲੇ ਰੱਬ ਦੀ ਬਣਾਈ ਆ ਜਿਹੜੇ ਰਿਸ਼ਤੇ ਵੇਖ ਕੇ ਨਾ, ਹੁਣ ਤਾਂ ਨਵਾਂ ਜ਼ਮਾਨਾ ਚੱਲ ਪਿਆ। ਪਹਿਲਾਂ ਜ਼ਮਾਨਾ ਹੁੰਦਾ ਸੀ ਪਿੰਡ ਦਾ ਲਾਗੀ ਰਿਸ਼ਤਾ ਕਰਾਉਂਦਾ ਸੀ, ਬਜ਼ੁਰਗਾਂ ਨੂੰ ਪਤਾ ਹੈ, ਪਿੰਡ ਦੇ ਲਾਗੀ ਨੇ ਜਾਣਾ, ਉਹਨੇ ਵੇਖ ਆਉਣਾ ਇੱਦਾਂ ਦੀ ਲੜਕੀ ਹੈ, ਪਰਿਵਾਰ ਵਾਲਾ ਕਹਿਣਾ ਠੀਕ ਹੈ ਭਾਈ, ਨਿਭ ਜਾਂਦੀਆਂ ਸੀ। ਫਿਰ ਜ਼ਮਾਨਾ ਆਇਆ, ਪਰਿਵਾਰ ਵੇਖ ਆਉਂਦੇ ਸੀ, ਲੜਕੇ ਲੜਕੀ ਦੇ ਮਾਂ ਬਾਪ ਨੇ ਲੜਕਾ ਲੜਕੀ ਨੂੰ ਵੇਖ ਆਉਣਾ, ਲੜਕੀ ਨੇ ਨਾ ਲੜਕਾ ਵੇਖਣਾ ਨਾ ਲੜਕੇ ਨੇ ਲੜਕੀ ਵੇਖਣੀ। ਹੁਣ ਇਹ ਤੋਂ ਅੱਗੇ ਚਲਾ ਗਿਆ ਕੰਮ, ਹੁਣ ਵਿਖਾਉਂਦੇ ਆ, ਵੇਖ ਲਾ ਪਸੰਦ ਆ ਫਿਰ ਤੋਰ ਕੇ ਵਿਖਾਓ, ਕਿਉਂ ਰੇਸ ਲਵਾਉਣੀ ਤੁਸਾਂ? ਇੱਦਾਂ ਤਾਂ ਬੰਦਾ ਡੰਗਰਾਂ ਨਾਲ ਨਹੀਂ ਕਰਦਾ ਜਿੱਦਾਂ ਆਪਾਂ ਕਰਦੇ ਹਾਂ ਬਈ। ਜੇ ਤੁਸੀਂ ਕਿਸੇ ਦੀ ਧੀ ਨੂੰ ਵੇਖ ਕੇ ਛੱਡ ਆਓਗੇ, ਕਦੀ ਆਪਣੀਆਂ ਬੱਚੀਆਂ ਬਾਰੇ ਸੋਚਿਆ? ਕਿਸੇ ਦੀ ਧੀ ਨੂੰ ਇੱਦਾਂ ਵੇਖ ਕੇ ਛੱਡ, ਉਹਨਾਂ ਦੀ ਹਾਈਟ ਛੋਟੀ ਹੈ, ਇਹਦੀਆਂ ਅੱਖਾਂ ਹੋਰ ਤਰ੍ਹਾਂ ਦੀਆਂ ਨੇ, ਕਈ ਪੁੱਤਾਂ 'ਚ ਨੁਕਸ ਕੱਢ ਕੇ ਆ ਜਾਂਦੇ, ਕੋਈ ਧੀਆਂ 'ਚ ਨੁਕਸ ਕੱਢ ਕੇ ਆ ਜਾਂਦੇ, ਕਦੀ ਸੋਚਿਆ ਆਪਣੀਆਂ ਧੀਆਂ ਬਾਰੇ? ਸੋਚਿਆ ਕੱਲ੍ਹ ਨੂੰ ਤੁਹਾਡੀ ਧੀ 'ਚ ਕੋਈ ਨੁਕਸ ਕੱਢ ਗਿਆ, ਫੇਰ ਪਤਾ ਲੱਗਣਾ ਵੀ ਜਿਹੜਾ ਮੈਂ 15-20 ਸਾਲ ਮੈਂ ਪਹਿਲਾਂ ਗਲਤੀ ਕੀਤੀ ਅੱਜ ਮੇਰੇ ਸਾਹਮਣੇ ਆ ਗਈ। ਜਾਨਵਰਾਂ ਨਾਲੋਂ ਭੈੜਾ ਹਾਲ ਹੋ ਗਿਆ। ਗੁਰਦੇਵ ਨੇ ਕਿੰਨੀ ਬਰੀਕੀ ਨਾਲ ਸਮਾਜ ਨੂੰ ਵੇਖਿਆ ਹੋਏਗਾ, ਜਦੋਂ ਕਿਹਾ ਹੋਏਗਾ ਕਰਤੂਤ ਪਸ਼ੂ ਕੀ ਵੇਖਣ ਨੂੰ ਹੀ ਮਨੋਖਾ, ਕੰਮ ਤਾਂ ਪਸ਼ੂਆਂ ਨਾਲੋਂ ਵੀ ਭੈੜੇ ਦੇ। ਕਿੰਨੀ ਬਰੀਕੀ ਨਾਲ ਵੇਖਿਆ ਮਹਾਰਾਜ ਨੇ, ਤਾਂ ਹੀ ਕਿਹਾ ਵੇਖਿਆ ਨੇੜੇ ਹੋ ਕੇ ਮਹਾਰਾਜ ਨੇ। ਹੁਣ ਗੁਰਦੇਵ ਜੀ ਕਹਿੰਦੇ ਨੇ ਆਵਾਗੌਣ ਤਾਂ ਹੋ ਰਿਹਾ ਵਾ, ਪਹਿਲਾਂ ਕਿੱਥੇ ਹੋਣਾ, ਕਦੀ ਪਰਾਇਆ ਧਨ ਵੇਖ ਕੇ ਮਰ ਜਾਣਾ, ਕਦੀ ਪਰਾਇਆ ਤਨ ਵੇਖ ਕੇ ਮਰ ਜਾਣਾ, ਕਦੀ ਈਰਖਾ ਕਰਨਾ। ਇਹ ਹੈ ਪਰ ਧਨ ਪਰ ਤਨ ਪਰਤੀ ਨਿੰਦਾ, ਪਰ ਅਪਵਾਦ ਨਾ ਛੁੱਟੇ। ਅਪਵਾਦ ਕਹਿੰਦੇ ਨੇ ਈਰਖਾ ਨੂੰ, ਈਰਖਾ ਇਹ ਛੁੱਟਦਾ ਹੀ ਨਹੀਂ। ਗੁਆਂਢੀ ਟਰੈਕਟਰ ਲੈ ਕੇ ਆਉਂਦੇ, ਨੀਂਦ ਸਾਡੀ ਰਾਤ ਨੂੰ ਆਰਾਮ ਹੋ ਜਾਂਦੀ। ਗੁਆਂਢੀ ਕੋਈ ਕਾਰੋਬਾਰ ਖੜਾ ਕਰਦੇ, ਸਾਡੀਆਂ ਨੀਂਦਾਂ ਉੱਡ ਜਾਂਦੀਆਂ। ਇੱਦਾਂ ਹੁੰਦੀਆਂ ਕਿ ਨਹੀਂ ਹੁੰਦੀਆਂ ਜੀ ਸਾਸਨ ਦੀ? ਸਾਡੇ ਸਮਾਜ ਦੇ ਹਾਲਾਤ ਇਹ ਬਣ ਗਏ, ਅਸੀਂ ਆਪਣੇ ਦੁੱਖਾਂ ਤੋਂ ਦੁਖੀ ਥੋੜ੍ਹਾ, ਸਾਨੂੰ ਤਾਂ ਦੂਜਿਆਂ ਦੇ ਸੁੱਖ ਹੀ ਪਰੇਸ਼ਾਨ ਕਰੀ ਜਾਂਦੇ ਨੇ ਵੀ ਹਾਏ ਆਹ ਅੱਗੇ ਕਿੱਦਾਂ ਵੱਧ ਗਿਆ, ਆਹ ਰੋਟੀ ਕਿੱਦਾਂ ਖਾਈ ਜਾਂਦਾ। ਈਰਖਾ ਜੈਲਸੀ ਸਾੜਾ, ਜਿਸ ਨੂੰ ਬਾਣੀ 'ਚ ਆਖਿਆ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ। ਅੱਛਾ ਸਾਧ ਕੌਣ ਹੈ ਇੱਥੇ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਕਹੋ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਮੈਂ ਇਸ ਈਰਖਾ ਤੋਂ ਬਚ ਸਕਦਾ। ਇੱਥੇ ਦੁਨਿਆਵੀ ਸਾਧ ਨਾ ਸਮਝ ਲਿਓ, ਉਹ ਤਾਂ ਆਪ ਈਰਖਾ 'ਚ ਮਰੇ ਪਏ ਵਿਚਾਰੇ। ਉਹ ਤਾਂ ਇੱਕ ਬਾਬੇ ਕੋਲ ਦੂਜੇ ਬਾਬੇ ਦਾ ਨਾਂ ਲੈ ਕੇ ਵੇਖੋ, ਕਈ ਕੇ ਡੇਰੇ ਤੋਂ ਨਾ ਦੋ ਦੋ ਤਿੰਨ ਤਿੰਨ ਗੱਡੀਆਂ ਚੱਲੀਆਂ, ਤੂੰ ਇੱਕ ਬਾਬੇ ਕੋਲ ਦੂਜੇ ਬਾਬੇ ਦਾ ਕਹਿੰਦੇ ਨਾਂ ਨਾ ਲਈ, ਇਹਨੂੰ ਇਹਦੀਆਂ ਅੱਖਾਂ ਲਾਲ ਹੋ ਜਾਣੀਆਂ ਉਸ ਵੇਲੇ। ਅੱਛਾ ਲੋਕ ਉਹਨਾਂ ਕੋਲੋਂ ਸ਼ਾਂਤੀ ਮੰਗਣ ਜਾਂਦੇ ਆ, ਉਹ ਇੱਕ ਜਿਹੜਾ ਨਾਂ ਸੁਣ ਕੇ ਰਾਜੀ ਨਹੀਂ। ਇੱਥੇ ਗੁਰੂ ਸਾਧੂ ਆ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ। ਗੁਰੂ ਸਾਧੂ ਸਾਗਰ ਤਰਿਆ ਸਾਧੂ ਸੰਗੇ, ਸਾਗਰ ਤਰਿਆ, ਇਹ ਸੰਸਾਰ ਭਿਆਨਕ ਸਾਗਰ ਹੈ ਜਿਹਨੂੰ ਸਿਰਫ ਸਾਧੂ ਗੁਰੂ ਦੀ ਸੰਗਤ ਵਿੱਚ ਰਹਿ ਕੇ ਤਰਿਆ ਜਾ ਸਕਦਾ, ਨਹੀਂ ਤਾਂ ਬਾਕੀ ਲੋਕ ਡੁੱਬ ਜਾਂਦੇ ਨੇ। ਪਰ ਤਨ ਪਰ ਤਨ ਪਰਤੀ ਨਿੰਦਾ, ਪਰ ਅਪਵਾਦ ਨਾ ਛੂਟੈ ਆਵਾਗਮਣ। ਮਹਾਰਾਜ ਆਪਾਂ ਤਾਂ ਤੁਹਾਡੇ ਕੇ ਖਲੋ ਕੇ ਨੇ ਜੀ, ਇਹਨੂੰ ਆਵਾਗਮਣ ਤੋਂ ਬਚਾਇਓ। ਮਹਾਰਾਜ ਦੇ ਆਵਾਗਮਣ ਤਾਂ ਮਿੰਟ ਮਿੰਟ 'ਚ ਹੋ ਰਿਹਾ, ਕਦੀ ਕਿਸੇ ਦਾ ਘਰ ਵੇਖ ਕੇ ਮਰ ਜਾਂਦਾ, ਕਦੀ ਕਿਸੇ ਦਾ ਤਨ ਵੇਖ ਕੇ ਮਰ ਜਾਂਦਾ, ਕਦੀ ਕਿਸੇ ਦੀ ਜਾਇਦਾਦ ਵੇਖ ਕੇ ਮਰ ਜਾਂਦਾ। ਆਵਾਗਮਣ ਹੋਤ ਹੈ ਫੁੰਨ ਫੁੰਨ, ਇਹ ਪ੍ਰਸੰਗ ਨਾ ਟੁੱਟੈ। ਅੱਛਾ ਇੱਥੇ ਆਵਾਗਮਣ ਮਨ ਦਾ ਹੈ, ਤਨ ਦਾ ਨਹੀਂ। ਮਨ ਜੰਮਦਾ ਮਰਦਾ, ਅਤੇ ਸਾਰੀ ਖੇਡ ਹੀ ਮਨ ਦੀ ਹੈ। ਭਗਤ ਰਵਿਦਾਸ ਨੇ ਕਿਹਾ ਨਾ, ਹਮ ਸਰ ਦੀਨਾ ਦਇਆਲ ਨਾ ਤੁਮ ਸਰ, ਸਾਡੇ ਵਰਗਾ ਨਿਮਾਣਾ ਕੋਈ ਨਹੀਂ ਅਤੇ ਤੁਹਾਡੇ ਵਰਗਾ ਦਿਆਲੂ ਕੋਈ ਨਹੀਂ। ਹਮ ਸਰ ਦੀਨਾ ਦਇਆਲ ਨਾ ਤੁਮ ਸਰ,
ਅਬ ਪਤਿਆਰ ਕਿਆ ਕੀਜੈ। ਮਹਾਰਾਜ ਹੁਣ ਸਾਡਾ ਇਮਤਿਹਾਨ ਲੈਣ ਦਾ ਕੀ ਲਾਭ, ਜਦੋਂ ਅਸੀਂ ਪਹਿਲੇ ਮੰਨ ਚੁੱਕੇ ਵੀ ਸਾਡੇ ਵਰਗਾ ਨਿਮਾਣਾ ਕੋਈ ਨਹੀਂ। ਇਮਤਿਹਾਨ ਤਾਂ ਉਹਨਾਂ ਦੇ ਲਈ ਜਿਹੜੇ ਆਕੜਨ ਤੁਹਾਡੇ ਅੱਗੇ, ਅਸੀਂ ਤਾਂ ਪਹਿਲੇ ਡਿੱਗ ਚੁੱਕੇ ਹਾਂ, ਸਾਡਾ ਇਮਤਿਹਾਨ ਕਾਹਦਾ ਲੈਣਾ ਤੁਸੀਂ। ਹਮ ਸਰ ਦੀਨਾ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਅਰਦਾਸ ਬਚਨੀ ਤੋਰ ਮੋਰ ਮਨ ਮਨ, ਤੁਹਾਡਿਆਂ ਬਚਨਾਂ ਤੇ ਮੇਰਾ ਮਨ ਮੰਨ ਜਾਏ। ਜਨ ਕਉ ਪੂਰਨ ਦੀਜੈ, ਜਨ ਨੂੰ ਇਹ ਪੂਰਨ ਭਰੋਸਾ ਬਖਸ਼ਿਸ਼ ਕਰੋ। ਹਾਂ ਬਲ ਬਲ ਜਾਉ ਰਮਈਆ ਕਾਰਨੇ, ਮੈਂ ਕੁਰਬਾਨ ਜਾਨਾ ਮਾਲਕ ਜੀ ਤੁਹਾਡੇ ਪਰਉਪਕਾਰਾਂ ਤੋਂ, ਤੁਹਾਡਿਆਂ ਕਾਰਨਾਂ ਤੋਂ। ਕਾਰਨ ਕਵਨ ਅਬੋਲ, ਕਿਹੜੇ ਉਹ ਕਾਰਨ ਨੇ ਜਿਨ੍ਹਾਂ ਕਾਰਨਾਂ ਕਰਕੇ ਤੁਸੀਂ ਮੇਰੇ ਵਿੱਚੋਂ ਬੋਲਦੇ ਨਹੀਂ? ਇਹਦਾ ਅਰਥ ਇਹ ਨਹੀਂ ਵੀ ਤੁਸੀਂ ਮੇਰੇ ਨਾਲ ਬੋਲਦੇ ਨਹੀਂ, ਉਹਦਾ ਅਰਥ ਹੈ ਕਿਹੜਾ ਉਹ ਕਾਰਨ ਆ ਜਿਹਦੇ ਕਾਰਨ ਤੁਸੀਂ ਮੇਰੇ ਵਿੱਚੋਂ ਨਹੀਂ ਬੋਲਦੇ। ਮੇਰੇ ਵਿੱਚੋਂ ਬੋਲਣ ਦਾ ਅਰਥ ਆ ਰੱਬ ਨਿਰਭਉ ਹੈ, ਉਹਨੇ ਮੇਰੇ ਵਿੱਚ ਨਿਰਭਉ ਵਾਲਾ ਗੁਣ ਪਾਉਣਾ ਹੈ। ਉਹ ਕਿਹੜਾ ਕਾਰਨ ਆ ਜਿਹਦੇ ਕਰਕੇ ਮੈਂ ਨਿਰਭਉ ਨਹੀਂ ਹੋ ਰਿਹਾ ਅਜੇ ਤੱਕ? ਉਹ ਕਿਹੜਾ ਕਾਰਨ ਹੈ, ਕਿਹੜੀ ਉਹ ਵਜ੍ਹਾ? ਰੱਬ ਜੀ ਤੁਸੀਂ ਨਿਰਵੈਰ ਅਤੇ ਮੈਂ ਨਿਰਵੈਰ ਕਿਉਂ ਨਹੀਂ ਹੋ ਰਿਹਾ? ਕਾਰਨ ਜਿਵੇਂ ਬੰਦਾ ਠੀਕ ਨਾ ਹੋਵੇ, ਡਾਕਟਰ ਨੂੰ ਜਾ ਕੇ ਕਹਿੰਦਾ ਨਹੀਂ ਵੀ ਇੰਨੀ ਦਵਾਈ ਖਾਈ ਜਾਂਦਾ, ਉਹ ਕਿਹੜਾ ਕਾਰਨ ਆ ਵੀ ਠੀਕ ਕਿਉਂ ਨਹੀਂ ਹੋ ਰਿਹਾ ਮੈਂ? ਉਹਦਾ ਕਾਰਨ ਇਹ ਵੀ ਦਵਾਈ ਵੀ ਖਾਈ ਜਾਂਦਾ ਅਤੇ ਜਿਹੜੀਆਂ ਚੀਜ਼ਾਂ, ਹੁਣ ਖਾਂਸੀ ਆਉਂਦੀ ਹੋਵੇ ਬੰਦੇ ਨੂੰ, ਸ਼ੀਸ਼ੀਆਂ ਵੀ ਪੀ ਜਾਵੇ, ਲਿਕੁਇਡ ਸੁੱਟੀ ਜਾਵੇ ਅੰਦਰ, ਅਤੇ ਠੰਡਾ ਪਾਣੀ ਵੀ ਪੀ ਜਾਵੇ, ਚੌਲ ਵੀ ਖਾਈ ਜਾਵੇ, ਅਚਾਰ ਵੀ ਖਾਈ ਜਾਵੇ, ਕਿਉਂ ਜੀ? ਤਾਂ ਡਾਕਟਰ ਕਹੇਗਾ ਭਰਾਵਾ ਦਵਾਈ ਕੀ ਕਰੂੰ, ਕੋਸਾ ਪਾਣੀ ਪੀ, ਬਲਗਮ ਸੜੇ ਅੰਦਰੋਂ ਬਾਹਰ ਨਿਕਲੇ, ਤੇਰਾ ਗਲਾ ਕਿੱਦਾਂ ਠੀਕ ਹੋ ਜੂ? ਸਾਰੀਆਂ ਖੱਟੀਆਂ ਮਿੱਠੀਆਂ ਚੀਜ਼ਾਂ ਖਾਈ ਜਾਂਦਾ ਤੂੰ, ਕਾਰਨ ਕਾਰਨ ਪਿਆ ਹੈ। ਭਗਤ ਜੀ ਕਹਿੰਦੇ ਕਾਰਨ ਕੀ ਆ ਕਿ ਤੁਹਾਡੇ ਗੁਣ ਮੇਰੇ 'ਚ ਆਉਂਦੇ ਕਿਉਂ ਨਹੀਂ? ਕਹਿੰਦੇ ਕਾਰਨ ਆਹ ਵਾ, ਕਾਰਨ ਇਹ ਆ ਕਿ ਤੂੰ ਆਪਣੇ ਆਪ ਨੂੰ ਗੁਰੂ ਅੱਗੇ ਸਮਰਪਣ ਨਹੀਂ ਕਰਦਾ, ਆ ਕਾਰਨ। ਬਹੁਤ ਜਨਮ ਬਿਛਰੇ ਥੇ ਮਾਧੋ, ਇਹ ਜਨਮ ਕਿਹੜਾ ਜਨਮ ਜੀ? ਬਹੁਤ ਜਨਮ ਕਿਹੜੇ ਜਨਮ? ਮਨ ਪਹਿਲਾਂ ਕਈ ਜਨਮ ਲੈ ਚੁੱਕਾ। ਅੱਛਾ, ਜਿਹੜਾ ਸਰੀਰ ਦਾ ਜਨਮ ਆ ਨਾ ਉਹ ਮਾਂ ਬਾਪ ਰਾਹੀਂ ਹੁੰਦਾ, ਜਿਹੜਾ ਸਿੱਖ ਦਾ ਜਨਮ ਆ ਉਹ ਗੁਰੂ ਦੇ ਕੋਲ ਆਣ ਕੇ ਹੁੰਦਾ। ਯਾਦ ਰੱਖਣਾ, ਸਿੱਖ ਜੰਮਦਾ ਸਿੱਖ ਨਹੀਂ ਆ ਨਾ, ਸਿੱਖ ਦਾ ਸਿੱਖ ਦਾ ਸੰਬੰਧ ਸਿੱਖੀ ਨਾਲ ਆ, ਅਤੇ ਜਿੱਦਣ ਤੂੰ ਸਿੱਖੀ ਧਾਰਨ ਕਰਨੀ ਉਦਣ ਸਿੱਖ ਜੰਮਣਾ ਗੁਰੂ ਦੇ ਘਰ, ਜੰਮਦਾ ਸਿੱਖ ਨਹੀਂ। ਅੱਛਾ, ਪਿਤਾ ਪਟਵਾਰੀ ਆ, ਉਹਦੇ ਘਰ ਪੁੱਤਰ ਨੇ ਜਨਮ ਲਿਆ, ਕਿਉਂ ਜੀ? ਪੁੱਤਰ ਪਟਵਾਰੀ ਹੋਊਗਾ? ਸਿਰਫ ਪਟਵਾਰੀ ਦਾ ਪੁੱਤਰ ਹੈ, ਕਾਨੂੰਗੋ ਪਿਤਾ ਹੈ, ਪੁੱਤਰ ਕਾਨੂੰਗੋ ਥੋੜ੍ਹਾ ਹੈ। ਕਾਨੂੰਗੋ ਬਣ ਲਈ ਉਹਨੂੰ ਪਿਤਾ ਵਰਗੀ ਸਟੱਡੀ ਕਰਨੀ ਪੈਣੀ ਹੈ। ਹੁਣ ਸਿੱਖ ਪਿਤਾ, ਅਸੀਂ ਤਾਂ ਜੰਮਦੇ ਕਹਿਣ ਲੱਗ ਪਏ, ਇਹ ਤਾਂ ਸਿੱਖ ਹੈ, ਮੱਠੀਆਂ ਦੇ ਦੀਵੇ ਜਗਾਉਂਦਾ, ਸਾਧਾਂ ਦੀਆਂ ਪਰਿਕਰਮਾ ਕਰਦਾ, ਸਿੱਖ ਕਾਹਦਾ ਹੋਇਆ? ਸਿੱਖ ਹੈਗਾ ਉਹਨਾਂ ਦਾ, ਸਿੱਖ ਹੈ ਗੁਰੂ ਦਾ ਥੋੜ੍ਹਾ। ਗੁਰੂ ਦਾ ਸਿੱਖ ਤਾਂ ਉਦਣ ਬਣਨਾ ਜਿੱਦਣ ਗੁਰੂ ਦੇ ਕੋਲ ਆਣ ਕੇ ਸਿੱਖਿਆ ਲੈਣੀ ਸ਼ੁਰੂ ਕਰੇਗਾ, ਸਿੱਖਿਆਰਥੀ। ਸਰੀਰ ਦਾ ਜਨਮ ਮਾਂ ਬਾਪ ਰਾਹੀਂ ਹੋਣਾ, ਸਿੱਖ ਦਾ ਜਨਮ ਗੁਰੂ ਕੋਲ ਆਣ ਕੇ ਹੋਣਾ, ਬਸ ਇਸ ਗੱਲ ਨੂੰ ਸਮਝ ਲਓ। ਸਿੱਖ ਦਾ ਜਨਮ ਗੁਰੂ, ਕਿਉਂਕਿ ਸਿੱਖ ਸੁਰਤ ਵਾ, ਸ਼ਬਦ ਗੁਰੂ ਆ, ਸੁਰਤ ਧੁਨ ਚੇਲਾ। ਜੇ ਸਰੀਰ ਗੁਰੂ ਨਹੀਂ ਨਾ ਹੈਗਾ ਤਾਂ ਸਰੀਰ ਸਿੱਖ ਵੀ ਹੈ ਨਹੀਂ, ਸਰੀਰ ਸੁਰਤ ਦਾ ਨਾਂ ਸਿੱਖ ਆ, ਸੁਰਤ ਦਾ ਨਾਂ ਸਿੱਖ। ਜਿਹਦੇ ਨਾਲ ਸੁਰਤ ਸਿੱਖ ਬਣ ਗਈ ਉਦੋਂ ਸਰੀਰ ਨੇ ਮੱਠੀ 'ਤੇ ਜਾਣਾ ਹੀ ਨਹੀਂ, ਕਿਸੇ ਦੇਹਧਾਰੀ ਦੇ ਅੱਗੇ ਮੱਥਾ ਟੇਕਣਾ ਹੀ ਨਹੀਂ, ਜਦੋਂ ਸੁਰਤ ਸਿੱਖ ਬਣ ਗਈ ਫਿਰ ਜਾਊ ਕੋਈ ਤਾਂ ਜਾਣਾ ਹੀ ਨਹੀਂ। ਬਹੁਤ ਜਨਮ, ਬਹੁਤ ਜਨਮ, ਜਦੋਂ ਦਾ ਮਾਤਾ ਦੇ ਗਰਭ 'ਚੋਂ ਬਾਹਰ ਨਿਕਲੇ ਬੜੇ ਜਨਮ ਲਏ ਸੀ, ਕਦੀ ਧਨ ਵੇਖ ਕੇ ਮਰ ਗਏ, ਕਦੀ ਤਨ ਵੇਖ ਕੇ ਮਰ ਗਏ, ਕਦੀ ਜਾਇਦਾਦ ਵੇਖ ਕੇ ਮਰ ਗਏ, ਬੜੇ ਜਨਮ ਲੈ ਚੁੱਕੇ ਪਹਿਲਾਂ ਸੀ। ਆ ਹੁਣ ਮਸਾਂ ਮਸਾਂ ਮਹਾਰਾਜ ਤੁਹਾਡੇ ਕਾਰਨ ਕੇ ਨਵਾਂ ਜਨਮ ਮਿਲਿਆ, ਸਾਧ ਸਾਧ ਸੰਗਤ ਪਇਓ ਜਨਮ ਪ੍ਰਾਪਤ। ਬਹੁਤ ਜਨਮ ਬਿਛਰੇ ਥੇ ਮਾਧੋ, ਇਹ ਜਨਮ, ਹੁਣ ਇਹ ਜਨਮ ਸਾਡੀ ਅਰਦਾਸ ਹੈ, ਜਨਮ ਤੁਹਾਡੇ ਲੇਖੇ ਲੱਗ ਜੇ। ਹੁਣ ਮਸਾਂ ਮਸਾਂ ਤੁਹਾਡੇ ਕੋਲ ਆਣ ਕੇ ਇਸ ਬੰਨੇ ਤੁਰਿਆ, ਹੁਣ ਇਹ ਤੁਹਾਡੇ ਹੀ ਲੇਖੇ ਲੱਗ ਜੇ। ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ,
ਚਿਰ ਭਇਓ ਦਰਸ਼ਨ ਦੇ ਕੇ। ਬੜੇ ਚਿਰ ਦੀ ਤਮੰਨਾ ਸੀ, ਹੁਣ ਪੂਰੀ ਹੋਈ ਜਾਣ ਕੇ। ਚਿਰ ਭਇਓ, ਬੜੇ ਚਿਰ ਦੀ ਤਮੰਨਾ ਸੀ ਕਿ ਮਾਂ ਬਾਪ ਦੇ ਕੋਲੋਂ ਜਨਮ ਤਾਂ ਲੈ ਲਿਆ, ਹੁਣ ਗੁਰੂ ਕੋਲ ਆਣ ਕੇ ਜਨਮ ਲੈਣਾ। ਮਸਾਂ ਮਸਾਂ ਆਣ ਕੇ ਤਮੰਨਾ ਸਾਡੀ ਪੂਰੀ ਹੋਈ ਹੈ। ਇਹ ਜਨਮ ਤੁਹਾਰੇ ਲੇਖੇ, ਹੁਣ ਜਨਮ ਤੁਹਾਡੇ ਲੇਖੇ ਲਾ ਤਾ ਦਾਦਾ ਜੀ। ਪਰ ਤਨ ਪਰ ਤਨ ਪਰ ਤੀ ਨਿੰਦਾ ਪਰ ਅਪਵਾਦ ਨਾ ਛੂਟੈ ਆਵਾਗਮਨ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਟੁੱਟੈ। ਇਹ ਪ੍ਰਸੰਗ ਟੁੱਟਦਾ ਹੀ ਨਹੀਂ, ਲੜੀ ਟੁੱਟਦੀ ਨਹੀਂ। ਇੱਕ ਬੰਨਿਓ ਇੱਕ ਚੋਂ ਨਿਕਲਦਾ ਦੂਜੇ ਜਾ ਵੜਦਾ, ਇੱਕ ਬੁਰਾਈ ਚੋਂ ਨਿਕਲਦਾ ਦੂਜੀ ਬੁਰਾਈ ਘੇਰ ਲੈਂਦੀ। ਇਹ ਪ੍ਰਸੰਗ ਨਾ ਟੁੱਟੈ। ਅਤੇ ਫਿਰ ਅੱਗਿਓਂ ਮਹਾਰਾਜ ਕਹਿੰਦੇ ਉੱਥੇ ਜਾਇਆ ਕਰ ਜਿੱਥੇ ਸਿਫਤ ਸਲਾਹ ਹੁੰਦੀ ਰੱਬ ਦੀ, ਜਿੱਥੇ ਉਹਦੀਆਂ ਵਡਿਆਈਆਂ ਹੁੰਦੀਆਂ। ਅਤੇ ਅੱਗਿਓਂ ਜਵਾਬ ਮਿਲਿਆ ਜੇ ਕਰ ਕਥਾ ਹੋ ਤੇ ਹਰ ਸੰਤਨ ਇੱਕ ਨਿਮਖ ਨਾ ਕੀਨੋ ਮੈਂ ਫੇਰਾ। ਜਿੱਥੇ ਇਹਦਾ ਇਲਾਜ ਉੱਥੇ ਤਾਂ ਜਾਣ ਜੀ ਨਹੀਂ ਕਰਦਾ। ਕਿਉਂ ਜੀ? ਜਿੱਥੇ ਇਹਨਾਂ ਚੀਜ਼ਾਂ ਦਾ ਇਲਾਜ ਆ ਉੱਥੇ ਮੈਨੂੰ ਕੋਈ ਬੁਲਾਵੇ ਮੈਂ ਤਾਂ ਵੀ ਨਹੀਂ ਜਾਂਦਾ, ਅਤੇ ਜਿੱਥੇ ਗੰਦ ਪਾਉਣ ਵਾਲੇ ਲੋਕ ਆ ਉੱਥੇ ਕੋਈ ਨਾ ਬੁਲਾਵੇ ਮੈਂ ਤਾਂ ਵੀ ਚਲਾ ਜਾਂਦਾ। ਕਿਉਂ ਸਾਧ ਸੰਗਤ ਜੀ? ਗਾਇਕ ਨੇ ਆਉਣਾ ਹੋਵੇ ਕਿਤੇ ਗੰਦੇ ਗੀਤ ਗਾਉਣ ਵਾਲੇ ਨੇ, ਕੋਈ ਬੁਲਾਵੇ ਨਾ ਤਾਂ ਵੀ ਚੱਲ ਜਾਈਦਾ ਨਾ। ਅਤੇ ਗੁਰਮਤਿ ਸਮਾਗਮ 'ਤੇ ਜਾ ਕੇ ਸਾਨੂੰ ਸੱਦੇ ਵੀ ਤਾਂ ਵੀ ਕਹਿੰਦੇ ਛੱਡੋ ਭਰਾ ਕੀ ਜਾਣਾ, ਮਗਰੋਂ ਜਾਵਾਂਗੇ, ਕੀ ਉੱਥੇ ਬਹਿਣਾ ਹੀ ਆ 10 ਮਿੰਟ ਇੱਦਾਂ ਹੀ ਆ। ਜੇ ਕਰ ਕਥਾ ਹੋ ਤਾਂ ਹਰ ਸੰਤਾਨਾ ਜਿੱਥੇ ਰੱਬ ਦੀ ਵਡਿਆਈ ਹੋ ਰਹੀ ਆ ਨਾ ਮੇਰਾ ਨਹੀਂ ਜਾਣੂ ਜੀ ਕਰਦਾ ਉੱਥੇ। ਇੱਕ ਨਿਮਖ ਨਾ ਕੀਨੋ ਮੈਂ ਫੇਰਾ, ਇੱਕ ਨਿਮਖ ਮਾਤਰ ਵੀ ਫੇਰਾ ਪਾਉਣ ਜੀ ਨਹੀਂ ਕਰਦਾ, ਤੇ ਕਿੱਥੇ ਜਾਣ ਨੂੰ ਜੀ ਕਰਦਾ? ਸੁਣਿਓ, ਲੰਪਟ ਚੋਰ ਦੂਤ ਵਿਗੜੇ ਹੋਏ ਬੰਦੇ ਮਤਵਾਰੇ ਸ਼ਰਾਬੀ ਤਿੰਨ ਸੰਗ ਸਦਾ ਬਸੇਰਾ। ਕਈ ਵਾਰੀ ਅੱਧੀ ਅੱਧੀ ਰਾਤ ਨਹੀਂ ਲੰਘ ਜਾਂਦੀ ਕਈਆਂ ਦੀ, ਘਰ ਨਿਆਣੇ ਡੀਕਦੇ ਆ, ਪਤਨੀ ਵਿਚਾਰੀ ਡੀਕ ਡੀਕ ਕੇ, ਨਿਆਣਿਆਂ ਦੀ ਸੌਂ ਜਾਓ, ਪਤਾ ਨਹੀਂ ਹੁਣ ਉਹਨੇ ਆਉਣਾ ਕਿ ਨਹੀਂ ਆਉਣਾ, ਪਤਾ ਨਹੀਂ ਕਿੱਥੇ ਬੈਠਾ। ਤਿੰਨ ਸੰਗ ਸਦਾ ਬਸੇਰਾ, ਉਹਨਾਂ ਕੋਲ ਸਾਰੀ ਰਾਤ ਹੀ ਲੰਘ ਜਾਂਦਾ, ਖਾਂਦਾ ਪੀਂਦਾ ਉੱਥੇ ਹੀ ਸੌਂ ਜਾਂਦਾ। ਲੰਪਟ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ, ਉਹਨਾਂ ਨਾਲ ਹੀ ਵਾਸਾ। ਜਿੱਥੇ ਚੰਗੀਆਂ ਗੱਲਾਂ ਹੁੰਦੀਆਂ ਉੱਥੇ ਜਾਣ ਨੂੰ ਜੀ ਨਹੀਂ ਕਰਦਾ। ਆ ਸੁਣਿਓ, ਤਨ ਦੀ ਜਾਇਦਾਦ ਕਿਹੜੀ ਭਲਾ? ਤਨ ਦੀ ਜਾਇਦਾਦ ਆ ਵੀ ਆ 4 ਕਿੱਲੇ ਜ਼ਮੀਨ ਆ, 2 ਦੁਕਾਨਾਂ ਨੇ, ਆਪਾਂ ਕਹਿੰਦੇ ਆਹ ਜਾਇਦਾਦ, ਇਹ ਤਨ ਦੇ ਕੰਮ ਆਉਣੀ ਆ। ਮਨ ਦੀ ਜਾਇਦਾਦ ਹੋਰ ਆ, ਮਨ ਦੀ ਜਾਇਦਾਦ ਆਹ ਵਾ। ਕਾਮ ਕ੍ਰੋਧ ਮਾਇਆ ਮਦ ਮਦ ਹੰਕਾਰ ਮਤਸਰ ਈਰਖਾ ਇਹ ਸੰਪੈ, ਇਹ ਮਨ ਦੀ ਸੰਪਤੀ ਆ। ਇਹ ਮਨ ਨੇ ਇਹੋ ਕੁਝ ਇਕੱਠਾ ਕੀਤਾ ਸਾਰੀ ਜ਼ਿੰਦਗੀ, ਮਨ ਨੇ ਆਹ ਇਕੱਠਾ ਕੀਤਾ ਜੇ ਸੰਪਤੀ ਈਰਖਾ। ਉੱਦਾਂ ਕੋਈ ਬੰਦਾ ਕਹਿ ਸਕਦਾ ਮੇਰੇ ਕੋਲ ਭਾਈ ਜਾਇਦਾਦ ਘੱਟ ਆ ਆਈ ਚਲਾਈ ਆ, ਪਰ ਆਹ ਜਾਇਦਾਦ ਤਾਂ ਮੇਰੇ ਖਿਆਲ 'ਚ ਬਹੁਤ ਹੀ ਜ਼ਿਆਦੀ ਆ, ਬਹੁਤ ਹੀ ਜ਼ਿਆਦੀ। ਪੈਸੇ ਤਾਂ ਬੰਦਾ ਕਿਸੇ ਕੋਲ ਧਾਰੇ ਮੰਗ ਲਉ, ਮੇਰੇ ਕੋਲ ਮੋਗੇ ਮੈਨੂੰ ਤੂੰ ਦੇ ਦੇ, ਈਰਖਾ ਮੰਗਣ ਦੀ ਲੋੜ ਹੈ ਕਿਸੇ ਕੋਲੋਂ? ਕਹਿੰਦਾ ਮੇਰੇ ਕੋਲ ਹੀ ਬੜੀ ਆ। ਹੰਕਾਰ ਕਿਸੇ ਕੋਲੋਂ ਮੰਗਣ ਦੀ ਲੋੜ ਹੈ ਸਾਧ ਸੰਗਤ ਜੀ? ਕਹਿੰਦਾ ਮੇਰੇ ਕੋਲ ਆਪਣੇ ਕੋਲ ਬਹੁਤ ਆ, ਮੈਂ ਤਾਂ 4 ਥਾਲੀਆਂ ਗੁਰਦੁਆਰੇ ਚੜ੍ਹਾਵਾਂ ਉੱਤੇ ਵੀ ਨਾ ਲਿਖਾਉਣਾ, ਮੈਂ ਤਾਂ 4 ਪੱਖੇ ਚੜ੍ਹਾਵਾਂ ਉੱਤੇ ਵੀ ਨਾ ਲਿਖਾਉਣਾ। ਕਿਉਂ ਸਾਧ ਸੰਗਤ ਜੀ? ਛੱਤ ਵੱਲ ਵੇਖਣ ਲੱਗ ਪਏ ਸਾਰੇ, ਆਹ ਕੋਈ ਸਤਨਾਮ ਸ੍ਰੀ ਵਾਹਿਗੁਰੂ। ਬੰਦੇ ਦਾ ਤਾਂ ਵੈਸੇ ਵੱਸ ਨਹੀਂ ਚੱਲਦਾ ਕਿਤੇ 4 ਕਿਲੋ ਦਾਲ ਚੜ੍ਹਾ ਕੇ ਨਾ ਗੁਰਦੁਆਰੇ, ਇਕੱਲੇ ਇਕੱਲੇ ਦਾਣੇ 'ਤੇ ਭਾਵੇਂ 1 ਅੱਖਰ ਆਵੇ, ਵੀ ਮਸ਼ੀਨਾਂ ਨਾਂ ਲਿਖ ਦੇ ਇਹਦਾ, ਵੀ ਖਾਣ ਵਾਲਾ ਬੰਦਾ ਯਾਦ ਕਰੇ ਵੀ ਇਹ ਦਾਲ ਸਾਡੇ ਘਰੋਂ ਆਈ ਆ। ਇਹ ਜਾਇਦਾਦ ਬਹੁਤ ਆ ਬੰਦੇ ਕੋਲ, ਗੁਰਦੁਆਰੇ ਪੈਸੇ ਦੇ ਕੇ ਨਾ ਮੁੰਡੇ ਕੰਨ ਲਾ ਕੇ ਸੁਣਦਾ ਮੇਰਾ ਨਾਂ ਨਹੀਂ ਬੋਲਿਆ ਜੇ, ਵੀ ਪਿੰਡ 'ਚ ਪਤਾ ਲੱਗਦਾ ਵੀ ਇਹਨੇ ਇੰਨੇ ਦਿੱਤੇ ਨੇ। ਅੱਛਾ, ਜਿੰਨੇ ਆਪਾਂ ਪੈਸੇ ਦਿੰਦੇ ਹਾਂ ਉਹਦਾ ਨਾਂ ਤਾਂ ਸਾਰੇ ਬੋਲਦੇ, ਅਤੇ ਜੇ ਕਿਤੇ ਜਿਹੜੀ ਠੱਗੀ ਮਾਰੀ ਹੋਵੇ, ਜੇ ਕਿਤੇ ਉਹ ਸੁਣਨਾ ਹੋਵੇ ਤਾਂ ਵੀ ਉਹ ਵੀ ਬੋਲ ਦਿਉ ਇੱਦਾਂ ਜੀ ਇਹਨੇ ਇੰਨੀਆਂ ਨਾਲ ਠੱਗੀ ਮਾਰੀ ਆ, ਉਹ ਸੁਣਨਾ ਔਖਾ। ਕਿਉਂ ਸਾਧ ਸੰਗਤ ਜੀ? ਉਹ ਸੁਣਨਾ ਔਖਾ, ਉਹ ਬੜਾ ਔਖਾ। ਮਹਾਰਾਜ ਕਹਿੰਦੇ ਕਾਮ ਕ੍ਰੋਧ ਮਾਇਆ ਮਦ ਹੰਕਾਰ ਮਤਸਰ ਈਰਖਾ,
ਇਹ ਸੰਪੈ ਮੋਹ ਮਾਹੀ, ਸੰਪੈ ਦਾ ਅਰਥ ਸੰਪਤੀ, ਇਹ ਮੇਰੇ ਮਨ ਨੇ ਜਾਇਦਾਦ ਇਕੱਠੀ ਕੀਤੀ ਹੈ ਅੱਜ ਤੱਕ। ਇਹ ਮਨ ਦੀ ਜਾਇਦਾਦ ਆ, ਮਨ ਨੇ ਤਾਂ ਸੱਚਾ ਨਾਮ ਧਨ ਇਕੱਠਾ ਕਰਨਾ ਸੀ, ਮਨ ਕੁਝ ਹੋਰ ਹੀ ਇਕੱਠਾ ਕਰੀ ਗਿਆ। ਇਹ ਸੰਪੈ ਮੋਹ ਮਾਹੀ, ਅੱਛਾ ਕੀ ਨਹੀਂ ਹੈਗਾ, ਆ ਨਹੀਂ ਹੈਗਾ ਦਇਆ ਧਰਮ। ਅੱਛਾ ਦਇਆ ਦੇ ਵੀ ਅਰਥ ਸਾਡੇ ਲੋਕਾਂ ਦੇ ਵੱਖਰੇ ਵੱਖਰੇ। ਕਈ ਨਾ ਸਵੇਰੇ ਉੱਠ ਕੇ ਚਿੜੀਆਂ ਨੂੰ ਚੌਲ ਪਾਉਣਗੇ, ਕਬੂਤਰ ਨੂੰ ਰੋਟੀਆਂ ਪਾਉਣਗੇ, ਭਰਾ ਦੀ 2 ਕਿੱਲੇ ਜ਼ਮੀਨ ਨੱਪ ਗਏ ਅਤੇ ਕਬੂਤਰਾਂ ਨੂੰ ਚੌਲ ਪਾਈ ਜਾਂਦੇ ਆ। ਅੱਛਾ ਉਹ ਅਗਲਾ ਵੀ ਚਲਾਕ ਬੜਾ, ਵੀ ਕਬੂਤਰ ਨੇ ਕਿੰਨੇ ਖਾ ਲੈਣੇ, ਇੱਕ ਮੁੱਠ ਚੌਲਾਂ ਦੇ ਨਾਲ ਰੱਜ ਜਾਣ। ਵੀ ਭਲਿਓ ਦਇਆ ਦਾ ਅਰਥ ਹੈ ਜੇ ਤੁਹਾਡੇ ਬੱਚੇ ਰੋਟੀ ਖਾ ਰਹੇ, ਕਿਸੇ ਹੋਰ ਬਾਰੇ ਵੀ ਸੋਚ ਲਓ, ਕਿਸੇ ਹੋਰ ਦੀ ਵੀ ਬਾਂਹ ਫੜ ਲਓ। ਸਾਡੀ ਦਇਆ ਜਾਨਵਰਾਂ ਤੱਕ ਹੀ ਰਹਿ ਗਈ ਸੀਮਤ, ਦਇਆ ਤਾਂ ਇੱਥੇ ਰਹਿ ਗਈ ਬਸ, ਬੰਦਿਆਂ ਦਾ ਤਾਂ ਖੂਨ ਨਿਚੋੜੀ ਜਾਂਦੇ ਅਸੀਂ। ਦਇਆ ਕਰਨੀ ਤਾਂ ਕਰ ਆਪਣੇ ਕੁੜਮ 'ਤੇ ਜਿਹਨੇ ਧੀ ਦਿੱਤੀ ਪਿੱਛੇ ਰੱਖਿਆ, ਕੀ ਦਇਆ ਉੱਤੇ ਕਰ। ਵਿਆਹ ਵੇਖ ਭਾਈ ਜਿਹਨੇ ਧੀ ਦਿੱਤੀ ਪਿੱਛੇ ਕੀ ਰੱਖਿਆ, ਕੋਈ ਗਰੀਬ ਪਰਿਵਾਰ ਦਾ ਬੱਚਾ ਉਹਦੀ ਹੈਲਪ ਕਰ, ਉਹ ਪੜ੍ਹਾਈ ਕਰ ਸਕੇ। ਜਿੱਦਣ ਮੈਨੂੰ ਇਸ ਦਇਆ ਦੀ ਪਰਿਭਾਸ਼ਾ ਸਮਝ ਆ ਗਈ ਨਾ, ਸਮਾਜ 'ਤੇ ਹਲੇਮੀ ਰਾਜ ਹੋਏਗਾ, ਹਲੇਮੀ ਰਾਜ ਹੋਏਗਾ। ਸਾਡੇ ਨਾਲੋਂ ਤਾਂ ਕਈ ਗੁਣਾ ਵੱਧ ਗੋਰਿਆਂ 'ਚ ਦਇਆ ਆ ਸਾਡਾ। ਅਸੀਂ ਆਪਣਾ ਦੇਸ਼ ਛੱਡ ਕੇ ਉਹਨਾਂ ਦੇਸ਼ਾਂ ਜਾਂਦੇ ਹਾਂ, ਤੁਹਾਡੇ 'ਚੋਂ ਕਈਆਂ ਦੇ ਬੱਚੇ ਉੱਥੇ ਹੋਣੇ ਨੇ, ਪਤਾ ਵੀ ਹੈ ਉਹ ਅਸੀਂ ਉਹਨਾਂ ਦੇ ਦੇਸ਼ ਗਏ ਹਾਂ, ਉਹ ਫਿਰ ਵੀ ਸਾਡੇ ਵੱਲ ਵੇਖ ਕੇ ਹੱਸ ਕੇ ਲੰਘਦੇ ਆ। ਅਤੇ ਸਾਡਾ ਪੰਜਾਬੀ ਇੱਕ ਦੂਜੇ ਵੱਲ ਵੇਖ ਕੇ ਭਲਾ ਕਿੱਦਾਂ ਲੰਘਦਾ ਜੀ, ਐਂ ਚੂੜੀਆਂ ਪਾ ਕੇ ਲੰਘਦਾ ਵੀ ਜਿਵੇਂ ਪਤਾ ਨਹੀਂ ਕੀ ਕਿਹੜੀ ਕੌੜੀ ਚੀਜ਼ ਘਰੋਂ ਖਾ ਕੇ ਆ ਗਿਆ। ਅਜੇ ਉਹਨਾਂ ਨੇ ਸੁਖਮਨੀ ਸਾਹਿਬ ਨਹੀਂ ਪੜ੍ਹੀ, ਆਸਾ ਕੀ ਵਾਰ ਨਹੀਂ ਪੜ੍ਹੀ, ਪਰ ਗੁਣ ਪਤਾ ਉਹਨਾਂ ਨੂੰ ਕਿੱਦਾਂ ਸਮਾਜ ਵਿੱਚ ਰਹਿਣਾ ਕਿੱਦਾਂ ਹੈ। ਠੀਕ ਹੈ ਕੁਝ ਗੱਲਾਂ ਉਹਨਾਂ ਦੀਆਂ ਸਾਡੇ ਨਾਲ ਮੇਲ ਨਹੀਂ ਖਾਂਦੀਆਂ, ਉਹਨਾਂ ਦਾ ਸੱਭਿਆਚਾਰ ਜੋ ਸ਼ਿਸ਼ਟਾਚਾਰ ਜੋ ਉਹਨਾਂ ਦਾ ਰਹਿਣ ਸਹਿਣ ਹੈ ਜੋ ਕਲਚਰ ਹੈ ਮੇਲ ਨਹੀਂ ਖਾਂਦਾ। ਪਰ ਇਹਦਾ ਅਰਥ ਜੇ ਉਹ ਸਾਰਿਆਂ ਦੇ ਦੇਸ਼ ਗੰਦੇ ਹੋਣ ਤਾਂ ਸਾਡੇ ਬੱਚੇ 40-40 ਲੱਖ ਟਰੈਵਲ ਏਜੰਟਾਂ ਦੇ ਕੋਲ ਕਿਉਂ ਲੈ ਕੇ ਤੁਰੇ ਫਿਰ ਉਸ ਦੇਸ਼ ਜਾਣੇ, ਜਦੋਂ ਦੇਸ਼ ਹੀ ਮਾੜਾ ਹੋਵੇ ਤਾਂ ਕਿਉਂ ਜਾਈਏ ਉੱਥੇ। ਅਸੀਂ ਅਕਸਰ ਤਾਂ ਬੰਦੇ ਚਲਾ ਰਹੇ ਨਾ ਉਹਨਾਂ ਦੇਸ਼ਾਂ ਨੂੰ, ਜੇ ਆਪਾਂ ਕਹੇ ਜੋ ਸਾਰੇ ਮਾੜੇ ਨੇ ਫਿਰ ਸਾਡੇ ਬੱਚੇ ਜਾਂਦੇ ਕਿਉਂ ਨੇ ਉੱਥੇ। ਅਸੀਂ ਪਰਿਵਾਰ ਅਸੀਂ ਕਿਉਂ ਚਾਹੁੰਦੇ ਸਾਡਾ ਪੁੱਤ ਧੀ ਉੱਥੇ ਵਿਆਹਿਆ ਜਾਏ, ਇਹਨਾਂ ਨੂੰ ਕੁਝ ਨਾ ਕੁਝ ਹੈ ਨਾ ਉੱਥੇ, ਨਿਯਮਾਂ ਵਿੱਚ ਤੋਰਿਆ ਨਾ ਉਹਨਾਂ ਨੇ। ਉਹ ਨਿਯਮ ਇੱਥੇ ਕਿਉਂ ਨਹੀਂ ਲਾਗੂ ਹੋ ਸਕਦੇ, ਕਿਉਂਕਿ ਗੱਲ ਇਹ ਹੈ ਅਸੀਂ ਆਪਣੇ ਆਪ ਨੂੰ ਬਦਲਣਾ ਨਹੀਂ ਚਾਹੁੰਦੇ। ਸਾਡੇ ਕੋਲ ਜਾਇਦਾਦ ਗਲਤ ਹੈ, ਵਿਕਾਰਾਂ ਦੀ ਜਾਇਦਾਦ। ਇੱਥੇ ਗੱਲ ਬੜੀ ਕੀਮਤੀ ਕਹੀ ਹੈ ਭਗਤ ਕਬੀਰ ਜੀ ਨੇ, ਦਇਆ ਆਹ ਜਾਇਦਾਦ ਸਾਡੇ ਕੋਲ ਨਹੀਂ। ਧਰਮ ਅਰ ਗੁਰ ਕੀ ਸੇਵਾ, ਮੈਂ ਰਾਤੀ ਵੀ ਬੇਨਤੀ ਕੀਤੀ ਧਰਮ ਕਿਹੜਾ, ਧਰਮ ਦੀ ਡੈਫੀਨੇਸ਼ਨ ਕੀ ਆ, ਅਸੀਂ ਕਿਹਨੂੰ ਧਰਮ ਸਮਝ ਲਿਆ। ਅਸੀਂ ਤਾਂ ਗੁਰਦੁਆਰੇ ਝਾੜੂ ਮਾਰ ਲਵਾਂਗੇ, ਗਲੀ 'ਚ ਕਦੀ ਝਾੜੂ ਮਾਰਨ ਨੂੰ ਤਿਆਰ ਨਹੀਂ ਆ। ਮੈਂ ਤਾਂ ਕਈ ਵਾਰੀ ਸੋਚਦਾ ਹੁੰਦਾ ਜੇ ਅਸੀਂ ਆਪਣੇ ਆਪਣੇ ਪਿੰਡਾਂ ਦਾ ਵਾਤਾਵਰਨ ਸਾਫ਼ ਕਰੀਏ ਨਾ, ਸਾਡੇ ਪਿੰਡ ਕਿੰਨੇ ਖੂਬਸੂਰਤ ਹੋਣਗੇ। ਆ ਹਰ ਘਰ ਆਪਣੇ ਘਰ ਦੇ ਸਾਹਮਣੇ ਜਿੰਨੀ ਨਾਲੀ ਆਉਂਦੀ ਹੈ ਨਾ, ਉਨੀ ਰੋਜ਼ ਸਾਫ਼ ਕਰ ਦਿਆ ਕਰਨਾ, ਕਦੀ ਨਾਲੀਆਂ 'ਚ ਪਾਣੀ ਨਹੀਂ ਖਲੋਵੇਗਾ। ਸਾਡਾ ਤਾਂ ਆਪਣਾ ਹੀ ਗੰਦ ਹੀ ਨਾਲੀਆਂ 'ਚ ਪੈ ਕੇ ਪਾਣੀ ਜਾਮ ਹੋਈ ਜਾਂਦਾ, ਅਤੇ ਗੁਰਦੁਆਰੇ ਆਣ ਕੇ ਅਸੀਂ ਜਿੱਥੇ ਪਹਿਲਾਂ ਝਾੜੂ ਵੱਜਾ ਉੱਥੇ ਹੋਰ ਝਾੜੂ ਮਾਰੀ ਜਾਂਦੇ। ਉਹ ਪੱਲਿਓ ਜਿਹੜੀ ਗਲੀ 'ਚ ਰੋਜ਼ ਲੰਘਣਾ ਉਹੋ ਹੀ ਸਾਫ਼ ਕਰ ਦਿਓ। ਇਹੋ ਹੀ ਤਾਂ ਕਲਚਰ ਹੈ। ਤੁਸੀਂ ਵੇਖਿਓ ਬਾਹਰ ਵੀ ਤਾਂ ਲੋਕ ਰਹਿੰਦੇ ਆ ਨਾ, ਉੱਥੇ ਕੋਈ ਚੀਜ਼ ਬਾਹਰ ਨਹੀਂ ਪੈਂਦੀ, ਅਗਲੇ ਡਸਟਬਿਨ ਫੜ ਕੇ ਲੱਭਦੇ ਉੱਥੇ ਵਿੱਚ ਸੁੱਟਦੇ ਆ। ਅਸੀਂ ਝਾੜੂ ਕਰ ਫੇਰ ਕੇ ਝਾੜੂ ਜੋ ਆਪਣਾ ਗੰਦ ਹੋਇਆ ਲਾਗੇ, ਸਾਡਾ ਵੱਸ ਨਹੀਂ ਚੱਲਦਾ ਤਾਂ ਗੁਆਂਢੀ ਵੱਲ ਸੁੱਟਦੀ, ਪਤਾ ਵੀ ਉਹਨਾਂ ਨੇ ਕੱਲ੍ਹ ਨੂੰ ਸਾਡੇ ਵੱਲ ਸੁੱਟ ਦੇਣਾ, ਵੀ ਜੇ ਅਸੀਂ ਸੁੱਟਤਾ ਉਹਨਾਂ ਸਾਡੇ ਵੱਲ ਸੁੱਟ ਦੇਣਾ। ਗੱਲਾਂ ਤਾਂ ਨਿੱਕੀਆਂ ਨਿੱਕੀਆਂ ਹੀ ਨੇ, ਕੋਈ ਵੱਡੀਆਂ ਗੱਲਾਂ ਨਹੀਂ। ਸਾਨੂੰ ਸਮਾਜ 'ਚ ਰਹਿਣਾ ਸਿਖਾਇਆ ਗੁਰੂ ਸਾਹਿਬ ਨੇ, ਵਾਤਾਵਰਨ ਸਾਫ਼ ਕਰਨਾ ਸਿਖਾਇਆ, ਵੀ ਰੁੱਖ ਲਾ ਭਾਈ, ਜਿਹਨੇ ਰੁੱਖ ਵੱਢਦਾ ਉਹਨੇ ਰੁੱਖ ਲਾ ਵੀ ਨਾ, ਛਾਵੇਂ ਵੀ ਤਾਂ ਬਹਿਣਾ ਤੂੰ, ਦਰਖਤ ਲਾ ਵੀ। ਦਇਆ ਧਰਮ ਅਰ ਗੁਰ ਕੀ ਸੇਵਾ, ਇਹ ਸੁਪਨੰਤਰ ਨਾਹੀ, ਇਹਦਾ ਤਾਂ ਕਦੀ ਸੁਪਨਾ ਵੀ ਨਹੀਂ ਆਉਂਦਾ। ਕਦੀ ਬੰਦੇ ਨੂੰ ਸੁਪਨਾ ਆਇਆ ਹੋਵੇ ਕਿ ਮੈਂ ਗੁਰਦੁਆਰੇ ਦਾ ਪਾਠ ਸੁਣ ਰਿਹਾ ਸੁਪਨੇ 'ਚ ਵੀ, ਕਦੀ ਇੱਦਾਂ ਦਾ ਬੰਦੇ ਨੂੰ ਸੁਪਨਾ ਆਇਆ, ਮੈਂ ਸੁਪਨਾ ਲਿਆ ਅੱਜ ਮੈਂ ਗੁਰਦੁਆਰੇ ਬਰਤਨਾਂ ਦੀ ਸੇਵਾ ਕਰ ਰਿਹਾ ਸੀ। ਟਾਵਿਆਂ ਨੂੰ ਇਹ ਸੁਪਨਾ ਆਉਂਦਾ ਹੋਣਾ, ਸੁਪਨਾ ਤਾਂ ਇਹ ਆਉਂਦਾ ਪੁਲਿਸ ਮਗਰ ਲੱਗੀ ਆ ਅਤੇ ਮੈਂ ਭੱਜਣ ਡਿਆ, ਮੇਰੇ ਕੋਲ ਭੱਜਿਆ ਨਹੀਂ ਜਾ ਰਿਹਾ। ਫਿਰ ਸੁਪਨੇ 'ਚ ਕਦੀ ਨੋਟ ਕੀਤਾ ਹੋਏਗਾ ਬੰਦੇ ਕੋਲ ਭੱਜਿਆ ਵੀ ਨਹੀਂ ਜਾਂਦਾ,
ਬਹੁਤ ਤੇਜ਼ ਤੇਜ਼ ਭੱਜਦਾ, ਫੜਿਆ ਵੀ ਨਹੀਂ। ਉਹ ਉੱਤੇ ਚੜ੍ਹੀ ਆਉਂਦੇ ਜਿਹੜੇ ਮਗਰ ਬੰਦੇ ਫੜਨ ਵਾਲੇ ਨੇ, ਉਹ ਭੱਜੇ ਆਉਂਦੇ ਆ। ਅਸਲ 'ਚ ਉਹ ਬੰਦੇ ਨਹੀਂ ਹੁੰਦੇ, ਉਹ ਤੇਰੀਆਂ ਬੁਰਾਈਆਂ ਹੁੰਦੀਆਂ, ਤੈਨੂੰ ਸੁੱਟ ਰਹੀਆਂ ਵਿੱਚ ਸੁੱਟਣਾ ਤੈਨੂੰ ਥੱਲੇ ਇੱਥੇ ਸੁੱਟਣਾ ਤੈਨੂੰ। ਉਹ ਬੰਦੇ ਨਹੀਂ ਹੁੰਦੇ, ਅਸਲ 'ਚ ਖਿਆਲਾਤ ਹੀ ਆ ਸਾਡੇ ਮਨ ਦੇ, ਸੰਕਲਪ ਵਿਕਲਪ ਹੀ ਆ ਜਿਹੜੇ ਭਜਾਈ ਫਿਰਦੇ ਰਾਤ ਨੂੰ। ਦੁਨੀਆ ਸੁੱਤੀ ਆ, ਰਾਤ ਨੂੰ ਤਰੇਲੀਆਂ ਆਈ ਜਾਂਦੀਆਂ। ਇਹ ਸੁਪਨੰਤਰ ਨਾ ਚੰਗੇ ਕੰਮ ਦਾ ਤਾਂ ਸੁਪਨਾ ਵੀ ਨਹੀਂ ਆਇਆ, ਕਰਨਾ ਤਾਂ ਬਹੁਤ ਦੂਰ ਦੀ ਗੱਲ ਆ। ਅਤੇ ਸੁਪਨਾ ਤਾਂ ਆਊ ਜੇ ਸੋਚਿਆ ਉਹ ਥੋੜ੍ਹਾ ਬਹੁਤਾ। ਤਾਂ ਅਖੀਰ 'ਚ ਭਗਤ ਕਬੀਰ ਜੀ ਕਹਿੰਦੇ, ਦੀਨਾ ਦਿਆਲ ਕਿਰਪਾਲ ਦਮੋਦਰ, ਹੇ ਦੀਨਾ ਉੱਤੇ ਦਇਆ ਕਰਨ ਵਾਲੇ ਦਮੋਦਰ ਅਕਾਲ ਪੁਰਖ ਪਰਮਾਤਮਾ ਜੀ, ਭਗਤ ਬਛਲ ਪੈ ਹਾਰੀ, ਹੇ ਭਗਤਾਂ ਨੂੰ ਪਿਆਰ ਕਰਨ ਵਾਲੇ ਅਕਾਲ ਪੁਰਖ ਪਰਮਾਤਮਾ ਜੀ, ਪੈ ਹਾਰੀ ਦੁਨਿਆਵੀ ਲੋਕਾਂ ਦਾ ਭੈ ਦੂਰ ਕਰਨ ਵਾਲੇ ਮਾਲਕ ਜੀ, ਕਹਿਤ ਕਬੀਰ, ਕਬੀਰ ਜੀ ਕਹਿੰਦੇ ਆ, ਪੀਰ ਜਨ ਰੱਖੋ। ਪੀਰ ਦਾ ਅਰਥ ਵੈਸੇ ਇਕੱਠ ਵੀ ਹੁੰਦਾ, ਵੀ ਉੱਥੇ ਬੜੀ ਭੀੜ ਲੱਗੀ ਸੀ, ਅਤੇ ਭੀੜ ਦਾ ਅਰਥ ਬਿਪਤਾ ਵੀ ਹੁੰਦਾ, ਮੈਨੂੰ ਇਸ ਭੀੜ ਤੋਂ ਬਚਾਓ। ਪੀਰ ਜਨ ਰੱਖੋ, ਮੈਨੂੰ ਇਸ ਭੀੜ ਤੋਂ ਬਚਾ ਲਓ, ਮੈਨੂੰ ਇਸ ਬਿਪਤਾ ਤੋਂ ਬਚਾ ਲਓ, ਇਹ ਵਿਕਾਰਾਂ ਦੀ ਭੀੜ ਨੇ ਮੇਰੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ। ਅਰਦਾਸ ਇਹ ਕਰਨੀ ਚਾਹੀਦੀ, ਦਾਤਾ ਜੀ ਮੈਨੂੰ ਕਿਸੇ ਨੇ ਦੁਖੀ ਨਹੀਂ ਕੀਤਾ।